ਜਿਨਾਂ ਸੰਦੜਿਆਂ ਦੁਰਮਤ ਵੰਜੇ ਬਾਬਾ ਦੀਪ ਸਿੰਘ ਕੌਣ ਨੇ ਬਾਬਾ ਬੁੱਢਾ ਸਾਹਿਬ ਕੌਣ ਨੇ ਜਿਨ੍ਹਾਂ ਦੀਆਂ ਸੀਸਾਂ ਲੈਣ ਲਈ ਸਮਾਗਮ ਹੋ ਰਿਹਾ ਹੈ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ ਮਿੱਤਰ ਸਾਡੜੇ ਸੇ ਹਾਂ ਟੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੀ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਬੋਲੋ ਜੀ ਜੋ ਹਰ ਸੰਗਤ ਜੋ ਹਰ ਕਾ ਕੀਆ
ਜਨ ਸੇਵਕ ਨੇੜੇ ਨਾ ਆਵੇ ਵੀਰ ਬੋਲਿਓ ਜੀ
ਇੱਕ ਵਾਰੀ ਸਾਰੀਆਂ ਭੈਣਾਂ ਬੋਲਿਓ ਬਾਬਾ ਦੀਪ ਸਿੰਘ ਕੌਣ ਨੇ ਸਾਰੇ ਗੁਰਮੁਖ ਜੀ ਬ੍ਰਹਮ ਗਿਆਨੀ ਅਨਾਥ ਕਾ ਨਾਥ। ਅਗਲੀ ਪੰਕਤੀ ਸੁਣਿਓ, ਆ ਨਿੱਕੀਆਂ ਨਿੱਕੀਆਂ ਕੰਧਾਂ ਸਾਡੇ ਅੰਦਰ ਹੀ ਹੈ, ਬਾਬਾ ਦੀਪ ਸਿੰਘ ਅੰਦਰ ਨਹੀਂ, ਬਾਬਾ ਬੁੱਢਾ ਸਾਹਿਬ ਅੰਦਰ ਨਹੀਂ। ਸੁਣਿਓ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ, ਬ੍ਰਹਮ ਗਿਆਨੀ ਕਾ ਕਾ ਸਭ ਉਪਰ ਹਾਥ, ਜੋ ਹਰ ਕਾ ਪਿਆਰਾ ਸੋ ਸਭ ਬਾਬਾ ਦੀਪ ਸਿੰਘ ਸਾਰਿਆਂ ਦੇ ਪਿਆਰੇ ਹੈ, ਬਾਬਾ ਬੁੱਢਾ ਸਾਹਿਬ ਸਾਰਿਆਂ ਦੇ ਪਿਆਰੇ ਹੈ, ਇੱਕ ਪੰਕਤੀ ਹੋਰ ਅੱਗੇ ਆਈ ਹੈ ਜੀ, ਪੜਿਓ ਪਿਆਰ ਨਾਲ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਬ੍ਰਹਮ ਗਿਆਨੀ ਸੰਗ ਸਗਲ ਉਧਾਰ,
ਸਾਰੀਆਂ ਭੈਣਾਂ ਬ੍ਰਹਮ ਗਿਆਨੀ ਸੰਗ ਬ੍ਰਹਮ ਗਿਆਨ ਹਾਂਜੀ ਬ੍ਰਹਮ ਗਿਆਨੀ ਸੰਗ ਸਗਲੇ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸੰਗ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਸਾਰਿਆਂ ਦਾ ਹੀ ਉਧਾਰ ਕਰਦੇ ਸਾਰਿਆਂ ਦੇ ਪਿਆਰੇ ਦੇ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਅੰਮ੍ਰਿਤਸਰ ਵਿੱਚ ਇੱਕ ਜਾਪ ਸੰਗਤ ਕਰਦੀ ਹੈ ਦਾਸ ਦਾ ਮਨ ਹੈ ਦੋ ਮਿੰਟ ਤਿੰਨ ਮਿੰਟ ਉਹ ਜਾਪ ਉਤਰਾ ਕਰਿਓ
ਭਾਈ ਚਾਰ ਵਾਰੀ ਵਾਹਿਗੁਰੂ ਬੋਲਣਗੇ ਸਾਰੇ ਭਾਈ ਚਾਰ ਵਾਰੀ ਵਾਹਿਗੁਰੂ ਬੋਲਣਗੇ ਬੀਬੀ ਉਹ ਤੁਸੀਂ ਦੋ ਵਾਰੀ ਬੋਲਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਹ ਦੋ ਕੁ ਮਿੰਟ ਹੈ ਜਾਪ ਦੀ ਹਾਜ਼ਰੀ ਲਾਇਓ ਜੀ ਵਾਹਿਗੁਰੂ 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 ਭੈਣਾਂ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਭਾਈ ਬੋਲੋ ਵਾਹਿਗੁਰੂ 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 ਭੈਣਾਂ ਬੋਲੋ ਧੰਨ ਧੰਨ ਹਾ 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 ਸ਼ਾਬਾਸ਼ ਵਾਹਿਗੁਰੂ 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 ਹਾ 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 ਸ਼ਾਬਾਸ਼ ਭੈਣੋ ਹਾਂ 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 ਵਾਹਿਗੁਰੂ 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 ਧੰਨ ਧੰਨ ਬੋਲੋ ਭਾਈ ਬੋਲੋ ਵਾਹਿਗੁਰੂ 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 ਧੰਨ ਧੰਨ ਆਹਾ ਹਾ ਆਹ ਸੱਚਖੰਡ ਲੱਭਣਾ ਵਾਹਿਗੁਰੂ 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 ਧੰਨ ਸ਼ਾਬਾਸ਼ ਹਾਂ ਹਾਂ ਵਾਹਿਗੁਰੂ 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 ਹਾਂ ਵਾਹਿਗੁਰੂ 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 ਬੋਲੀ ਜਾਇਓ ਸਾਰੇ ਭਾਈ ਬੋਲੋ ਜੀ ਵਾਹਿਗੁਰੂ ਕੀ ਬੋਲ ਰਹੇ ਹੋ ਭਾਵੇਂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਕੀ ਬੋਲ ਰਹੇ ਆ ਵਾਹਿਗੁਰੂ ਵਾਹਿਗੁਰੂ ਬਾਬਾ ਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਇਹ ਭਾਵਨਾ ਨਾਲ ਬੋਲਿਓ ਵਾਹਿਗੁਰੂ 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 ਬਾਬਾ ਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਵਾਹਿਗੁਰੂ 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 ਇਹ ਗੁਰਗੋਬਾਲ ਸਿੰਘ ਕਹਿ ਰਹੇ ਜਿਨ੍ਹਾਂ ਦੇ ਸਿਰ ਵਿੱਚ ਅੱਜ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ 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 ਉਹ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਵਾਹਿਗੁਰੂ ਬਾਬਾ ਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਵਾਹਿਗੁਰੂ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਕਿੱਥੇ ਕਹਿ ਰਹੇ ਵਾਹਿਗੁਰੂ ਕਿੱਥੇ ਕਹਿ ਰਹੇ ਨਾਲ ਨਾਲ ਬੋਲਿਓ ਵਾਹਿਗੁਰੂ 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 ਗੁਰੂ ਗ੍ਰੰਥ ਸਾਹਿਬ ਕਹਿ ਰਹੇ ਜੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬੋਲੋ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਾਰੇ ਬੋਲੋ ਡਟ ਕੇ ਬ੍ਰਹਮ ਗਿਆਨੀ 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 ਕੋ ਖੋਜੇ ਮਹੇਸ਼ੁਰ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ੁਰ ਮਹੇਸ਼ੁਰ ਸ਼ਿਵ ਜੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ੁਰ ਨਾਨਕ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਹਿਗੁਰੂ 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 ਬੋਲੋ ਧੰਨ ਧੰਨ ਬਾਬਾ ਸਾਰੇ ਗੁਰਮੁਖ ਵਾਹਿਗੁਰੂ 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 ਧੰਨ ਧੰਨ ਐ ਭਿੱਜ ਕੇ ਬੋਲੋ ਸਾਰੇ ਵਾਹਿਗੁਰੂ 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 ਸ਼ਾਬਾਸ਼ ਵਾਹਿਗੁਰੂ 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 ਸ਼ਾਬਾਸ਼
ਜੋ ਬੋਲ ਰਹੇ ਹੋ ਗੁਰਮਤ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਸੁਣਿਓ ਦਸਵੇਂ ਪਾਤਸ਼ਾਹ ਦਾ ਦੋਹਰਾ ਗੱਲ ਖੁੱਲ ਜੇ ਸਾਡੇ ਬਾਬਾ ਦੀਪ ਸਿੰਘ ਕੌਣ ਨੇ ਵਾਹਿਗੁਰੂ 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 ਦਸਵੇਂ ਪਾਤਸ਼ਾਹ ਦਾ ਦੋਹਰਾ ਵਾਹਿਗੁਰੂ 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 ਦੋਹਰਾ ਦਸਵੇਂ ਪਾਤਸ਼ਾਹ ਹਰ ਹਰ ਜਨ ਹਰ ਹਰ ਜਨ ਬੋਲੋ ਹਰ ਹਰ ਜਨ ਹਰ 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 ਜਨ ਹਾਂ ਹਰ ਹਰ ਜਨ ਹਾਂ ਬੋਲੀ ਜਾਓ ਹਰ ਹਰ ਜਨ ਹਰ ਬੋਲੋ ਹਰ ਹਰ ਜਨ ਹਰ ਹਰੀ ਹਰ ਹਰ ਜਨ ਬਾਬਾ ਦੀਪ ਸਿੰਘ ਹਰ ਹਰ ਜਨ ਹਰ ਹਰੀ ਹਰ ਹਰ ਜਨ ਬਾਬਾ ਬੁੱਢਾ ਸਾਹਿਬ ਹਰ ਹਰ ਜਨ ਦਸਵੇਂ ਪਾਤਸ਼ਾਹ ਕਹਿ ਰਹੇ ਹਰ ਉਹਨਾਂ ਦਾ ਦੋਹਰਾ ਹਾਂਜੀ ਹਰ ਹਰ ਜਨ ਹਰ ਹਰ ਜਨ ਗੱਜ ਕੇ ਬੋਲੋ ਹਰ ਹਰ ਜਨ ਹਰ ਜਨ ਹਰ ਹਰ ਜਨ ਦਸਵੇਂ ਪਾਤਸ਼ਾਹ ਕੀ ਕਹਿੰਦੇ ਹੋ ਕਹਿੰਦੇ ਹਰੀ ਹਰ ਹਰ ਜਨ ਹਰ ਹਰ ਜਨ ਦੋਏ ਇੱਕ ਹੈ ਦੋਏ ਇੱਕ ਹੈ ਅੱਜ ਕੇ ਬੋਲੋ ਮਹਾਰਾਜ ਕਹਿੰਦੇ ਇੱਕ ਹੀ ਨੇ ਹਾਂ ਹਾਂ ਦੋਏ ਇੱਕ ਹੈ ਇੱਕ ਹੈ ਹਰ ਹਰ ਜਨ ਦੋਏ ਇੱਕ ਹੈ ਵਿਵਚਾਰ ਕਛ ਨਾਏ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਹਰ ਹਰ ਜਨ ਦੋਏ ਇੱਕ ਹੈ ਹਰ ਹਰ ਜਨ ਦੋਏ ਇੱਕ ਹੈ ਵਾਹਿਗੁਰੂ 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 ਭੈਣਾ ਬੋਲੋ ਧੰਨ ਧੰਨ ਬਾਬਾ ਸਾਰੇ ਗੁਰਮੁਖ ਵਾਹਿਗੁਰੂ 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 ਸਾਰੀਆਂ ਭੈਣਾਂ ਵਾਹਿਗੁਰੂ 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 ਆ ਸੱਚਖੰਡ ਲੱਭਣਾ ਵਾਹਿਗੁਰੂ 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 ਇਹ ਭਾਵਨਾ ਬਣਾਇਓ ਹਰ ਕਾ ਪਿਆਰਾ ਸੋ ਸਪਣਾ ਜੋ ਹਰ ਕਾ ਪਿਆਰਾ ਸੋ ਸਪਣਾ ਕਾ ਪਿਆਰਾ ਸਾਰੇ ਬੋਲੋ ਜੋ ਹਰ ਕਾ ਸਭਨਾ ਕਾ
ਸਿੱਖਾਂ ਦਾ ਪਿਆਰ ਭਰਿਆ ਜੀ। ਸਤਿ ਸ੍ਰੀ ਅਕਾਲ। ਤੁਹਾਡੀ ਸਭ ਦੀ ਭਾਵਨਾ ਬਣੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਦੀ ਨਿੰਦਿਆ ਵੀ ਨਾ ਕਰੀਏ ਤੇ ਇੱਕ ਕਦਮ ਵੀ ਦੂਜੇ ਬੰਨੇ ਨਾ ਜਾਵੇ, ਇੰਨੀ ਬੈਟਰੀ ਚਾਰਜ ਹੋਵੇ। ਸਾਡੇ ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ ਕੋਲ ਦਰਗਾਹ ਦੀਆਂ ਚਾਬੀਆਂ, ਉਹਨਾਂ ਦਾ ਪਿਓ ਕਲਗੀਆਂ ਵਾਲਾ ਕਿੰਨਾ ਵੱਡਾ ਹੋਏਗਾ, ਉਹਨਾਂ ਦਾ ਮਾਲਕ ਕਿੰਨਾ ਵੱਡਾ ਹੋਏਗਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਕ ਝੱਕ ਆਵੇ ਜਾਵੇ। ਦੋ ਤਿੰਨ ਮਿੰਟ ਦਾ ਦੂਜਾ ਸ਼ਬਦ, ਤਕਰੀਬਨ ਸਵਾ ਇੱਕ, ਇੱਕ ਵੀਹ, ਇੱਕ ਪੱਚੀ, ਇੱਕ ਤੀਹ, ਇਹਦੇ ਕਰੀਬ ਕਰੀਬ ਜੋ ਸੇਵਾ ਆਪ ਜੀ ਨੇ ਲੈਣੀ ਹੈ, ਟਿਕਾਓ ਬਣਾਇਓ। ਇਹ ਦੂਜਾ ਸ਼ਬਦ ਦੋ ਤਿੰਨ ਮਿੰਟ ਦਾ ਹੀ, ਫਿਰ ਵਿਚਾਰ ਜਿਵੇਂ ਮਹਾਰਾਜ ਕਰਾਉਣਗੇ। ਆਓ ਸਾਰੇ ਜੋ ਇੱਥੋਂ ਦੀ ਗੁਰਦੁਆਰੇ ਦੀ ਕਮੇਟੀ, ਮਹਾਂਪੁਰਸ਼, ਇਹ ਦੋ ਵੱਡੀਆਂ ਰੂਹਾਂ ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ ਜੀ ਦੇ ਯਾਦ ਨੂੰ ਸਮਰਪਿਤ, ਜਨਮ ਦਿਨ ਨੂੰ ਸਮਰਪਿਤ, ਪਿਆਰ ਨੂੰ ਸਮਰਪਿਤ ਸਮਾਗਮ। ਆਓ ਸਾਰੇ ਪੜਿਓ ਜੀ ਦੂਜਾ ਸ਼ਬਦ ਨਾਲ ਜੀ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਦਰਸ਼, ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਏ, ਬ੍ਰਹਮ ਗਿਆਨੀ ਕਾ ਬਲ ਬਲ ਜਾਈਏ। ਬ੍ਰਹਮ
ਬੜਭਾਗੀ ਪਈਏ ਬੰਮ ਗਿਆਨੀ ਬਲ ਬਲ ਜਾਈਏ ਸਾਜਾਂ ਨੂੰ ਵਿਸ਼ਰਾਮ ਦੇਣ ਲੱਗੇ ਹਾਂ। ਤੁਹਾਡੀ ਆਵਾਜ਼ ਵੇਖਣੀ ਕਿ ਨਹੀਂ ਗਿਆ ਬੀਬੀ ਮਿਲ ਕੇ ਕੋਈ ਸ਼ਰਮ ਨਾ ਕਰੇ ਜੀ। ਵਾਹਿਗੁਰੂ 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 ਬੜਭਾਗੀ ਪਈਏ ਬ੍ਰਹਮ ਗਿਆਨੀ ਕੋ ਪਲ ਪਲ ਜਾਈਏ ਬ੍ਰਹਮ ਗਿਆਨੀ ਕੋ ਪਲ ਪਲ ਜਾਈਏ ਬ੍ਰਹਮ ਗਿਆਨੀ ਕੋ ਬਲ ਜਾਈਏ
ਸਤਨਾਮ ਸ੍ਰੀ ਗੁਰੂ ਜੀ। ਸਾਰੀਆਂ ਸੰਗਤਾਂ ਪਿਤਾ ਜੀ ਦੇ ਪਿਆਰ ਵਿੱਚ, ਪਿਤਾ ਜੀ ਦੇ ਪਿਆਰਿਆਂ ਦੇ ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹੋਇਆ ਇਹ ਸਾਰਾ ਜਥਾ, ਇਹ ਮੈਂ ਅੰਦਰੋਂ ਕਹਿ ਰਿਹਾ, ਇੱਕ ਪੈਸਾ ਪਖੰਡ ਨਹੀਂ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਇਹ ਸਾਰਾ ਜਥਾ ਪੂਰਨਪੁਰ ਅਤੇ ਹੋਰ ਨੇੜੇ ਦੇ ਇਲਾਕਿਆਂ ਤੋਂ ਆਈਆਂ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਜਥਾ ਮੱਥਾ ਟੇਕਦਾ ਜੀ, ਭਾਈ ਪ੍ਰਵਾਨ ਕਰਿਓ ਭਾਈ। ਇਹ ਸੱਚਾਈ ਕਹਿ ਰਿਹਾ, ਇਹ ਲਿਖ ਲਓ ਹਿਰਦੇ 'ਤੇ। ਰਾਗੀ ਵੱਡਾ ਨਹੀਂ, ਕੀਰਤਨੀਆਂ ਵੱਡਾ ਨਹੀਂ, ਬੁਲਾਰਾ ਵੱਡਾ ਨਹੀਂ, ਗਿਆਨੀ ਵੱਡਾ ਨਹੀਂ, ਪ੍ਰਚਾਰਕ ਵੱਡਾ ਨਹੀਂ। ਪਿਓ ਦੀ ਜੂਰੀ 'ਚ ਕਹਿ ਰਿਹਾ, ਸਭ ਤੋਂ ਵੱਡੀ ਗੁਰੂ ਕੀ ਪਿਆਰੀ ਸਾਧ ਸੰਗਤ ਹੈ। ਸੰਗਤ ਮਹਾਨ ਹੈ, ਆਖੋ ਸਤਨਾਮ। ਐਂ ਕਹਿ ਲਓ ਵੀ ਰੱਬ ਲੇਖ ਲਿਖਦਾ ਜੋ ਅਸੀਂ ਕੀਤੇ, ਪਰ ਆ ਸੰਗਤ ਦੀ ਖੁਸ਼ੀ ਇਹ ਮੰਦੇ ਲੇਖਾਂ ਨੂੰ ਵੀ ਮਿਟਾ ਦਿੰਦੀ। ਗੱਜ ਕੇ ਆਖੋ ਸਤਨਾਮ। ਯੂਪੀ ਵਾਲਿਓ, ਅੱਜ ਇੱਥੋਂ ਪੱਕੇ ਹੋ ਕੇ ਜਾਇਓ, ਕਦੀ ਯੂਪੀ 'ਚ ਰਹਿੰਦਿਆਂ, ਪੂਰਨਪੁਰ 'ਚ ਰਹਿੰਦਿਆਂ, ਆਪਣੇ ਨਗਰ 'ਚ ਰਹਿੰਦਿਆਂ, ਕਦੀ ਮਾਇਆ ਲੋ ਵੱਡੇ ਹੋ ਜਾਓ, ਕਾਰਾਂ ਲੋ ਵੱਡੇ ਹੋ ਜਾਓ, ਕੋਠੀਆਂ ਲੋ ਵੱਡੇ ਹੋ ਜਾਓ, ਜ਼ਮੀਨਾਂ ਵੱਲੋਂ ਵੱਡੇ ਹੋ ਜਾਓ। ਇੱਕ ਅੱਧਾ ਕਿੱਲਾ ਬਾਬਾ ਤੁੱਠ ਪਿਆ, ਕਿੱਲੇ 20 ਹੋ ਗਏ ਹੁਣ। ਕਦੀ ਯੂਪੀ 'ਚ ਰਹਿੰਦਿਆਂ ਮਾਇਆ ਲੋ ਵੱਡੇ ਹੋ ਜਾਓ, ਜ਼ਮੀਨਾਂ ਲੋ ਵੱਡੇ ਹੋ ਜਾਓ, ਕਾਰਾਂ ਲੋ ਵੱਡੇ ਹੋ ਜਾਓ, ਕੋਠੀਆਂ ਲੋ ਵੱਡੇ ਹੋ ਜਾਓ। ਮੇਰੇ ਅੱਗੇ ਵਾਜਾ ਪਿਆ, ਇੱਥੋਂ ਤੱਕ ਗੁਣੀ ਗਿਆਨੀ ਵੱਲੋਂ ਵੱਡੇ ਹੋ ਜਾਓ, ਔਰ ਇੱਥੋਂ ਤੱਕ ਕਿ ਕੋਈ ਲੀਡਰ ਬਣ ਜਾਓ, ਕੋਈ ਅਹੁਦਾ MLA, ਕੋਈ ਲੀਡਰੀ ਵੱਲੋਂ ਵੱਡੇ ਹੋ ਜਾਓ। ਪਰ ਇੱਕ ਗੱਲ ਦਾ ਹਰ ਵੇਲੇ ਧਿਆਨ ਰੱਖਿਓ, ਕਦੀ ਜ਼ਿੰਦਗੀ 'ਚ ਸੰਗਤ ਤੋਂ ਵੱਡੇ ਨਾ ਬਣਿਓ, ਸੰਗਤ ਤੋਂ ਆਪਣੇ ਆਪ ਨੂੰ ਨੀਵਾਂ ਸਮਝਿਓ। ਮੈਂ ਪਿਓ ਦੀ ਝੋਰੀ 'ਚ ਕਹਿੰਦਾ, ਜੋ ਦਾਤ ਮਿਲੀ ਖੀਰਲੇ ਸਵਾਸਾਂ ਤੱਕ ਨਿਭ ਜਾਏਗੀ, ਇਹ ਫਿਰ ਗੁਆਚੂਗੀ ਨਹੀਂ। ਆਖੋ ਸਤਨਾਮ। ਕਦੀ ਜ਼ਿੰਦਗੀ 'ਚ ਸੰਗਤ ਤੋਂ ਵੱਡੇ ਨਹੀਂ ਬਣਨਾ। ਇਹਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਰੱਖੀਆਂ ਨੇ ਬਾਬੇ ਨਾਨਕ ਨੇ, ਇਤਨਾ ਖਜ਼ਾਨਾ ਰੱਖਿਆ ਕਿ ਮਨ ਨੀਵਾਂ ਕਰਕੇ ਤੂੰ ਸੰਗਤ ਦੀ ਪ੍ਰਸੰਨਤਾ ਲੈ ਲੈ, ਓਏ ਗੁਰੂ ਨਾਨਕ ਕੋਲੋਂ ਜੋ ਮਰਜ਼ੀ ਲਈ ਜਾ। ਗੱਜ ਕੇ ਕਹਿ ਦਿਓ ਸਤਨਾਮ। ਅੱਜ ਇਸ ਪ੍ਰਚਾਰ ਦੀ ਲੋੜ ਹੈ ਮਾੜੀ ਜੀ, ਤਾਂ ਸ਼ੁਰੂ ਕਰਨ ਤੋਂ ਪਹਿਲੇ 2 ਮਿੰਟ ਕਹੀਦਾ। ਉਰੇ ਦਾਸ ਨਹੀਂ ਕਹਿ ਰਿਹਾ, ਤੁਹਾਡਾ ਇਤਿਹਾਸਕ ਗ੍ਰੰਥ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜਿਹਦੇ ਵਿੱਚ 6ਵੇਂ ਪਾਤਸ਼ਾਹ ਦੇ ਬਚਨ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਉਹ ਕੀ ਬਚਨ ਨੇ? ਭਾਈ ਬਦਲੀ ਸੋਢੀ ਅਤੇ ਸੇਠ ਗੋਪਾਲ, ਇਹ ਦੋਵਾਂ ਨੂੰ ਸਤਿਗੁਰਾਂ ਨੇ ਬਚਨ ਕੀਤੇ ਹੈ, ਗਾ ਕੇ ਪੜ੍ਹ ਲਓ ਮਾੜਾ ਜਿਹਾ ਜੀ। ਸਤ ਸੰਗਤ ਮੈਂ ਨੀਵੇਂ ਚੱਲੋ, ਸਤ ਸੰਗਤ ਮੈਂ ਨੀਵੇਂ ਚੱਲੋ, ਬੋਲੋ ਸਤ ਸੰਗ, ਹਾਂ ਸਤ। ਜਦੋਂ ਦਾਸ ਨੇ ਜਾਪ ਕਰਾਇਆ ਨਾ,
ਚਾਰ ਵਾਰੀ ਵਾਹਿਗੁਰੂ, ਦੋ ਵਾਰੀ ਧੰਨ ਧੰਨ ਬਾਬਾ ਦੀਪ ਸਿੰਘ। ਮੈਂ ਬੜਾ ਡਰਦੇ ਡਰਦੇ ਕਰਾਇਆ ਆਖੋ ਸਾਧਨਾ। ਮੈਂ ਕਿਹਾ ਪਤਾ ਨਹੀਂ ਪੂਰਨਪੁਰ ਦੀਆਂ ਬੀਬੀਆਂ ਬੋਲਣ ਕਿ ਨਾ ਆਖੋ ਸਾਧਨਾ। ਪਰ ਬੀਬੀਓ ਤੁਸੀਂ ਕਮਾਲ ਕਰਤੀ, ਕਿਰਪਾ ਕਰਤੀ, ਥੋੜ੍ਹੀਆਂ ਮਗਰ ਵਾਲੀਆਂ ਢਿੱਲੀਆਂ ਉਹ ਵੀ ਜ਼ਰਾ ਕਿਰਪਾ ਕਰੋ। ਬਾਬਾ ਆਨੰਦ ਸਿੰਘ ਦੇ ਬਚਨ ਨੇ, ਬੀਬੀਓ ਜਿੰਨੀ ਬਾਣੀ ਡੱਟ ਕੇ ਗਾਓਗੇ ਕਲਯੁਗ ਤੁਹਾਡੇ ਘਰ ਤੋਂ ਦੂਰ ਭੱਜੇਗਾ। ਆਖੋ ਸਾਧਨਾ ਜਿੰਨੀ ਭਿੱਜ ਕੇ, ਇਹ ਕੋਈ ਕਵਿਤਾ ਨਹੀਂ ਮੈਂ ਬੋਲ ਰਿਹਾ। ਤੁਸੀਂ ਸਮਝ ਗੁਰਕਬਾਲ ਸਿੰਘ ਨੇ ਆਪਣੀ ਧਾਰਨਾ ਬਣਾਈ ਹੈ, ਇਹ ਤੁਹਾਡਾ ਇਤਿਹਾਸਕ ਗ੍ਰੰਥ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੀ ਇਤਿਹਾਸਕ ਗੁਰਦੁਆਰੇ 'ਚ ਕਥਾ ਹੁੰਦੀ ਹੈ, ਉਹਦੇ 'ਚ ਸਾਡੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਲਿਖੇ ਨੇ। ਇਹਨਾਂ ਦੋਵਾਂ ਨੇ ਪੁੱਛਿਆ ਸੰਗਤ ਵਿੱਚ ਕਿਵੇਂ ਚੱਲੀਏ, ਭਾਈ ਬਦਲੀ ਸੋਢੀ ਅਤੇ ਭਾਈ ਸੇਠ ਗੋਪਾਲ। ਉਹ ਫਿਰ ਉਹਨਾਂ ਦਾ ਜਵਾਬ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਥੋੜ੍ਹੀਆਂ ਜਿਹੀਆਂ ਮਗਰ ਬੀਬੀਆਂ ਉਹ ਵੀ ਜ਼ਰਾ ਐਂ ਡੱਟ ਕੇ ਆਵਾਜ਼ ਚੁੱਕ ਕੇ ਬੋਲਣ ਜੀ, ਕਿਰਪਾ ਕਰਿਓ। ਇੱਕ ਸੁਰ ਮੈਂ ਹੋਰ ਵਧਾਉਣ ਲੱਗਾ ਬੀਬੀਓ, ਅਤੇ ਹੁਣ ਹੋਰ ਗੱਜ ਕੇ ਬੋਲਿਓ ਜ਼ਰਾ, ਕਿਰਪਾ ਕਰਿਓ। ਸਤ ਸੰਗਤ ਮੈਂ ਦੀਵੇ ਚੱਲੋ, ਸਤ ਸੰਗਤ ਮੈਂ ਦੀਵੇ ਚੱਲੋ। ਬੋਲੋ ਭੈਣੋ, ਸਤ ਨੀ ਸ਼ਾਬਾ, ਸਤ ਇਹੀ ਸੱਚਖੰਡ ਹੈ ਸਾਰੇ। ਸਤ ਸੰਗਤ ਮੈਂ ਦੀਵੇ ਚੱਲੋ, ਸਤ ਸੰਗਤ ਮੈਂ ਦੀਵੇ ਚੱਲੋ। ਸਤ ਇਹ ਛੇਵੇਂ ਪਾਤਸ਼ਾਹ ਦੇ ਬਚਨ ਨੇ, ਇਹਨੂੰ ਘੁੱਟ ਕੇ ਬੰਨੋ, ਚਲੋ ਘੁੱਟ ਕੇ ਬੰਨੋ। ਹਕੀਕਤ ਜੇ ਮੇਰੇ ਵਰਗਾ ਹੀ ਚਾਰ ਸ਼ਬਦ ਵਾਜੇ 'ਤੇ ਆ ਜਾਣ, ਜਿਹੜਾ ਕਥਾ ਸੋਹਣੀ ਕਰਨ ਲੱਗ ਪਈਏ, ਪੈਰ ਨਹੀਂ ਰੱਖਦੇ ਜ਼ਮੀਨ ਨੂੰ, ਲੈ ਲੈ ਆਪਾਂ ਬਣ ਗਏ ਹਾਂ ਕੁਝ। ਆਖੋ ਸਾਧਨਾ, ਇਹ ਲੋੜ ਹੈ ਪ੍ਰਚਾਰ ਦੀ। ਜਿੱਥੇ ਤੁਹਾਨੂੰ ਮਰਜ਼ੀ ਸਤਿਗੁਰੂ ਪਹੁੰਚਾ ਦੇਣ, ਪਰ ਸੰਗਤ ਤੋਂ ਕਦੀ ਵੱਡੇ ਨਾ ਬਣਿਓ। ਸੰਗਤ ਨੂੰ ਆਪਣੇ ਤੋਂ ਵੱਡਾ ਸਮਝਣਾ। ਛੇਵੇਂ ਪਾਤਸ਼ਾਹ ਕਹਿੰਦੇ, ਸਤ ਸੰਗਤ ਮੈਂ ਨੀਵੇਂ ਚਲੋ। ਹੁਣ ਅਗਲੀ ਗੱਲ ਸੁਣੋਗੇ, ਮਦਰ ਗਿਰਾ ਸਭ ਸਿੱਖਣ ਮਿਲੋ। ਮਦਰ ਦਾ ਕੀ ਅਰਥ ਹੈ? ਮਿਠਾਸ। ਮਦਰ ਗਿਰਾ ਦਾ ਅਰਥ ਜਵਾਨ। ਆਹ ਚੀਜ਼ਾਂ ਸੰਭਾਲੋ ਜਿਹੜੀ ਅੱਜ ਲੋੜ ਹੈ। ਯੂਪੀ ਤਾਂ ਫਿਰ ਵੀ ਬਚਿਆ, ਪੰਜਾਬ 'ਚ ਜ਼ਿਆਦਾ ਲੋੜ ਹੈ। ਆਖੋ ਸਤਨਾਮ, ਪੰਜਾਬ 'ਚ ਜ਼ਿਆਦਾ ਲੋੜ ਹੈ? ਨਹੀਂ ਜੀ, ਨਹੀਂ, ਇਹ ਫਲਾਣੀ ਟਕਸਾਲ ਦਾ, ਇਹਨੂੰ ਨਹੀਂ ਮੈਂ ਫਤਿਹ ਬੁਲਾਉਣੀ। ਆਖੋ ਸਤਨਾਮ। ਅਤੇ ਬਾਬਾ ਕਹਿੰਦਾ, ਮਦਰ ਗਿਰਾ ਸਭ ਸਿੱਖਣ ਮਿਲੋ। ਸਿੱਖ ਸਿੱਖ ਨੂੰ ਮਿਲੇ, ਮਿੱਠੀ ਜਵਾਨ ਨਾਲ ਮਿਲੇ, ਇੱਕ ਜਕਾਰਾ ਦਿਓ ਪਿਆਰ ਦੇ ਨਾਲ। ਆਹ ਲੋੜ ਹੈ ਪੰਥ 'ਚ। ਆ ਚੀਜ਼ਾਂ ਪੰਥ 'ਚ ਅਤ ਲੋੜ ਨੇ। ਇਹ ਸਾਰੇ ਗੁਰੂ ਗੋਬਿੰਦ ਸਿੰਘ ਦੇ ਗੁਲਦਸਤੇ ਦੇ ਫੁੱਲ ਨੇ। ਕੋਈ ਵੀ ਹੈ, ਭਾਵੇਂ ਸ਼੍ਰੋਮਣੀ ਕਮੇਟੀ, ਭਾਵੇਂ ਦਿੱਲੀ ਕਮੇਟੀ ਹੈ, ਭਾਵੇਂ ਖੰਡ ਕੀਰਤਨੀ ਜਥਾ ਸਤਿਕਾਰਯੋਗ, ਭਾਵੇਂ ਦਮਦਮੀ ਟਕਸਾਲ, ਭਾਵੇਂ ਰਾੜਾ ਸਾਹਿਬ ਦੀ ਟਕਸਾਲ, ਨਾਨਕਸਰ ਦੀ ਟਕਸਾਲ, ਹੋਤੀ ਮਰਦਾਨ ਦੀ ਟਕਸਾਲ, ਹੋਰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀਆਂ ਟਕਸਾਲਾਂ, ਕੋਈ ਕਿਤੇ ਕਿਤੇ ਵੀ ਜਿਵੇਂ ਡਿਊਟੀ ਲੱਗੀ ਹੈ, ਇਹ ਭਾਵਨਾ ਬਣਾਇਆ ਕਰੋ। ਇਹ ਬਾਜਾਂ ਦੇ ਗੁਲਦਸਤੇ ਦੇ ਫੁੱਲ ਨੇ, ਆਪਣੀ ਆਪਣੀ ਜਗ੍ਹਾ ਡਿਊਟੀਆਂ ਨਿਭਾ ਰਹੇ ਨੇ, ਆਪਣੀ ਆਪਣੀ ਜਗ੍ਹਾ ਸੇਵਾ ਨਿਭਾ ਰਹੇ ਨੇ। ਸਿੱਖ ਸਿੱਖ ਨੂੰ ਮਿਲੇ, ਇੰਝ ਮਿਲੇ, ਇਹਦਾ ਪਿਓ ਵੀ ਬਾਜਾਂ ਵਾਲਾ, ਮੇਰਾ ਪਿਓ ਵੀ ਬਾਜਾਂ ਵਾਲਾ, ਇਹਦੀ ਮਾਂ ਵੀ ਮਾਤਾ ਸਾਹਿਬ ਕੌਰ ਹੈ, ਮੇਰੀ ਮਾਂ ਵੀ ਮਾਤਾ ਸਾਹਿਬ, ਗੱਜ ਕੇ ਕਹਿ ਦਿਓ ਸਾਧਨਾ। ਇਹ ਵੀ ਵਾਸੀ ਆਨੰਦਪੁਰ ਦਾ, ਮੈਂ ਵੀ ਵਾਸੀ ਆਨੰਦਪੁਰ ਦਾ, ਕਹਿ ਦਿਓ ਗੱਜ ਕੇ ਸਾਧਨਾ। ਇਹ ਪੰਥ ਚੱਤ ਲੋੜ। ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਜਦੋਂ ਚੋਲਾ ਬਦਲਿਆ, ਤੁਹਾਨੂੰ ਪਤਾ ਫਿਰ ਡਿਊਟੀ ਕਿਹਨੂੰ ਮਿਲੀ? ਬਾਬਾ ਠਾਕਰ ਸਿੰਘ ਜੀ, ਦਮਦਮੀ ਟਕਸਾਲ ਵਾਲੇ, ਕਾਫੀ ਬਿਰਦ ਸੀ, ਚਿੱਟੀ ਦਸਤਾਰ ਸਜਾਉਂਦੇ ਸੀ, ਦਾਸ ਨਾਲ ਵੀ ਬਹੁਤ ਪਿਆਰ ਸੀ,
ਬਾਬਾ ਠਾਕਰ ਸਿੰਘ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼, ਔਰ ਇਹ ਟਕਸਾਲ ਚੱਲੀ ਬਾਬਾ ਦੀਪ ਸਿੰਘ ਜੀ ਤੋਂ, ਆਖੋ ਸਤਨਾਮ, ਦਮਦਮੀ ਟਕਸਾਲ, ਕਿੱਡੀ ਵੱਡੀ ਟਕਸਾਲ ਦੀ ਸੇਵਾ, ਔਰ ਇੱਕ ਸਵਾਸ ਨਹੀਂ ਬਿਰਥਾ, ਔਰ ਬ੍ਰਹਮ ਬੇਤਾ ਆਤਮਾ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ। ਸਵੇਰੇ 2:30 ਵਜੇ ਬਹਿੰਦੇ ਸੀ ਦਰਬਾਰ ਸਾਹਿਬ ਦੀ ਜਿਹੜੀ ਬਾਰੀ ਹੈ ਨਾ ਉੱਤੇ ਹਰਿਮੰਦਰ ਸਾਹਿਬ ਉੱਤੇ ਬਾਰੀਆਂ, ਇੱਕ ਬਾਰੀ ਵਾਲੀ ਜਗ੍ਹਾ 'ਤੇ ਉਹਨਾਂ ਪੈਣਾ, ਫਿਰ ਜਦੋਂ 4:30-5 ਵਜੇ ਸਰੂਪ ਆਉਣਾ ਅਤੇ ਉਦੋਂ ਥੱਲੇ ਉਤਰਨਾ ਦਰਸ਼ਨ ਕਰਨ ਲਈ। ਅਤੇ ਸਾਡੇ ਜਥੇ ਦਾ ਮੁੰਡਾ ਉਹ ਬੈਠਾ ਹੋਇਆ ਉੱਤੇ, ਉਹ ਵੀ ਕੋਲ ਆਪਣਾ ਦਰਬਾਰ ਸਾਹਿਬ ਦੇ ਉੱਤੇ ਜਿਹੜੀ ਕਈ ਸੰਗਤ ਬੈਠਦੀ ਬਾਰੀਆਂ 'ਚ, ਜਿਹੜੀਆਂ ਬਾਰੀਆਂ ਸਰੋਵਰ ਵੱਲ ਨੂੰ ਨਿਕਲਦਾ ਮੂੰਹ, ਅਤੇ ਉਹ ਵੀ ਹੋਰ ਵੀ ਸੰਗਤ ਬੈਠੀ, ਉਹ ਵੀ ਬੈਠਾ, ਅਤੇ ਉੱਠਣ ਲੱਗੇ ਤਾਂ ਕਿਤੇ ਤਰਸ ਆ ਗਿਆ ਬਾਬਾ ਠਾਕਰ ਸਿੰਘ ਦਮਦਮੀ ਟਕਸਾਲ ਵਾਲੇ, ਜਦੋਂ ਬਾਬਾ ਜਰਨੈਲ ਸਿੰਘ ਤੋਂ ਬਾਅਦ ਸੇਵਾ ਸੰਭਾਲੀ, ਅਤੇ ਉਹਨੂੰ ਕਹਿੰਦੇ ਥੱਲੇ ਮਹਾਰਾਜ ਦਾ ਸਰੂਪ ਆ ਗਿਆ, ਅਤੇ ਅਸੀਂ ਥੱਲੇ ਚੱਲੇ ਹਾਂ, ਤੂੰ ਸਾਡੀ ਜਗ੍ਹਾ 'ਤੇ ਬਹਿ ਜਾ, ਆਖੋ ਸਤਨਾਮ। ਤੂੰ ਉਹ ਵਿਚਾਰਾ ਸਮਝਿਆ ਨਾ, ਕਹਿੰਦਾ ਨਹੀਂ ਨਹੀਂ ਮਹਾਂਪੁਰਸ਼ੋ, ਮੈਂ ਆਪ ਵਾਲੀ ਜਗ੍ਹਾ 'ਤੇ ਨਹੀਂ ਬਹਿਣਾ। ਉਹ ਕਹਿੰਦੇ ਤੈਨੂੰ ਪਿਆਰ ਨਾਲ ਕਹਿ ਰਹੇ ਹਾਂ, ਅਸੀਂ ਥੱਲੇ ਚੱਲੇ ਹਾਂ, ਤੂੰ ਬਹਿ ਜਾ। ਉਹ ਦੂਜੀ ਵਾਰੀ ਵੀ ਨਾ ਰਮਾਂ ਹੀ ਸਮਝਿਆ, ਕਹਿੰਦੇ ਮਹਾਂਪੁਰਸ਼ ਆ ਜਾਂਦਾ ਮੌਜ 'ਚ। ਉਹਨਾਂ ਤੀਜੀ ਵਾਰੀ ਕਿਹਾ ਅਸੀਂ ਥੱਲੇ ਚੱਲੇ ਹਾਂ, ਸਰੂਪ ਆ ਗਿਆ, ਤੂੰ ਇੱਥੇ ਬਹਿ ਜਾ। ਪਤਾ ਨਹੀਂ ਤੀਜੀ ਵਾਰੀ ਕਿਤੇ ਗੱਲ ਕਿਤੇ ਖੁੱਲ੍ਹ ਗਈ, ਪਤਾ ਨਹੀਂ ਕੋਈ ਦੇਣਾ ਨਾ ਚਾਹੁੰਦੇ। ਹੁਣ ਆਖੋ ਸਤਨਾਮ, ਇਹ ਮੇਰੇ ਕੋਲ ਨਾ ਪੁੱਛ ਸਕਦੇ ਹੋ ਆਪਣੇ ਜਥਿਆਂ ਦਾ, ਉਹ ਵੀ ਕੀਰਤਨ ਕਰਦਾ ਜਥਾ ਬੀਬੀ ਕੌਲਾਂ ਭਲਾਈ ਗਈ। ਤੀਜੀ ਵਾਰੀ ਉਹਨੇ ਫਿਰ ਥੋੜ੍ਹਾ ਜਿਹਾ ਸੰਗਤ ਕੀਤੀ ਸੀ, ਉਹਨੇ ਹੱਥ ਜੋੜੇ ਸੱਤ ਬਚਨ, ਉਹ ਬੱਚੇ ਨੇ ਆਪ ਦੱਸਿਆ, ਕਹਿੰਦੇ ਬਹਿਣ ਦੀ ਦੇਰ ਸੀ, ਨਾਮ ਚੱਲ ਪਿਆ, ਆਖੋ ਸਤਨਾਮ। ਇੱਕ ਬ੍ਰਹਮ ਬੇਤਾ ਆਤਮਾ ਬੈਠੀ ਸੀ, ਬ੍ਰਹਮ ਬੇਤਾ ਜੁੜੀ ਹੋਈ, ਸਮਝਿਓ ਗੱਲ ਨੂੰ। ਅੱਜ ਦੀ ਡੇਟ 'ਚ ਉਹ ਬੱਚਾ ਪੰਜਾਂ ਪਿਆਰਿਆਂ ਦੀ ਡਿਊਟੀ ਨਿਭਾਉਂਦਾ, ਜਿੱਥੇ ਅੰਮ੍ਰਿਤ ਸੰਚਾਰ ਹੋਵੇ ਭਲਾਈ ਕੇਂਦਰ ਵੱਲੋਂ, ਉਹਦੀ ਡਿਊਟੀ ਅੰਮ੍ਰਿਤ ਸੰਚਾਰ 'ਚ ਐਡੀ ਵੱਡੀ ਲੱਗਦੀ ਹੈ। ਮੈਂ ਇੱਕ ਗੱਲ ਕਰ ਰਿਹਾ, ਉੱਥੇ ਹੀ ਆਇਓ, ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਐਡੀ ਬ੍ਰਹਮ ਬੇਤਾ ਆਤਮਾ, ਪਰ ਤੁਸੀਂ ਹੈਰਾਨ ਹੋਵੋਗੇ, ਡੇਰੇ ਦੇ ਵਿੱਚ ਜਿਹੜਾ 125-150 ਵਿਦਿਆਰਥੀ ਪੜ੍ਹਦਾ ਸੀ ਦਮਦਮੀ ਟਕਸਾਲ ਦੇ ਡੇਰੇ 'ਚ, ਸੰਥਿਆ ਲੈਂਦਾ ਸੀ, ਬਾਣੀ ਸ਼ੁੱਧ ਕਰਦਾ ਸੀ, ਬਾਣੀ ਕੰਠ, ਹੈਰਾਨ ਹੋਵੋਗੇ, ਬਾਬਾ ਠਾਕੁਰ ਸਿੰਘ ਜੀ ਜਿਹੜੀ ਸਵੇਰੇ ਪਹਿਲੀ ਪੰਗਤ ਲੱਗਦੀ ਸੀ ਨਾ ਵਿਦਿਆਰਥੀਆਂ ਦੀ, ਪਹਿਲੀ ਪੰਗਤ, ਉਹ ਪਹਿਲੀ ਪੰਗਤ ਵੇਲੇ ਵਿਦਿਆਰਥੀਆਂ ਨੂੰ ਪ੍ਰਸ਼ਾਦਾ ਆਪ ਛਕਾਉਣਾ, ਆਖੋ ਸਤਨਾਮ, ਵਿਦਿਆਰਥੀਆਂ ਨੂੰ ਖੀਰ ਆਪ ਪਾਉਣੀ, ਪ੍ਰਸ਼ਾਦਾ ਆਪ ਵਰਤਾਉਣਾ, ਸਬਜ਼ੀ ਪਹਿਲੀ ਪੰਗਤ, ਸਬਜ਼ੀ ਆਪ ਵਰਤਾਉਣੀ। ਚੱਲ ਆ ਠੀਕ ਹੈ, ਮਹਾਂਪੁਰਸ਼ ਵਿਦਿਆਰਥੀ ਦੀ ਸੇਵਾ ਕਰ ਰਿਹਾ, ਸਿੱਖੀ ਕੀ ਹੈ ਸਮਝਿਓ, ਸਿੱਖੀ ਆਏ, ਪ੍ਰਸ਼ਾਦਾ ਵਰਤਾਤਾ, ਖੀਰ ਵਰਤਾਤੀ, ਸਬਜ਼ੀ ਵਰਤਾਤੀ, ਜਲ ਵਰਤਾਤਾ। ਹੁਣ ਇੰਨਾ ਥੋੜ੍ਹਾ ਵਿਦਿਆਰਥੀਆਂ ਨੇ ਭੋਜਨ ਛੱਕ ਲੈਣਾ, ਉਹ ਸੰਗਤ ਜੀ ਜੂਠੇ ਬਰਤਨ ਬਾਬਾ ਠਾਕਰ ਸਿੰਘ ਜੀ ਨੇ ਆਪ ਚੁੱਕਣੇ। ਇੱਕ ਮਹਾਂਪੁਰਸ਼ ਡੇਰੇ ਦਾ ਮੁਖੀ ਗੱਜ ਕੇ ਆਖੋ ਸਾਹਿਬ, ਸਿੱਖੀ ਤੇ ਆਏ, ਇੱਕ ਡੇਰੇ ਦੇ ਮੁਖੀ ਜੂਠੇ ਬਰਤਨ ਆਪ ਚੱਕਣੇ, ਅਤੇ ਇੱਕ ਵਿਦਿਆਰਥੀ ਥੋੜ੍ਹੀ ਵੱਡੀ ਉਮਰ ਦਾ, ਉਹਨੇ ਕਹਿਤਾ, ਕਹਿੰਦਾ ਬਾਬਾ ਜੀ ਵਿਦਿਆਰਥੀ ਤੁਹਾਡੀ ਸੇਵਾ ਕਰਨ, ਤੁਸੀਂ ਇਹਨਾਂ ਦੀ ਸੇਵਾ ਕਰਦੇ ਹੋ, ਆਖੋ ਸਾਧਨਾ, ਤੁਸੀਂ ਕਿਉਂ ਲੰਗਰ ਵਰਤਾਉਂਦੇ ਹੋ ਇਹਨਾਂ ਨੂੰ, ਤੁਸੀਂ ਕਿਉਂ ਥਾਲ ਰੱਖਦੇ ਹੋ ਅੱਗੇ, ਤੁਸੀਂ ਕਿਉਂ, ਇਹ ਮੇਰੇ ਮੋਬਾਈਲ 'ਚ ਨਾ ਸਾਰੀ ਵੀਡੀਓ ਹੈ, ਕੋਈ ਵੇਖਣਾ ਚਾਹੇ, ਉਹ ਆਪ ਵਰਤਾ ਰਹੇ ਆ, ਚੱਕ ਰਹੇ, ਸੇਵਾ ਕਰ ਰਹੇ ਆ। ਮੈਂ ਤਾਂ ਕਹਿੰਦਾ ਵੀ ਸਮਾਂ ਆ ਗਿਆ ਮੀਡੀਆ ਦਾ, ਕੁਝ ਵੇਖਣਾ ਚਾਹੇ, ਉਹ ਵੀ ਕੁਦਰਤੀ ਕਿਸੇ ਨੇ ਲਈ ਹੋਏਗੀ। ਉਦੋਂ ਉਹ ਕਿਸੇ ਕਹਿਤਾ ਬਾਬਾ ਠਾਕਰ ਸਿੰਘ ਜੀ ਨੂੰ ਵਿਦਿਆਰਥੀ ਸੇਵਾ ਤੁਹਾਡੀ ਕਰਨ, ਤੁਸੀਂ ਵਿਦਿਆਰਥੀਆਂ ਦੀ ਸੇਵਾ ਕਿਉਂ ਕਰਦੇ ਹੋ? ਅਤੇ ਅੱਗੋਂ ਕਹਿੰਦੇ ਦਿਨੇ ਉਹੀ ਕਰਦੇ ਆ, ਆਖੋ ਸਾਧਨਾ, ਸਿਰਫ ਪਹਿਲੀ ਪੰਗ ਛਕਾਉਂਦੇ ਸੀ ਸਵੇਰੇ, ਦਿਨੇ ਫਿਰ ਜੋ ਵੀ ਵਿਦਿਆਰਥੀਆਂ ਸੇਵਾ ਕਰਨੀ, ਕਹਿੰਦੇ ਦਿਨੇ ਉਹੀ ਕਰਦੇ ਆ। ਨਹੀਂ ਜੀ, ਜਿਹੜੀ ਸਵੇਰੀ ਪਹਿਲੀ ਪੰਗਤ 'ਤੇ
ਉਹ ਵੀ ਉਹ ਸੇਵਾ ਕਰਨ, ਤੁਸੀਂ ਕਿਉਂ ਕਰਦੇ ਹੋ? ਤੇ ਬਾਬਾ ਠਾਕਰ ਸਿੰਘ ਜੀ ਨੇ ਕਹਿਣਾ, ਕਹਿੰਦੇ ਉਹ ਭੋਲਿਆ, ਮੈਂ ਇਹਨਾਂ ਵਿਦਿਆਰਥੀਆਂ ਦੀ ਸੇਵਾ ਵਿਦਿਆਰਥੀ ਸਮਝ ਕੇ ਨਹੀਂ ਕਰਦਾ, ਬਾਜਾਂ ਵਾਲੇ ਦਾ ਖਾਲਸਾ ਸਮਝ ਕੇ ਸੇਵਾ ਕਰਦਾ। ਦੇਖੋ ਉਹ ਕਹਿੰਦੇ ਮੈਂ ਇਹਨਾਂ ਦੀ ਸੇਵਾ ਵਿਦਿਆਰਥੀ ਸਮਝ ਕੇ ਨਹੀਂ ਕਰਦਾ, ਇਹਨਾਂ ਦੀ ਸੇਵਾ ਖਾਲਸੇ ਦੀ ਸੇਵਾ, ਸੰਗਤ ਦੀ ਸੇਵਾ ਗੱਜ ਕੇ ਕਹਿ ਦਿਓ ਸਤਨਾਮ। ਮੇਰਾ ਕੋਈ ਹੋਰ ਮਕਸਦ ਨਹੀਂ ਗੱਲ ਸੁਣਾਉਣ ਨਾਲ, ਕਿ ਜਿੱਦਣ ਆ ਸਾਡੀਆਂ ਅੱਖਾਂ ਖੁੱਲ ਗਈਆਂ ਨਾ, ਤੇ ਮੈਂ ਕਹਿੰਦਾ ਵੇਖੋ ਫਿਰ ਪੰਥ ਕਿੱਥੇ ਜਾਂਦਾ, ਗੱਜ ਕੇ ਆਖੋ ਸਤਨਾਮ, ਫਿਰ ਸਿੱਖੀ ਕਿੱਥੇ ਜਾਂਦੀ ਏ। ਇਹ ਜਿੰਨੀਆਂ ਸੰਗਤਾਂ ਬੈਠੀਆਂ ਜੇ ਪਿਆਰ ਦੇ ਨਾਲ, ਇਹ ਮੈਂ ਉੱਥੇ ਹੀ ਗੱਲ ਲਿਆ ਰਿਹਾ, ਸਭ ਤੋਂ ਪਹਿਲਾਂ ਇਹ ਸਾਰਾ ਜਥਾ ਸਾਰੀ ਸੰਗਤ ਦੇ, ਅਸੀਂ ਰਾਗੀ ਬਣ ਕੇ ਨਹੀਂ, ਮੈਂ ਸੱਚ ਕਹਿੰਦਾ ਤੁਸੀਂ ਵੱਡੇ ਹੋ, ਇਹ ਸਾਰਾ ਜਥਾ ਸਾਰੀ ਸੰਗਤ ਦੇ ਚਰਨਾਂ 'ਤੇ ਨਮਸਕਾਰ ਕਰਦਾ, ਪ੍ਰਵਾਨ ਕਰਿਓ। ਅਤੇ ਹੁਣ ਦੱਸੋ ਸ਼ਬਦ ਕਿਹੜਾ ਬੋਲ ਰਹੇ ਸੀ ਆਪਾਂ? ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਦੁਬਾਰਾ ਬੋਲਿਓ ਜੀ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਇਹ ਬਲ ਬਲ ਜਾਣਾ ਤਿੰਨ ਤਰ੍ਹਾਂ ਦਾ, ਸੁਣਿਓ। ਪਹਿਲਾ ਬਲ ਬਲ ਜਾਣਾ, ਤੁਸੀਂ ਪਿਆਰ 'ਚ ਆਏ ਤਾਂ ਕਹਿਤਾ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਇਹ ਵੀ ਬਲ ਬਲ ਜਾਣਾ, ਇਹ ਵੀ ਪਹੁੰਚਦਾ, ਪਹੁੰਚਦਾ ਕਿ ਨਹੀਂ ਜੀ? ਸੁਣਿਓ, ਤਸੱਲੀ ਹੋ ਜੇ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਗੱਜ ਕੇ ਆਖੋ ਸਤਨਾਮ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਦੂਜਾ ਬਲ ਬਲ ਜਾਣਾ, ਭਗਤ ਦੇ ਅਸਥਾਨ ਤੇ ਸਰੀਰ ਕਰਕੇ ਸੇਵਾ ਕਰਨੀ, ਕਹਿ ਦਿਓ ਗੱਜ ਕੇ ਸਤਨਾਮ। ਇਹ ਦੂਜਾ ਬਲ ਬਲ ਜਾਣਾ ਹੋਰ ਵੱਡਾ, ਹੋਰ ਇਹਦੇ ਵਿੱਚ ਬਖਸ਼ਿਸ਼ਾਂ, ਹੋਰ ਇਹਦੇ ਵਿੱਚ ਕਿਰਪਾ, ਹੋਰ ਇਹਦੇ ਵਿੱਚ ਰਹਿਮਤਾਂ, ਹੋਰ ਇਹਦੇ ਵਿੱਚ ਬਖਸ਼ਿਸ਼ਾਂ। ਅਤੇ ਅੱਜ ਜਿਹੜੀ ਵਿਚਾਰ ਕਰਨੀ ਹੈ ਨਾ ਜੀ, ਡੇਢ ਕੁ ਵਜੇ ਤੱਕ ਉਹ ਅੱਜ ਵਿਚਾਰ ਕਰਨੀ ਹੈ। ਤੀਜਾ ਬਲ ਬਲ ਜਾਣਾ, ਜੋ ਭਗਤ ਨੇ ਕੀਤਾ ਦਸ ਪੈਸੇ ਅਸੀਂ ਵੀ ਚੱਲ ਪਈਏ, ਆਖੋ ਸਤਨਾਮ। ਜੋ ਭਗਤ ਨੇ ਕੀਤਾ ਦਸ ਪੈਸੇ ਅਸੀਂ ਵੀ ਉਹਦੇ 'ਤੇ ਤੁਰ ਪਈਏ। ਜੋ ਭਗਤਾਂ ਨੇ ਜ਼ਿੰਦਗੀ 'ਚ ਕਮਾਇਆ, ਯੂਪੀ ਵਾਲਿਓ ਮੈਂ ਕਈ ਵਾਰੀ ਸੋਚਣ 'ਤੇ ਮਜਬੂਰ ਹੋ ਜਾਂਦਾ, ਮੈਂ ਸਿਰ ਫੜ ਕੇ ਬਹਿ ਜਾਂਦਾ, ਸੋਚਣ 'ਤੇ ਮਜਬੂਰ ਹੋ ਜਾਂਦਾ ਕਿ ਬਾਬਾ ਦੀਪ ਸਿੰਘ ਨੇ ਕਿੰਨੇ ਕੁ ਚੌਂਕੜੇ ਮਾਰੇ, ਆਖੋ ਸਤਨਾਮ। ਕੀਤਾ ਕੀ ਹੈ, ਸਾਰੇ ਪਾਸੇ ਜੈ ਜੈਕਾਰ, ਗੱਜ ਕੇ ਆਖੋ ਸਤਨਾਮ। ਅਮਰੀਕਾ 'ਚ ਵੀ ਬਾਬਾ ਜੀ ਦਾ ਦਿਹਾੜਾ ਮਨਾਉਂਦੇ, ਇੰਗਲੈਂਡ 'ਚ ਵੀ ਮਨਾਉਂਦੇ, ਪੰਜਾਬ 'ਚ ਕਿੰਨੀਆਂ ਜਗ੍ਹਾ, ਇੱਥੇ ਵੀ ਤੁਹਾਡੇ ਇਸ਼ਤਿਹਾਰਾਂ 'ਤੇ ਪੜਿਆ ਵੀ ਬਾਬਾ ਜੀ ਦੇ ਦਿਹਾੜੇ ਨੂੰ ਪਿਆਰ ਨੂੰ। ਇਹ ਤੁਸੀਂ ਵੀ ਕਈ ਵਾਰੀ ਸੋਚਦੇ ਹੋਵੋਗੇ, ਬਾਜਾਂ ਦਾ ਕਿੰਨਾ ਵੱਡਾ ਹੋਊ, ਉਹਨਾਂ ਦਾ ਇੱਕ ਸਿੱਖ ਨਹੀਂ ਮਾਣ, ਉਹਨਾਂ ਦੇ ਇੱਕ ਸਿੱਖ ਦੀ ਚਾਰੇ ਕੁੰਟਾਂ 'ਚ ਜੈ ਜੈਕਾਰ ਹੋ ਰਹੀ ਬਾਬਾ ਦੀਪ ਸਿੰਘ ਦੇ। ਅਤੇ ਦਾਸ ਕਈ ਵਾਰੀ ਸੋਚਦਾ ਏਡੀ ਬਾਬਾ ਦੀਪ ਸਿੰਘ ਦੀ ਜੈ ਜੈਕਾਰ, ਇੱਕ ਕੀ ਕੀਤਾ ਬਾਬਾ ਜੀ ਨੇ। ਅਤੇ ਅੱਜ ਸੁਣਿਓ, ਜੋ ਸੋਚਣ 'ਚ ਆਉਂਦਾ ਉਹ ਬਲ ਬਲ ਜਾਇਓ। ਬਾਬਾ ਦੀਪ ਸਿੰਘ ਜੀ ਦੀ ਵਡਿਆਈਆਂ ਵਿੱਚੋਂ ਇੱਕ ਵਡਿਆਈ, ਬਾਬਾ ਜੀ ਨੇ ਹਉਮੈ ਨੂੰ ਨੇੜੇ ਨਹੀਂ ਆਉਣ ਦਿੱਤਾ, ਆਖੋ ਸਤਨਾਮ। ਮੈਨੂੰ ਨੇੜੇ ਨਹੀਂ ਆਉਣ ਦਿੱਤਾ, ਮੈਂ ਦਾ ਕੰਟਰੋਲ ਰੱਖਿਆ। ਔਰ ਇੱਥੋਂ ਤੱਕ ਜਿਹੜੇ ਬਾਬਾ ਜੀ ਦੇ ਸਾਥੀ ਸੀ,
ਉੱਥੇ ਵੀ ਯਤਨ ਕੀਤਾ ਇਹਨਾਂ ਨੂੰ ਵੀ ਕਿਤੇ ਮੈਂ ਨਾ ਆ ਜੇ, ਇਹਨਾਂ ਦੀ ਕਮਾਈ ਹੋਈ ਸੇਵਾ ਡੁੱਲ ਨਾ ਜਾਏ। ਆਖੋ ਸਤਨਾਮ। ਅੱਜ ਆ ਸਤਸੰਗ ਕਰਿਓ, ਐਡਾ ਵੱਡਾ ਪੰਡਾਲ ਮੈਂ ਵੇਖ ਕੇ ਹੈਰਾਨ ਹੋ ਗਿਆ। ਮੈਂ ਸੋਚਿਆ ਸੀ ਗੁਰਦੁਆਰੇ ਦੇ ਅੰਦਰ ਹੀ ਦੀਵਾਨ ਹੋਣਗੇ, ਪੂਰਨਪੁਰ ਪਹਿਲੀ ਵਾਰੀ ਹੈ ਵੀ ਪੂਰੀ ਉਹ ਰੱਬ ਦੀ ਖੁੱਡ ਹੀ ਹੈ। ਆਖੋ ਸਤਨਾਮ। ਅੰਦਰ ਵੜਦਿਆਂ ਸੜਕ ਮੁੱਕਦੀ ਹੋਈ ਰਹੀ, ਮੈਂ ਕਿਹਾ ਅੱਗੇ ਲੇਟ ਹਾਂ, ਉਧਰੋਂ ਸੜਕ ਨਹੀਂ ਮੁੱਕਣ ਡਈ। ਇਹ ਕਹਿੰਦੇ ਇੱਕ ਘਰ ਚਾਹ ਪਾਣੀ ਰੱਖਿਆ, ਮੈਂ ਕਿਹਾ ਹੁਣ ਚਾਹ ਪਾਣੀ ਨੂੰ ਮਿਸ ਕਰ ਦਿਓ, ਘਰਦਿਆਂ ਨੂੰ ਆਪੇ ਸੀਸਾਂ ਮਿਲ ਜਾਣੀਆਂ। ਚਾਹ ਪਾਣੀ ਵੱਡਾ ਨਹੀਂ, ਆਹ ਵੱਡੀ ਆ ਜਿਹੜੀ ਬੈਠੀ ਸੰਗਤ ਸਾਡੇ ਪਿਆਰੇ ਦੀ। ਸਤਿ ਸ੍ਰੀ ਅਕਾਲ। ਕਿਉਂਕਿ ਟ੍ਰੇਨ ਸਵੇਰੇ ਡੇਢ ਕੁ ਘੰਟਾ ਲੇਟ, ਉੱਥੇ ਜਿਹੜੀ ਪੰਜਾਬ ਮੇਲ ਉੱਥੋਂ ਥੋੜ੍ਹੀ ਥੋੜ੍ਹੀ ਲੇਟ ਚੱਲਦਾ ਰਿਹਾ ਕੰਮ, ਅਤੇ ਗੱਲ ਕਰ ਰਹੇ ਹਾਂ ਵੀ ਅੱਜ ਆਹ ਸਤਸੰਗ ਕਰਨਾ। ਤੀਜਾ ਬਲ ਬਲ ਵੀ ਜੋ ਬਾਬਾ ਦੀਪ ਸਿੰਘ ਬਾਬਾ ਬੁੱਢਾ ਜੀ ਨੇ ਕਮਾਇਆ ਅਸੀਂ ਰੀਸ ਨਹੀਂ ਕਰ ਸਕਦੇ, ਦਸ ਪੈਸੇ 'ਤੇ ਚੱਲੀਏ। ਆਖੋ ਸਤਨਾਮ। ਬਾਬਾ ਜੀ ਖੁਸ਼ ਹੋਣ ਕਿ ਗੁਰਦੁਆਰਾ ਦੁੱਖ ਨਿਵਾਰਨ ਪਾਤਸ਼ਾਹੀ ਦਸਵੀਂ ਦੀ ਕਮੇਟੀ ਔਰ ਇੱਥੋਂ ਦੇ ਮਹਾਂਪੁਰਸ਼ ਸੇਵਾ ਕਰਾਉਣ ਵਾਲੇ ਉਹਨਾਂ ਕੋਲੋਂ ਮਹਾਰਾਜ ਨੇ ਐਡੇ ਐਡੇ ਵੱਡੇ ਪੰਡਾਲ ਐਡੀਆਂ ਵਿਛਾਈਆਂ ਦੀ ਸੇਵਾ ਲਈ, ਇਹ ਕਿਤੇ ਖਾਤੇ 'ਚ ਪਵੇ। ਆਖੋ ਸਾਧਨਾ। ਇਹ ਕਿਤੇ ਖਾਤੇ 'ਚ ਪਵੇ, ਕਿਸੇ ਥਾਂ ਪਵੇ, ਇਹ ਸੋਚਣਾ ਪਊ। ਬਾਬਾ ਜੀ ਦੀ ਜੈ ਜੈਕਾਰ ਕਿਉਂ? ਬਾਬਾ ਦੀਪ ਸਿੰਘ ਨੇ ਮੈਨੂੰ ਨੇੜੇ ਨਹੀਂ ਆਉਣ ਦਿੱਤਾ। ਤੁਹਾਨੂੰ ਪਤਾ ਅਬਦਾਲੀ ਨੇ ਧੀਆਂ ਭੈਣਾਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਗਲਤ ਨੀਅਤ ਨਾਲ ਲੁੱਟੀਆਂ, ਬੰਨਿਆਂ ਗੱਡਿਆਂ 'ਤੇ, ਔਰ ਕਈ ਇਤਿਹਾਸਕਾਰਾਂ ਵੱਲੋਂ ਗਿਣਤੀ 22,000 ਆਉਂਦੀ ਹੈ। ਸਾਡੇ ਬਾਬਾ ਜੀ ਨੇ ਛੁਡਾਇਆ, ਘਰ ਘਰ ਪਹੁੰਚਾਇਆ, ਇਹ ਚੀਜ਼ਾਂ ਚੱਲਦੀਆਂ ਰਹੀਆਂ। ਉਹ ਬਹੂ ਬੇਟੀਆਂ ਨੂੰ ਲੁੱਟਦੇ ਸੀ, ਬਾਬਾ ਜੀ ਛੁਡਾਉਂਦੇ ਸੀ, ਭੇਜਦੇ ਸੀ। ਅਤੇ ਬਾਬਾ ਜੀ ਜਦੋਂ ਸਿੰਘਾਂ ਦੇ ਹੱਥ ਭੇਜਦੇ ਸੀ ਨਾ, ਆਹ ਦੋ ਬੱਚੀਆਂ ਨੂੰ ਤੈਂ ਘਰ ਪਹੁੰਚਾ ਕੇ ਆਉਣਾ, ਇਹ ਦੋ ਨੂੰ ਤੈਂ, ਜਦੋਂ ਪਹੁੰਚਾ ਕੇ ਆਉਂਦੇ ਸੀ ਨਾ, ਅਤੇ ਬਾਬਾ ਦੀਪ ਸਿੰਘ ਪੁੱਛਦੇ ਸੀ ਕੀ ਕਹਿੰਦੇ ਸੀ ਇਹਨਾਂ ਦੇ ਮਾਂ ਬਾਪ। ਆਖੋ ਸਤਨਾਮ। ਬਾਬਾ ਜੀ ਸੀਸਾਂ ਦਿੰਦੇ ਸੀ। ਬਾਬਾ ਜੀ ਬਹੁਤ ਬਹੁਤ ਸ਼ੁਕਰਾਨੇ, ਬਹੁਤ ਬਹੁਤ ਬਾਬਾ ਜੀ ਪ੍ਰਸੰਨ ਸੀ। ਬਾਬਾ ਜੀ ਨੇ ਸਾਰੀ ਗੱਲ ਸੁਣ ਕੇ ਨਾ, ਅਤੇ ਮੈਂ ਹੈਰਾਨ ਹਾਂ, ਬਾਬਾ ਦੀਪ ਸਿੰਘ ਨੇ ਸਿੰਘਾਂ ਨੂੰ ਕਹਿਣਾ, ਉਹ ਭਾਈ ਬੜੀ ਵੱਡੀ ਸੇਵਾ ਲਈ ਬਾਜਾਂ ਵਾਲੇ ਨੇ ਤੁਹਾਡੇ ਕੋਲੋਂ, ਹੁਣ ਕਿਤੇ ਨਿੱਘੀ ਜਿਹੀ ਮੈਂ ਆ ਗਈ ਨਾ, ਆਉਂਦੀ ਪਈ ਹੈ, ਜਿਹੜਾ ਸੁਣਿਓ ਦੌੜੀ ਦੌੜੀ ਆਉਣ ਡਈ ਹੈ, ਜੇ ਆ ਗਈ ਨਾ ਮੈਂ, ਲਓ ਅਬਦਾਲੀ ਲੁੱਟਦਾ, ਅਸੀਂ ਛੁਡਾ ਕੇ ਘਰ ਪਹੁੰਚਾ ਕੇ ਆਉਂਦੇ ਹਾਂ। ਬਾਬਾ ਜੀ ਕਹਿੰਦੇ ਬਸ ਇਹ ਮੈਂ ਆ ਗਈ ਨਾ, ਅਤੇ ਕੀਤੀ ਸੇਵਾ ਡੁੱਲ ਜਾਏਗੀ। ਬਾਬਾ ਦੀਪ ਸਿੰਘ ਨੇ ਸਾਥੀਆਂ ਨੂੰ ਵੀ ਕਹਿਣਾ, ਜਿਹੜੇ ਦਰਖਤ ਥੱਲੇ ਦਰਖਤ ਹੁੰਦੇ ਸੀ ਉਦੋਂ, ਜਿਹੜੇ ਦਰਖਤ ਥੱਲੇ ਜਗ੍ਹਾ ਮਿਲਦੀ ਬਹਿ ਜਾਓ, ਅਤੇ ਪੰਜ ਪੰਜ ਪਾੜ ਜਾਪ ਸਾਹਿਬ ਦੀ ਹਾਜ਼ਰੀ ਲਾਓ, ਸ਼ੁਕਰਾਨੇ ਦੀ ਮੈਂ ਨਾ ਆ ਜੇ, ਉਲਟੀ ਸ਼ੁਕਰਾਨੇ ਦੀ ਹਾਜ਼ਰੀ ਲਾਓ, ਗੁਰੂ ਗੋਬਿੰਦ ਸਿੰਘ ਤੇਰਾ ਸ਼ੁਕਰ ਹੈ ਤੂੰ ਸਾਡੇ ਕੋਲੋਂ ਸੇਵਾ ਲਈ ਹੈ, ਮੈਂ ਨਹੀਂ ਆਉਣ ਦਿੱਤੀ। ਆਖੋ ਸਤਨਾਮ। ਅਤੇ ਦੂਜਾ ਸੁਣ ਲਓ, ਬਾਬਾ ਬੁੱਢਾ ਸਾਹਿਬ ਦੀ ਗਰੀਬੀ, ਹੋਏ ਹੋਏ ਕੰਨਾਂ ਨੂੰ ਹੱਥ ਲੱਗ ਜਾਂਦਾ। ਤੁਹਾਨੂੰ ਪਤਾ ਬਾਬਾ ਬੁੱਢਾ ਸਾਹਿਬ ਚੋਲਾ ਕਿੱਥੇ ਛੱਡਿਆ? ਰਮਦਾਸ ਸਾਹਿਬ, ਅੰਮ੍ਰਿਤਸਰ ਤੋਂ ਅੱਧੇ ਪੌਣੇ ਘੰਟੇ ਦਾ ਰਾਹ। ਤੁਹਾਨੂੰ ਪਤਾ ਇੱਕ ਦਿਨ ਪਹਿਲਾਂ ਕਿਹਨੂੰ ਯਾਦ ਕੀਤਾ? ਬਾਬਾ ਬੁੱਢਾ ਸਾਹਿਬ ਨੇ, ਕਿਉਂਕਿ ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ ਤਿਆਰੀ ਹੈ, ਸਮਾਂ ਆ ਗਿਆ। ਆ ਕਈ ਵਹਿਮ ਕਰਦੇ ਆ ਜੀ, ਇਹ ਕਿਵੇਂ ਪਤਾ ਲੱਗ ਜਾਂਦਾ ਸਮਾਂ ਆ ਗਿਆ? ਜਿਹਨਾਂ ਨੂੰ ਵਹਿਮ ਆ ਜਾਵੇ ਇਹ ਪੰਕਤੀ ਪੜਿਆ ਕਰੋ, ਪ੍ਰਭ ਕੈ ਸਿਮਰਨ ਸਭ ਕਿਛ ਸੂਝੇ। ਬੋਲੋ ਸਾਰੇ, ਪ੍ਰਭ ਕੈ ਸਿਮਰਨ ਸਭ ਕਿਛ, ਇਹਦਾ ਕੀ ਅਰਥ ਹੈ? ਸਭ ਕਿਛ ਇਹ ਸਿਮਰਨ ਦੀ ਬਰਕਤ ਹੈ, ਸਿਮਰਨ ਦੀ ਬਰਕਤ ਨਾਲ ਸੁੱਝ ਜਾਂਦਾ ਕੱਲ੍ਹ ਜਾਣਾ। ਆਖੋ ਸਾਧਨਾ। ਸੁੱਝ ਜਾਂਦਾ ਪਰਸੋਂ ਜਾਣਾ, ਤਿਆਰੀ ਹੈ। ਇਹ ਮੈਂ ਪੰਕਤੀ ਤਾਂ ਬੋਲਣਾ ਕਿਸੇ ਦੇ ਵਹਿਮ ਨਾ ਲੱਗ ਜਾਵੇ। ਬਾਬਾ ਜੀ ਨੂੰ ਇੱਕ ਦੋ ਦਿਨ ਪਹਿਲੇ ਹੀ ਸਾਰਾ ਚਾਨਣਾ ਹੋ ਗਿਆ, ਕਿਹਨੂੰ ਸੁਨੇਹਾ ਭੇਜਿਆ ਸੀ?
ਛੇਵੇਂ ਪਾਤਸ਼ਾਹ ਵੀ ਗੁਰੂ ਹਰਗੋਬਿੰਦ ਸਾਹਿਬ ਚਾਲੇ ਪਾਉਣੇ ਹੈ, ਕੱਲ ਦਰਸ਼ਨ ਦੇ ਦਿਓ। ਆਖੋ ਸਤਨਾਮ। ਸਾਡੇ ਪਿਤਾ ਜੀ ਗਏ ਗੁਰੂ ਹਰਗੋਬਿੰਦ ਸਾਹਿਬ ਨਾਲ, ਬਾਬਾ ਬਿਧੀ ਚੰਦ ਨਾਲ, ਹੋਰ ਸਿੱਖ। ਮੈਂ ਗੱਲ ਜਿੱਥੇ ਲਿਆਉਣੀ ਨਾ, ਬੜੀ ਜਲਦੀ ਲਿਆ ਰਿਹਾ, ਸੁਣਿਓ। ਗਰੀਬੀ ਵਾਣ ਵਾਲੇ ਮੰਜੇ ਸੀ, ਵਾਣ ਵਾਲੇ ਐਡੇ ਐਡੇ ਚੌੜੇ ਪਾਵੇ ਪਿਛਲੇ, ਇੱਕ ਮੰਜੇ 'ਤੇ ਬਾਬਾ ਜੀ ਲੇਟੇ ਖੀਰਲੀ ਰਾਤ, ਦੂਜੇ ਮੰਜੇ 'ਤੇ ਸਾਡਾ ਪਿਓ ਬੈਠਾ ਛੇਵਾਂ ਪਾਤਸ਼ਾਹ ਨਾਲ, ਸਿੱਖ ਖੜੇ ਆਸੇ ਪਾਸੇ। ਇਸ ਤਰ੍ਹਾਂ ਹੀ ਸੰਗਤਾਂ ਜੁੜੀਆਂ ਵਿਰਾਗ ਵਿੱਚ ਕਿ ਅੱਜ ਖੀਰਲੀ ਰਾਤ ਹੈ ਬਾਬਾ ਬੁੱਢਾ ਸਾਹਿਬ ਦੀ। ਆਖੋ ਸਤਨਾਮ। ਬਾਬਾ ਜੀ ਨੇ ਚੋਲਾ ਤਿਆਗ ਦੇਣਾ। ਇੱਥੇ ਬੜੇ ਸਵਾਲ ਜਵਾਬ ਹੈਗੇ ਆ, ਪਰ ਮੈਂ ਉਹ ਨਹੀਂ ਲੈਣੇ, ਮੇਨ ਸਬਜੈਕਟ ਨਾ ਰਹਿ ਜੇ ਜਿਹੜਾ ਮੈਂ ਸਿਰਫ ਗੱਲ ਚੱਲ ਰਹੀ ਹੈ ਹੋਮੇ ਨੂੰ ਮਾਰਨ ਦੀ, ਗੱਲ ਚੱਲ ਰਹੀ ਨਿਮਰਤਾ ਦੀ। ਅੱਜ ਕਿਉਂ ਜਾਇ ਜਾ ਕਰ ਬਾਬਾ ਬੁੱਢਾ ਸਾਹਿਬ, ਬਾਬਾ ਦੀਪ ਸਿੰਘ, ਮੈਂ ਇਹਨੂੰ ਕੰਟਰੋਲ ਰੱਖਿਆ, ਮੈਂ ਇਹਨੂੰ ਕੰਟਰੋਲ ਰੱਖਿਆ, ਜਾਇ ਜਾ ਕਰ। ਸੁਣਿਓ ਗੱਲ ਜਿਹੜੀ ਮੈਂ ਅਤੇ ਨਿਮਰਤਾ 'ਤੇ ਚੱਲ ਰਹੀ। ਬਾਬਾ ਬੁੱਢਾ ਸਾਹਿਬ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ, ਬਚਨ ਹੋਰ ਬੜੇ ਹੈ ਸੰਗਤਾਂ, ਜਿਵੇਂ ਕਈਆਂ ਨੇ ਬਚਨ ਕੀਤੇ ਕਿ ਸਾਰਾ ਤਜਰਬਾ ਦੇ ਦਿਓ 125 ਸਾਲ ਦਾ। ਆਖੋ ਸਤਨਾਮ। ਹੁਣ ਉੱਧਰ ਜਾਵਾਂ ਵੱਖਰਾ ਸਬਜੈਕਟ ਛਿੜ ਪੈਣਾ, ਮੈਂ ਉਸੇ ਸਬਜੈਕਟ 'ਤੇ ਹੀ ਰਹੀਏ। ਆਉਂ ਲੰਮੇ ਪਏ ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਦੂਜੇ ਬੈਠੇ ਮੰਜੇ ਪਾਉਣ ਵਾਲੇ ਦੇ ਉੱਤੇ ਚੌੜੇ ਪਾਵਿਆਂ ਵਾਲਾ, ਅਤੇ ਬਾਬਾ ਬੁੱਢਾ ਸਾਹਿਬ ਬੋਲੇ ਇੰਝ ਲੰਮੇ ਪਏ ਪਏ ਹੱਥ ਜੋੜ ਕੇ ਨਾ ਛੇਵੇਂ ਪਾਤਸ਼ਾਹ ਵੱਲ ਵੇਖ ਕੇ, ਛੇਵੇਂ ਪਾਤਸ਼ਾਹ ਕੁਝ ਮੰਗਣਾ, ਨਾ ਤਾਂ ਨਹੀਂ ਕਰੋਗੇ? ਆਖੋ ਸਤਨਾਮ। ਬਾਬਾ ਜੀ ਮੌਤ 'ਚ ਆ ਗਏ ਗੁਰੂ ਹਰਗੋਬਿੰਦ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਹੁਕਮ ਕਰੋ। ਬਾਬਾ ਬੁੱਢਾ ਸਾਹਿਬ ਜੀ ਹੁਕਮ ਕਰੋ, ਮੁੱਖ 'ਚੋਂ ਕੱਢੋ। ਦੇਖੋ ਖੀਰਲੀ ਰਾਤ ਬਾਬਾ ਬੁੱਢਾ ਸਾਹਿਬ ਫਿਰ ਬੋਲੇ, ਮਹਾਰਾਜ ਦੇਖ ਲਓ ਨਾ ਤਾਂ ਨਹੀਂ ਕਰੋਗੇ? ਆਖੋ ਸਤਨਾਮ। ਵੀ ਨਾ ਤਾਂ ਨਹੀਂ ਕਰੋਗੇ? ਛੇਵੇਂ ਪਾਤਸ਼ਾਹ ਹੋਰ ਮੌਤ 'ਚ ਆ ਗਏ, ਬਾਬਾ ਜੀ ਹੁਕਮ ਕਰੋ, ਸਿਰਫ ਮੁੱਖ 'ਚੋਂ ਕੱਢੋ। ਕੀ ਕਹਿ ਰਹੇ ਹੋ? ਕੀ ਚਾਹੀਦਾ? ਕਿਵੇਂ ਹੋਰ ਜ਼ਿੰਦਗੀ, ਹੋਰ ਜੀਵਨ, ਹੋਰ ਸਾਲ, ਕੀ ਚਾਹੀਦਾ? ਹੁਕਮ ਤਾਂ ਕਰੋ ਬਾਬਾ ਜੀ। ਜਦੋਂ ਦੂਜੀ ਵਾਰੀ ਕਿਹਾ ਛੇਵੇਂ ਪਾਤਸ਼ਾਹ ਨੇ, ਬਾਬਾ ਜੀ ਹੁਕਮ ਕਰੋ, ਅਤੇ ਬਾਬਾ ਜੀ ਨੇ ਹੋਰ ਪੱਕਾ ਕਰ ਲਿਆ। ਕਹਿੰਦੇ ਮਹਾਰਾਜ ਵੇਖਿਓ ਨਾ ਨਾ ਕਰਿਓ। ਆਖੋ ਸਤਨਾਮ। ਕਿਰਪਾ ਕਰਨੀ ਜੇ, ਝੋਲੀ ਭਰਨੀ ਜੇ। ਦੇਖੋ ਇੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਮੁੱਖ 'ਚੋਂ ਬਚਨ ਕੱਢੋ। ਉਸੇ ਵੇਲੇ ਹੀ ਅੱਜ ਹੈਰਾਨ ਹੋ ਜਾਓਗੇ, ਸਾਡੇ ਬਾਬਾ ਬੁੱਢਾ ਸਾਹਿਬ ਆ ਸੀ। ਬਾਬਾ ਬੁੱਢਾ ਸਾਹਿਬ ਲੰਮੇ ਪਿਆਂ ਪਿਆਂ ਹੱਥ ਜੋੜ ਕੇ ਇੰਝ ਛੇਵੇਂ ਪਾਤਸ਼ਾਹ ਵੱਲ ਪਿਆਰ ਨਾਲ, ਚਰਨਾਂ ਨਾਲ ਵੇਖ ਕੇ ਕਹਿੰਦੇ, ਮਹਾਰਾਜ ਤਿੰਨ ਵਾਰੀ ਪੱਕਾ ਕਰ ਲਿਆ, ਤੁਸੀਂ ਤਿੰਨ ਵਾਰੀ ਕਿਹਾ ਨਾ ਨਹੀਂ ਕਰਾਂਗੇ, ਹੁਕਮ ਕਰੋ, ਦੱਸੋ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਜੀ ਆ ਮੰਗੇ ਖੀਰਲੀ, ਆ ਮੰਗੇ ਖੀਰਲੀ। ਗੁਰੂ ਹਰਗੋਬਿੰਦ ਸਾਹਿਬ ਆ ਮੰਗੇ ਖੀਰਲੀ, ਇੱਕ ਵਾਰੀ ਆਪਣੇ ਮੁੱਖ 'ਚੋਂ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ। ਇੱਕ ਜਗਾਰਾ ਦਿਓ ਪਿਆਰ, ਇਹ ਗੱਲ ਨੂੰ ਸਮਝਿਓ। ਸਤਿ ਸ੍ਰੀ ਅਕਾਲ। ਉਹਨਾਂ ਦੇ ਬੱਚੇ ਨਾਲ ਪੈਦਾ ਹੋਏ, ਉਹਨਾਂ ਦੇ ਬੱਚੇ ਨਾਲ ਧਰਤੀ 'ਤੇ ਆਏ, ਮਾਤਾ ਗੰਗਾ ਜੀ ਨੂੰ ਗੰਢਾ ਪਾਉਂਦਿਆਂ ਬਚਨ ਕੀਤੇ। ਪਰ ਮਨ ਕਿੱਥੇ ਹੈ? ਇੱਕ ਬ੍ਰਹਮ ਗਿਆਨੀ ਤਤ ਬੇਤਾ, ਕਿੰਨੀਆਂ ਪਾਤਸ਼ਾਹੀਆਂ ਦੇ ਦਰਸ਼ਨ ਕਰਨ ਵਾਲੇ, ਕਿੰਨੀਆਂ ਪਾਤਸ਼ਾਹੀਆਂ ਨੂੰ ਤਿਲਕ ਦੇਣ ਵਾਲੇ, ਆ ਸਿੱਖੀ ਹੈ। ਮਨ ਕਿੱਥੇ? ਇੱਕ ਵਾਰੀ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ, ਆ ਸਿੱਖੀ ਹੈ। ਗੱਜ ਕੇ ਕਹਿ ਦਿਓ ਸਤਨਾਮ। ਇੱਕ ਬ੍ਰਹਮ ਬੇਤਾ ਆਤਮਾ ਜਿਹਦੇ ਮੁੱਖ 'ਚੋਂ ਜੋ ਨਿਕਲੇ ਸੱਤ ਹੋ ਜਾਂਦੇ। ਅੱਜ ਤੱਕ ਨਪੁੱਤਿਆਂ ਨੂੰ ਪੁੱਤ ਮਿਲਦੇ ਉਹਨਾਂ ਦੇ ਅਸਥਾਨਾਂ ਤੋਂ, ਜਾਂ ਉਹਨਾਂ ਦੇ ਨਾਂ ਦੇ ਨਾਲ ਜਿਹੜੇ ਅਸਥਾਨ ਵੀ ਮਰਿਆਦਾ 'ਚ ਸੇਵਾ ਨਿਭਾਉਣ। ਐਡੀ ਵੱਡੀ ਤਾਕਤ ਸ਼ਕਤੀ ਹੁੰਦਿਆਂ ਮਨ ਕਿੱਥੇ ਰੱਖਿਆ? ਮਨ ਇੱਕ ਵਾਰੀ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ, ਅਤੇ ਛੇਵੇਂ ਪਾਤਸ਼ਾਹ ਦੀਆਂ ਅੱਖਾਂ 'ਚ ਅੱਥਰੂ ਆ ਗਏ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਆ ਨਿਮਰਤਾ ਜਿਹੜੀ ਅੱਜ ਤੁਸੀਂ ਨਕਸ਼ਾ ਖਿੱਚਿਆ,
ਆਉਣ ਵਾਲੇ ਸਮਿਆਂ 'ਚ ਦੀਵਾਨ ਲੱਗਿਆ ਕਰਨਗੇ। ਤੁਹਾਡੀ ਇਸ ਨਿਮਰਤਾ ਦਾ ਇਹ ਬਚਨ ਜਦੋਂ ਸੰਗਤਾਂ 'ਚ ਸੁਣਾਇਆ ਜਾਏਗਾ, ਹੋ ਸਕਦਾ ਕਈਆਂ ਨੂੰ ਜੀਵਨ ਵਿੱਚ ਚੱਲਣ ਦੀ ਜਾਚ ਆ ਜਾਏ। ਇੱਕ ਗੱਜ ਕੇ ਕਹਿ ਦਿਓ ਸਤਨਾਮ। ਅੱਜ ਆ ਬਲ ਬਲ ਜਾਇਓ, ਅੱਜ ਸੰਗਤ ਆ ਬਲ ਬਲ ਜਾਣਾ। ਬਾਬਾ ਦੀਪ ਸਿੰਘ ਦੀ ਕਿਉਂ ਜੈ ਜੈਕਾਰ? ਬਾਬਾ ਜੀ ਨੇ ਗਰੀਬੀ ਕਮਾਈ, ਮੈਂ ਨਹੀਂ ਨੇੜੇ ਆਉਣ ਦਿੱਤੀ। ਬਾਬਾ ਬੁੱਢਾ ਸਾਹਿਬ ਦੀ ਕਿਉਂ ਜੈ ਜੈਕਾਰ? ਉਹਨਾਂ ਨੇ ਗਰੀਬੀ ਕਮਾਈ, ਮੈਂ ਨਹੀਂ ਨੇੜੇ ਆਉਣ ਦਿੱਤੀ। ਗੱਜ ਕੇ ਕਹਿ ਦਿਓ ਸਤਨਾਮ। ਇੱਕ ਵਾਰੀ ਪੜ੍ਹੋਗੇ ਵੀਰ, ਇੱਕ ਵਾਰੀ ਭੈਣਾਂ, ਅਤੇ ਕੋਈ ਉੱਠੇ ਨਾ, ਬਸ ਐਂ ਟਿਕਾਓ ਬਣਾਈ ਰੱਖਿਓ ਕੋਈ ਸਮੇਂ ਲਈ, 10-12 ਮਿੰਟ ਲਈ ਹੋਰ। ਇੱਕ ਵਾਰੀ ਵੀਰ ਬੋਲਿਓ, ਇੱਕ ਵਾਰੀ ਭੈਣਾਂ ਜੀ। ਰਿਤੇ ਗਰੀਬੀ ਆਵੇ ਗੁਰਮਤ, ਰਿਤੇ ਗਰੀਬੀ ਕੋਲ ਕਮਾਇਆ ਗੁਰਮਤ ਰਿਦੇ ਗਰੀਬੀ ਆਵੇ, ਮਨਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇ ਸੱਚਖੰਡ ਲੱਭਣਾ। ਸੁਣੋਗੇ ਦੋਵਾਂ ਨੂੰ ਪੱਪਾ ਲੱਗਦਾ, ਬੜੇ ਧਿਆਨ ਨਾਲ ਸੁਣੇ, ਦੋਵਾਂ ਨੂੰ ਪੱਪਾ ਲੱਗਦਾ। ਪੱਪਾ ਪਰਚਾ, ਪੱਪਾ ਪੜਦੇ ਆਖੋ ਸਤਨਾਮ। ਇਹ ਗੱਲ ਬੜੇ ਧਿਆਨ ਨਾਲ ਸੁਣੇ, ਜਿੱਥੇ ਮੈਂ ਆ ਜਾਏਗੀ ਉੱਥੇ ਗੁਰੂ ਪਰਚੇ ਪਾ ਦੇਗਾ, ਜਿੱਥੇ ਗਰੀਬੀ ਆ ਜਾਏਗੀ ਉੱਥੇ ਗੁਰੂ ਗਲਤੀ ਵੀ ਹੋ ਜਾਏਗੀ ਪੜਦੇ ਕੱਜੇਗਾ। ਗੱਜ ਕੇ ਆਖੋ ਸਾਧਨ। ਇਹਦੇ ਤੋਂ ਬਚੋ, ਮੈਂ ਤੋਂ। ਬਾਬਾ ਦੀਪ ਸਿੰਘ ਦੀ ਕਿਉਂ ਜੈ ਜੈਕਾਰ? ਸਾਡੇ ਸਿੰਘਾਂ ਨੂੰ ਮੈਂ ਨਾ ਆ ਜੇ, ਅਸੀਂ ਬੱਚੀਆਂ ਘਰ ਛੱਡ ਕੇ ਆਇਆ, ਕਰੋ ਪੰਜ ਪੰਜ ਪਾਠ ਜਾਪ ਸਾਹਿਬ, ਤੇ ਇਹ ਕਵੋ ਬਾਜਾਂ ਲਿਆ ਤੇਰਾ ਸ਼ੁਕਰ ਹੈ ਤੂੰ ਸੇਵਾ ਲੈ ਲਈ, ਆਖੋ ਸਾਧਨ। ਉਹ ਐਡੀ ਬ੍ਰਹਮ ਗਿਆਨੀ ਆਤਮਾ ਤੇ ਕਹਿਣ ਛੇਵੇਂ ਪਾਤਸ਼ਾਹ ਨੂੰ, ਇੱਕ ਵਾਰੀ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ, ਕਹਿ ਦਿਓ ਗੱਜ ਕੇ ਸਾਧਨ। ਆਹ ਪੜ੍ਹਾਈ ਕਰਨੀ ਅੱਜ ਦੇ ਜ਼ਮਾਨਾ 'ਚ, ਇਹ ਲੋੜ ਹੈ। ਇਹ ਕਰੋਗੇ ਤੁਹਾਡੇ ਕੋਲ ਗਲਤੀ ਵੀ ਹੋਜੂ, ਆਹ ਪਿਓ ਇੰਨਾ ਵੱਡਾ ਪੜ੍ਹਦੇ ਕਜੇ, ਜੇ ਆ ਜਾਏਗੀ ਮੈਂ ਤਾਂ ਫਿਰ ਪਰਚੇ।
ਮੈਂ ਇੱਕ ਗੱਲ ਸੁਣਾਵਾਂ, ਮਾੜੀ ਜਿਹੀ ਗੱਲ ਖੁੱਲ ਜੇ। ਆਗਰੇ ਦੀਵਾਨ ਸੀ ਆਗਰੇ, ਅੱਜ ਰੱਬੋਂ ਗੱਲ ਆਗਰੇ ਦੀ ਆ ਗਈ ਤੇ ਹੁਣ ਆਗਰੇ ਹੀ ਜਾਣਾ ਤੁਹਾਡੇ ਕੋਲੋਂ ਆ ਕੋਸਾ ਤਾਂ ਆ। ਇੱਥੋਂ ਪੂਰਾ ਆਈਡੀਆ ਹੈ ਵੀ ਦੋ ਤੱਕ ਆਪਾਂ ਚਾਲੇ ਪਾਉਣੇ ਆ, ਵੀ ਛੇ ਘੰਟੇ ਦਾ ਰਾਹ, 8:30 ਬਹਿਣਾ ਉੱਥੇ। ਅੱਜ ਰਾਤ ਦੇ ਦੀਵਾਨ ਹੈ ਆਗਰੇ, ਕੱਲ੍ਹ ਸਵੇਰੇ ਅੰਮ੍ਰਿਤ ਵੇਲਾ। ਆਗਰੇ ਦੀਵਾਨ ਸੀ ਜੀ, ਇੰਝ ਹੀ ਪੰਡਾਲ ਸੀ ਉਹਨਾਂ ਬਾਹਰ ਲਾਇਆ ਸੀ ਗੁਰਮੁਖ ਪਿਆਰਿਆਂ ਨੇ, ਅਤੇ ਕਾਫੀ ਇਕੱਠ ਅਤੇ ਕੀਰਤਨ ਹੋਇਆ 1.5-2 ਘੰਟੇ, ਸਮਾਪਤੀ ਹੋ ਗਈ। ਸਤਿਗੁਰਾਂ ਦੇ ਸਰੂਪ ਸੁਖਾਸਨ ਸਥਾਨ ਚਲੇ ਗਏ। ਇੱਧਰ ਪੰਗਤਾਂ ਲੱਗ ਗਈਆਂ ਭਾਈਆਂ ਦੀਆਂ, ਇੱਧਰ ਪੰਗਤਾਂ ਲੱਗ ਗਈਆਂ ਭੈਣਾਂ ਦੀਆਂ। ਲੰਗਰ ਉੱਥੇ ਹੀ ਸੀ, ਅਨਾਊਂਸਮੈਂਟ ਕੀਤੀ ਗੁਰੂ ਕੇ ਲਾਲ ਸੈਕਟਰੀ ਸਾਹਿਬ ਨੇ, ਪੰਗਤਾਂ ਇੰਝ ਲਾ ਲਓ, ਆ ਜਿਹੜਾ ਰਾਹ ਨਹੀਂ ਵਿੱਚੋਂ ਲੰਘਣ ਵਾਲਾ, ਅਸੀਂ ਜਾ ਰਹੇ ਸਾਂ ਉੱਥੇ ਕਰਕੇ ਕੋਈ ਸਾਨੂੰ ਛਕਾਉਣਾ ਸੀ ਪ੍ਰਸ਼ਾਦਾ ਖੀਰ 'ਤੇ ਜਾ ਕੇ। ਉਹ ਮੈਂ ਜੇ ਜਾ ਰਿਹਾ ਅਤੇ ਉਹ ਫਿਰ ਜਿਹੜੇ ਗੁਰਮੁਖ ਪਿਆਰੇ ਸਮਾਗਮ ਉਹ ਆਗਰੇ ਵਾਲਾ ਕਰਾ ਰਹੇ, ਉਹ ਮੇਰੇ ਨਾਲ, ਅਤੇ ਨਾਲ ਤੁਰਦੇ ਤੁਰਦੇ ਨਾ ਇੰਝ ਦਾੜੇ 'ਤੇ ਹੱਥ ਮਾਰਦਾ, ਦਾੜੇ 'ਤੇ ਹੱਥ ਮਾਰ ਕੇ ਨਾ ਮੈਨੂੰ ਇੰਝ ਲਾਇਆ ਸੀ ਤੁਰਦੇ ਤੁਰਦੇ। ਮੈਂ ਕਿਹਾ ਕੀ ਗੱਲ? ਕਹਿੰਦਾ ਇਕੱਠ ਵੇਖਿਆ ਜੇ ਆਖੋ ਸਾਥ। ਹੁਣ ਗੱਲ ਸਮਝ ਆਏ, ਉਹ ਤੁਹਾਨੂੰ ਇਸ਼ਾਰਾ ਹੀ ਦੇਣਾ। ਹਾਂ, ਦਾੜੇ ਹੱਥ ਮਾਰ, ਕਹਿੰਦਾ ਇਕੱਠ ਵੇਖਿਆ ਜੇ, ਅਤੇ ਮੈਂ ਕਿਹਾ ਤੇਰਾ ਭਲਾ ਹੋ ਜੇ ਵੀ ਇਹ ਤਾਂ ਆ ਗਈ। ਮੈਂ ਮਿੰਟ 'ਚ ਸਾਨੂੰ ਖੁਸ਼ਬੋ ਆ ਗਈ ਵੀ ਇਹ ਤਾਂ ਮੈਂ ਆ ਗਈ ਹੈ। ਮੈਂ ਕਿਹਾ ਮੈਂ ਬੜੀ ਭੈੜੀ ਹੈ, ਇਹ ਇੱਕ ਕਰਦਾ ਦੂਜਿਆਂ ਨੂੰ ਵੀ ਪਲੇਟ ਲੈਂਦੀ, ਇਹ ਵੀ ਹੈਗਾ ਜੇ, ਇਹ ਵੀ ਧਿਆਨ ਰੱਖਿਓ। ਉਹ ਡਰਾਈਵਰ ਗੱਡੀ ਚਲਾ ਰਿਹਾ ਹੋਵੇ ਨਾ, ਅਤੇ ਉਹਨੂੰ ਆ ਜਾਏ ਨਾ, ਮੈਂ ਤੁਹਾਨੂੰ 1.5 ਘੰਟੇ 'ਚ ਲਾ ਦਾਂਗਾ, ਰਸਤਾ ਭਾਵੇਂ ਢਾਈ ਦਾ ਹੋਵੇ ਲਾ ਦਾਂਗਾ। ਉਹ 5 ਮਿੰਟ ਬਾਅਦ ਹੀ ਪਰਚਾ ਪੈਣਾ, ਲਾ ਕੇ ਵਿਖਾ। ਅਤੇ ਜਦੋਂ ਪਰਚਾ ਪੈਣਾ ਨਾ, ਜੇ ਕਿਤੇ ਮਾੜੀ ਮੋਟੀ ਲੱਗਣੀ ਵਿੱਚ ਵਾਲੇ ਨੂੰ ਵੀ ਖਤਰਾ ਹੋ ਜਾਂਦਾ। ਮੈਂ ਬੜੀ ਭੈੜੀ, ਇਹ ਦੂਜੇ ਨੂੰ ਭਲੇਟ ਜਾਂਦੀ ਹੈ, ਅਤੇ ਮੈਂ ਕਿਹਾ ਕਿਤੇ ਸਾਨੂੰ ਨਾ ਭਲੇਟਾਂ ਲੱਗ ਜੇ ਭਾਈਆ। ਮੈਂ ਨਾਲ ਹੀ ਕਾਰਵਾਈ ਪਾ ਤੀ, ਇੰਝ ਤੁਰੇ ਜਾ ਰਹੇ ਅਸੀਂ ਨਾਲ ਬਾਹਰ ਬਾਹਰ ਇੱਧਰੋਂ ਸੰਗਤਾਂ। ਉਹਨੇ ਦਾੜੇ ਨੂੰ ਹੱਥ ਮਾਰ ਕੇ ਕਿਹਾ ਇਕੱਠ ਵੇਖਿਆ ਜੇ, ਮੈਂ ਨਾਲ ਹੀ ਕਾਰਵਾਈ ਪਾਈ। ਮੈਂ ਕਿਹਾ ਵੀ ਪਰਚਾ ਦੂਜੇ ਨੂੰ ਵੀ ਪੈ ਜਾਂਦਾ, ਅਤੇ ਮੈਂ ਉਹਨੂੰ ਇੰਝ ਹੱਥ ਜੋੜ ਕੇ ਮੈਂ ਕਿਹਾ ਮਹਾਰਾਜ ਗੁਰੂ ਦੀ ਕਿਰਪਾ, ਸਭ ਗੁਰੂ, ਮੈਂ ਕਿਹਾ ਗੱਲ ਬਦਲਾਓ ਵੀ ਗੁਰੂ ਦੀ ਕਿਰਪਾ ਵੱਲ ਖੜੋ। ਮੈਂ ਕਿਹਾ ਸਭ ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ, ਅਤੇ ਮੈਂ ਤਾਂ ਕਿਹਾ ਵੀ ਇਹ ਵੀ ਕਹਿ ਦੇਗਾ ਅੱਗੋ, ਹਾਂ 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 ਗੁਰੂ ਦੀ। ਮੈਂ ਕਿਹਾ ਸਭ ਗੁਰੂ ਦੀ ਕਿਰਪਾ, ਸਭ ਗੁਰੂ ਦੀ। ਉਹ ਮੈਨੂੰ ਫਿਰ ਹੱਥ ਮਾਰ ਕੇ, ਤੁਸੀਂ ਆਪਣੀ ਛੱਡੋ, ਇੰਝ ਫਿਰ ਦਾੜੇ। ਇੰਨਾ ਇਕੱਠ ਕਦੀ ਆਗਰੇ 'ਚ ਨਹੀਂ ਹੋਇਆ, ਮੰਨਦੇ ਹੋ? ਤੇਰਾ ਭਲਾ ਹੋ ਜੇ। ਮੈਂ ਕਿਹਾ ਮੈਂ ਦੂਜੀ ਵਾਰੀ ਇਹਨੂੰ ਇਸ਼ਾਰਾ ਦਿੱਤਾ, ਇਹ ਹੋਈ ਨਹੀਂ ਸਮਝਿਆ। ਮੈਂ ਫਿਰ ਦੂਜੀ ਵਾਰੀ ਕਿਹਾ, ਮੈਂ ਕਿਹਾ ਮਹਾਰਾਜ ਗੁਰੂ ਦੀ ਕਿਰਪਾ, ਸਭ ਗੁਰੂ ਦੀ ਕਿਰਪਾ, ਗੁਰੂ ਦੀ ਨਜ਼ਰ, ਇਹ ਸਭ ਗੁਰੂ ਦੀ ਨਜ਼ਰ। ਉਹ ਮੈਨੂੰ ਤੀਜੀ ਵਾਰੀ ਕਹਿੰਦਾ, ਜੀ ਸੁਣਿਓ ਗੱਲ ਪਿਆਰ ਨਾਲ, ਤੀਜੀ ਵਾਰੀ ਫਿਰ ਹੱਥ ਮਾਰ ਕੇ, ਆਉਂ ਅੱਧ ਤੱਕ ਪਹੁੰਚ ਗਏ, ਤੀਜੀ ਵਾਰੀ ਫਿਰ ਹੱਥ ਮਾਰ ਕੇ ਕਹਿੰਦਾ ਆਪਣੀ ਛੱਡੋ। ਮੈਂ ਜੋੜਿਆਂ ਵਾਲੇ ਨੂੰ ਨੰਬਰ ਪੁੱਛ ਕੇ ਆਇਆ, ਜੋੜਿਆਂ ਵਾਲੇ ਨੂੰ ਕਿੰਨਾ ਨੰਬਰ ਲੱਗਾ, ਕਹਿੰਦਾ 8000 ਨੰਬਰ ਲੱਗ ਗਿਆ। ਇੱਕ ਨੰਬਰ 'ਤੇ ਇੱਕ ਜੋੜਾ ਲੱਗੇ, ਕਿਸੇ ਨੰਬਰ 'ਤੇ 5 ਲੱਗਣ, ਸੈਂਟਰ 'ਚ ਗੁਣਾ ਦੇ ਦਿਓ 3 'ਤੇ 8 'ਤੇ 24000 ਦਾ ਇਕੱਠ, ਮੰਨਦੇ ਹੋ? ਮੈਂ ਕਿਹਾ ਤੇਰਾ ਭਲਾ ਹੋ ਜੇ। ਮੈਂ ਕਿਹਾ ਨੰਬਰ ਪੁੱਛ ਕੇ, ਮੈਂ ਉਹਦੇ ਵਿੱਚ ਖੁਦ ਹੋ ਗਿਆ ਮਾੜਾ। ਮੈਂ ਕਿਹਾ ਨੰਬਰ ਪੁੱਛ ਕੇ? ਕਹਿੰਦਾ ਮੈਂ ਪੱਕੀ ਗੱਲ ਕਰਦਾ, ਕੱਚੀ ਨਹੀਂ, ਤੁਹਾਡਾ ਭਲਾ ਹੋ ਜੇ। ਮੈਂ ਕਿਹਾ ਜੋੜਿਆਂ ਵਾਲੇ ਨੰਬਰ ਪੁੱਛ ਕੇ? ਕਹਿੰਦਾ ਹਾਂ, ਮੈਂ ਨੰਬਰ ਪੁੱਛ ਕੇ ਆਇਆ, ਕਿੰਨਾ ਲੱਗਾ ਜੋੜਿਆਂ 'ਤੇ, ਤਾਂ ਕਿ ਮੈਨੂੰ ਪਤਾ ਲੱਗੇ। ਕਹਿੰਦਾ ਮੈਂ ਨੰਬਰ ਪੁੱਛ ਕੇ 8000 ਨੰਬਰ ਲੱਗਾ। ਕਹਿੰਦਾ ਵੀ ਹੁਣ ਕਿਸੇ 5 ਜੋੜੇ ਇਕੱਠੇ ਰੱਖੇ ਇੱਕ ਨੰਬਰ 'ਤੇ, ਕਿਸੇ ਨੇ ਇੱਕ ਰੱਖਿਆ, 2 ਰੱਖੇ, ਉਹਨੇ 3 ਦੇ ਗੁਣਾ ਦੇ ਲਈ ਵੀ 24-25000 ਦਾ। ਜਦੋਂ ਉਹਨੇ ਤੀਜੀ ਵਾਰੀ ਕਿਹਾ ਨਾ ਜੋੜਿਆਂ ਵਾਲੇ ਨੂੰ ਨੰਬਰ ਪੁੱਛ ਕੇ ਆਇਆ ਇੰਨਾ ਨੰਬਰ, ਅਤੇ ਤੀਜੀ ਵਾਰੀ ਫਿਰ ਦਾਸ ਨੇ ਫਿਰ ਉਹ ਗੱਲ ਨਹੀਂ ਕਹੀ ਜਿਹੜੀ 2 ਵਾਰੀ ਕਹੀ। ਮੈਂ ਕਿਹਾ ਹੁਣ ਚੱਲ ਤੂੰ ਉੱਡਦਾ ਆਵਾਜ਼ ਉੱਡੀ ਜਾ, ਮੈਂ 2 ਵਾਰੀ ਇਸ਼ਾਰਾ ਦੇਣਾ ਸੀ। ਮੈਂ ਵੀ ਫਿਰ ਕਹਿੰਦਾ, ਮੈਂ ਕਿਹਾ ਮਹਾਰਾਜ ਵਾਕੇ ਤੁਹਾਨੂੰ, ਤੁਸੀਂ ਆਖੋ ਸਾਧਨਾ, ਮੈਂ ਕਿਹਾ ਵਾਕੇ ਤੁਹਾਡੇ ਵਰਗਾ ਇਕੱਠ ਕਿਸੇ ਨਹੀਂ। ਇਹ ਵਾਰ ਸੀ ਜੀ, 2 ਦਿਨ ਦੀਵਾਨ ਸੀ, ਸ਼ੁੱਕਰ ਅਤੇ ਸ਼ਨੀ, ਇਹ ਸ਼ੁੱਕਰ ਰਾਤ ਦੀ ਗੱਲ। ਅਤੇ ਅਗਲੇ ਦਿਨ ਸ਼ਨੀਵਾਰ ਫਿਰ ਦੀਵਾਨ ਸੀ ਉਸੇ ਪੰਡਾਲ ਵਿੱਚ, 2 ਦਿਨ ਦੇ ਦੀਵਾਨ ਸੀ ਸਾਧ ਸੰਗਤ। ਅਗਲੇ ਦਿਨ ਸ਼ਾਮੀ 5 ਵਜੇ ਮੀਂਹ ਕਵੇ ਮੈਂ ਹੀ ਆਖੋ ਸਾਧਨਾ, ਮੈਂ ਵਿੱਚੋਂ ਸਮਝਦੇ ਗਿਆ। ਮੈਂ ਕਿਹਾ ਮੀਂਹ ਨਹੀਂ ਵੱਸਣ ਡਿਆ, ਉਹਦੀ ਜ਼ਬਾਨ ਦਾ ਰਸ ਚੋਂਦਾ ਪਿਆ ਇਹ। ਮੈਂ ਕਿਹਾ ਭਾਈਆ ਵਲੇਟੇਗਾ ਸਾਨੂੰ ਵੀ ਆਖੋ ਸਾਧਨਾ, ਐਡੀ ਦੂਰੋਂ ਆਇਆ ਹੁਣ। ਅਤੇ ਯਕੀਨ ਜਾਣਿਓ 7:30 ਮੀਂਹ ਹੋਲਾ ਹੋਇਆ, ਅਤੇ 8 ਵਜੇ ਦੀਵਾਨ ਸ਼ੁਰੂ ਹੋਏ ਜਿਹੜੇ 6 ਵਜੇ ਹੋਣੇ ਸੀ। ਕੁਝ ਕੁਝ ਅੱਗੋਂ ਹਿੱਸਾ ਸੁਕਾਇਆ, ਕੀਰਤਨ ਹੋਇਆ, 10:30 ਭੋਗ ਪਿਆ, ਅਤੇ ਸੰਗਤ 4th ਹਿੱਸਾ ਪਹਿਲੇ ਦਿਨ ਨਾਲੋਂ, ਸਮਝਿਓ 25 ਪੈਸੇ ਸੰਗਤ,
ਪਹਿਲੇ ਦਿਨ ਨਾਲੋਂ ਚੌਥਾ ਹਿੱਸਾ ਤਿੰਨ ਹਿੱਸੇ ਸੰਗਤ ਬਾਰਿਸ਼ ਕਰਕੇ ਅਤੇ ਉਸੇ ਤਰ੍ਹਾਂ ਸਮਾਪਤੀ ਹੋਈ ਅਤੇ ਜਦੋਂ ਸਮਾਪਤੀ ਹੋਈ ਤਾਂ ਇਸ ਤਰ੍ਹਾਂ ਹੀ ਜਾਣ ਡੇ ਹੁਣ ਅੱਜ ਉਹਦੀ ਅੱਜ ਨਹੀਂ ਬੋਲਿਆ ਅੱਜ ਫਿਰ ਮੈਂ ਮਾੜਾ ਛੇੜਤਾ ਮੈਂ ਕਿਹਾ ਮਹਾਰਾਜ ਅੱਜ ਇਕੱਠ ਬੜਾ ਘੱਟ ਹੈ ਕੱਲ੍ਹ ਉਹ ਛੇੜ ਹੋਇਆ ਪਿਆ ਸੀ ਮੈਂ ਕਿਹਾ ਅੱਜ ਇਕੱਠ ਬੜਾ ਘੱਟ ਹੈ ਅਤੇ ਮੈਨੂੰ ਕਹਿੰਦਾ ਗੁਰੂ ਦਾ ਭਾਣਾ ਗੁਰੂ ਦਾ ਭਾਣਾ ਉਹ ਮੈਂ ਕਿਹਾ ਤੇਰਾ ਭਲਾ ਹੋ ਜੇ ਇਕੱਠ ਘੱਟ ਹੈ ਅਤੇ ਗੁਰੂ ਦਾ ਭਾਣਾ ਇਕੱਠ ਜ਼ਿਆਦਾ ਅਤੇ ਆਪਣੀ ਛੱਡੋ ਮੇਰੀ ਸੁਣੋ ਗੱਜ ਕੇ ਆਖੋ ਸਾਧਨ ਆਹ ਚੀਜ਼ ਨੂੰ ਅੱਜ ਘਰ ਖੜਨਾ ਨਾ ਮੈਨੂੰ ਆਗਰੇ ਨਾ ਮਤਲਬ ਹੈ ਨਾ ਦੀਵਾਨ ਨਾਲ ਨਾ ਹੀ ਉਹਦੀ ਕੋਈ ਗੱਲ ਨਾਲ ਕੇਵਲ ਕੋਈ ਦਲੀਲ ਦਾਸ ਕਿਉਂ ਸੁਣਾਉਂਦਾ ਆਪ ਜੀ ਦੇ ਚਰਨਾਂ ਵਿੱਚ ਕਿ ਇੱਕ 12 ਸਾਲ ਦਾ ਬੱਚਾ ਵੀ ਸੰਗਤ 'ਚ ਬੈਠਾ ਹੋਵੇ ਨਾ ਉਹਨੂੰ ਵੀ ਪਤਾ ਲੱਗ ਜੇ ਕਥਾ ਹੋ ਕੀ ਰਹੀ ਹੈ ਕੀ ਜਿਹੜੇ ਵਿਚਾਰ ਕਰਨ ਵਾਲੇ ਕਹਿ ਕੀ ਰਹੇ ਨੇ ਬਹੁਤਾ ਔਖਾ ਕੰਮ ਨਾ ਹੋਵੇ ਸੌਖੀ ਗੱਲ 12 ਸਾਲ ਦੇ ਬੱਚੇ 'ਤੇ ਵੀ ਪੈ ਜੇ ਕਥਾ ਕੀ ਹੋ ਰਹੀ ਇਹ ਜਿੰਨੀਆਂ ਸੰਗਤਾਂ ਇਹ ਕੀ ਹੈ ਜਿੱਥੇ ਤੂੰ ਤੂੰ ਹੋਏਗਾ ਮੈਂ ਨਹੀਂ ਮੈਂ ਪਿਓ ਦੀ ਜੂਰੀ 'ਚ ਕਹਿੰਦਾ ਉਹ ਪੜਦੇ ਕੱਜੇਗਾ ਜਿੱਥੇ ਆ ਜਾਏਗੀ ਮੈਂ ਇਹਨੂੰ ਪਰਚਾ ਕਹਿੰਦੇ ਫਿਰ ਉਹ ਮੀਂਹ ਵਸਾਧੂ ਕਹਿੰਦੇ ਕਰਕੇ ਵਿਖਾ ਫਿਰ ਆਖੋ ਸਤਨਾਮ ਉੱਥੇ ਪਰਚੇ ਪੈ ਜਾਂਦੇ ਪਰਚੇ ਉਹਦੇ ਕੋਈ ਵੀ ਨਹੀਂ ਦੇ ਸਕਦਾ ਭਾਈ ਗੁਰਦਾਸ ਜੀ ਵੀ ਨਹੀਂ ਦੇ ਸਕੇ ਆਖੋ ਸਤਨਾਮ ਤੁਹਾਨੂੰ ਪਤਾ ਨਾ ਭਾਈ ਗੁਰਦਾਸ ਜੀ ਨੇ ਇੰਨੀ ਕੁ ਪੰਕਤੀ ਉਚਾਰੀ ਜੇ ਗੁਰਸੰਗ ਵਰਤਦਾ ਸਿੱਖ ਸਦਕ ਨਾ ਹਾਰੇ ਹੁਣ ਦੱਸੋ ਇਹ ਮੈਂ ਸੀ ਥੋੜ੍ਹੀ ਜਿਹੀ ਵੀ ਗੁਰੂ ਧਿਆਨ ਲਵੇ ਸਿੱਖ ਡੱਡ ਜੇ ਗੁਰੂ ਪਰਚਾ ਪਾਵੇ ਸਿੱਖ ਡੱਡ ਜੇ ਇਹ ਤੁਹਾਡੇ 'ਚੋਂ ਵੀ ਕਈ ਸੰਗਤਾਂ ਕਹਿੰਦੀਆਂ ਉਹਦਾ ਭਾਣਾ ਹੈ ਜੀ ਇਹ ਕਦੀ ਦਮ ਨਾ ਮਾਰਿਆ ਕਰੋ ਆਖੋ ਸਤਨਾਮ ਬਖਸ਼ਿਸ਼ ਮੰਗਿਆ ਕਰੋ ਹਰ ਵੇਲੇ ਬਖਸ਼ਿਸ਼ ਮੰਗਿਆ ਕਰੋ ਭਾਣੇ ਦੀ ਪੜ੍ਹਾਈ ਬੜੀ ਔਖੀ ਜੇ ਆਖੋ ਸਤਨਾਮ ਇਹ ਕੋਈ ਭਾਈ ਭਿਖਾਰੀ ਵਰਗਾ ਕਰ ਸਕਦਾ ਇੱਕ ਬੰਨੇ ਪੁੱਤਰ ਦਾ ਵਿਆਹ ਲੈ ਕੇ ਆ ਰਿਹਾ ਬਹੂ ਆਪਣਾ ਡੋਲੀ ਦੂਜੇ ਬੰਨੇ ਦਰੀ ਸੀਂਦਾ ਪਿਆ ਉਹ ਕਹਿੰਦੇ ਉਹ ਦਰੀ ਕਿਉਂ ਸੀਂਦਾ ਕਹਿੰਦੇ ਹੁਣੇ ਪੁੱਤਰ ਨੇ ਦਰਖਤ 'ਤੇ ਚੜ੍ਹਨਾ ਹੁਣੇ ਟਾਂ ਟੁੱਟਣਾ ਇਹਦੀ ਮੌਤ ਹੋਣੀ ਹੈ ਲੋਕਾਂ ਅਫਸੋਸ ਕਰਨ ਆਉਣਾ ਅਤੇ ਦਰੀ ਪੱਟੀ ਹੈ ਅਤੇ ਦਰੀ ਸੀਨਾ ਪਿਆ ਵੀ ਇਹਦੇ 'ਤੇ ਬਹਿ ਕੇ ਅਫਸੋਸ ਕਰਨਗੇ ਇਹ ਭਾਣੇ ਦੀ ਪੜ੍ਹਾਈ ਭਾਈ ਭਿਖਾਰੀ ਵਰਗਾ ਕਰੂ ਤੁਸੀਂ ਬਖਸ਼ਿਸ਼ ਮੰਗਿਆ ਕਰੋ ਆਖੋ ਸਤਨਾਮ ਜੇ ਕੱਚੀ ਚਾਹ ਤਾਂ ਕੱਚੀ ਦੀ ਗੱਲ ਹੀ ਕਰੀਏ ਆਖੋ ਸਤਨਾਮ ਉਹ ਡਬਲ ਐਮ ਨੂੰ ਛਾਲਾਂ ਨਾ ਮਾਰੀਏ ਗੱਜ ਕੇ ਕਹਿ ਦਿਓ ਸਤਨਾਮ ਮੇਰਾ ਇਸ਼ਾਰਾ ਸ਼ਾਇਦ ਸਮਝ ਗਏ ਹੋਵੋਗੇ ਹਰ ਵੇਲੇ ਬਖਸ਼ਿਸ਼ ਮੰਗਿਆ ਕਰੋ ਕਿ ਸਤਿਗੁਰੂ ਕਰਮਾਂ 'ਤੇ ਨਾ ਜਾਈ ਬਖਸ਼ਿਸ਼ ਦੇ ਖਾਤੇ 'ਚੋਂ ਜਿਹੜਾ ਤੇਰਾ ਖਾਤਾ ਜਿਸ ਨੂੰ ਤੇਰੀ ਨਜ਼ਰ ਨਾਲ ਲੇਖਾ ਜਿੱਥੇ ਮੈਂ ਆ ਜੇ ਉੱਥੇ ਫਿਰ ਪਰਚੇ ਪੈ ਜਾਂਦੇ ਜਿੱਥੇ ਫਿਰ ਹੋਏਗਾ ਪੜ੍ਹਦੇ ਕੱਜੇ ਜਾਣਗੇ ਤੂੰ ਤੂੰ ਦੀ ਪੜ੍ਹਾਈ ਆਖੋ ਸਤਨਾਮ ਆ ਮੇਰਾ ਦਿਲ ਕਰਦਾ ਇੱਕ ਵਾਰੀ ਫਿਰ ਪੜ੍ਹ ਲਓ ਅਜੇ ਵੀ ਗੱਲ ਨਾ ਖੁੱਲੀ ਹੋਵੇ ਇੱਕ ਅੱਧੀ ਦਲੀਲ ਬਾਬਾ ਜੀ ਹੋਰ ਆਪ ਜੀ ਦੇ ਚਰਨਾਂ 'ਚ ਰਖਾਣ ਐ ਡਟ ਕੇ ਪੜ੍ਹਿਓ ਸਾਰੇ ਪਿਆਰ ਦੇ ਨਾਲ ਰਿਦ ਗਰੀਬੀਆ ਵੇ ਗੁਰਮਤ ਰਿਦੇ ਬੋਲੋ ਰਿਦੇ ਹਾਂਜੀ ਰਿਦੇ ਗਰੀਬੀ ਆਵੇ ਗੁਰਮਤ ਰਿਦੇ ਗਰੀਬੀ ਆਵੇ ਰਿਦੇ ਆ ਸੱਚਖੰਡ ਲੱਭਣਾ ਇਹ ਬਾਜਾਂ ਵਾਲੇ ਦਾ ਪਰਿਵਾਰ ਰਿਦੇ ਵੇਖੋ ਬਾਣੀ ਹੈ ਕਮਣ ਸੋ ਅੱਖਰ ਕੁਸ਼ਚਨ ਸਵਾਲ ਬਾਣੀ ਕਵਣ ਸੋ ਅੱਖਰ ਕਵਣ ਗੁਣ ਕਿਹੜੇ ਅੱਖਰ ਬੋਲਾਂ ਕਿਹੜੇ ਗੁਣ ਧਾਰਨ ਕਰਾਂ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤਰ ਕਿਹੜਾ ਮੰਤਰ ਪੜਾਂ ਕੌਣ ਸੋ ਵੇਸੋ ਹੋ ਕਰੀ ਕਿਹੜਾ ਵੇਸ ਕਰਾਂ ਜਿੱਤ ਵਸਿਆ ਵੀ ਆ ਚਾਰ ਕੁ ਮਹੀਨਿਆਂ ਦੀ ਗੱਲ ਹੈ ਦਾਸ ਭਲਾਈ ਕੇਂਦਰ ਬੈਠਾ ਸੀ ਜਿਹੜਾ ਅੰਮ੍ਰਿਤਸਰ ਭਲਾਈ ਕੇਂਦਰ ਹੈ ਨਾ ਵਿਧਵਾ ਬੀਬੀਆਂ 2200 ਦੇ ਕਰੀਬ ਨੇ ਜੋ ਹਰ ਮਹੀਨੇ ਰਹਿੰਦੀਆਂ ਆਪਣੇ ਘਰਾਂ 'ਚ ਹੀ ਨੇ ਮੈਂ ਉੱਥੇ ਬੈਠਾ ਆਪਣੇ ਭਲਾਈ ਕੇਂਦਰ 'ਤੇ ਭੁੰਜਾ ਹੀ ਬਈਦਾ ਅਤੇ ਦਾਸ ਬੈਠਾ ਹੋਇਆ ਚਾਰ ਪੰਜ ਬੰਦੇ ਕਮਰੇ 'ਚ ਆਏ ਚਾਰ ਪੰਜ ਗੁਰਮੁਖ
ਬਿਠਾਇਆ ਉਹਨਾਂ ਨੂੰ ਤੇ ਲਿਆਓ ਭਾਈ ਜਲ ਪਾਣੀ ਲਿਆਓ। ਚਾਰ ਪੰਜ ਗੁਰਮੁਖ ਪਿਆਰੇ ਆਏ, ਉਹਨਾਂ 'ਚੋਂ ਇੱਕ ਬੋਲਿਆ, ਗੱਲ ਸੁਣਨ ਵਾਲੀ ਮੈਂ ਛੋਟੀ ਜਿਹੀ ਕਰੂੰ, ਉਹਨਾਂ 'ਚੋਂ ਇੱਕ ਬੋਲਿਆ ਮੈਨੂੰ ਕਹਿੰਦਾ ਜੀ ਇਹ ਸਿੱਧਾ ਹੇਮਕੁੰਡ ਸਾਹਿਬ ਤੋਂ ਆਏ ਆ। ਆਖੋ ਸਾਧਨਾ, ਉਹਨਾਂ ਵਿੱਚੋਂ ਹੀ ਬੋਲਣ ਵਾਲਾ ਅਤੇ ਉਹਨਾਂ ਵਿੱਚੋਂ ਹੀ ਹੇਮਕੁੰਡ ਸਾਹਿਬ ਤੋਂ ਆਉਣ ਵਾਲਾ। ਮੈਨੂੰ ਕਹਿੰਦੇ ਆ ਵੀਰ ਜੀ ਸਿੱਧਾ ਹੇਮਕੁੰਡ ਸਾਹਿਬ ਤੋਂ ਆਏ ਆ ਤੁਹਾਨੂੰ ਤੁਹਾਡੇ ਕੋਲ ਮਿਲਣ। ਅਸੰਗਤ ਸੁਣਿਓ ਗੱਲ ਨੂੰ ਬੜੇ ਧਿਆਨ ਨਾਲ, ਮੈਂ ਨਾ ਇੰਜ ਸਿਰ ਝੁਕਾਇਆ, ਜਿਹੜੇ ਮੈਂ ਗੱਲ ਕਹੀ ਨਾ ਉਹ ਸੁਣਿਓ ਧਿਆਨ ਨਾਲ। ਉਹ ਮੈਨੂੰ ਸਿਖਾਈ ਕਿਹਨੇ ਹੈ? ਬਾਬਾ ਆਨੰਦ ਸਿੰਘ ਨੇ। ਆਖੋ ਸਾਧਨਾ, ਦਾਸ ਨੇ ਉਹ ਗੱਲ ਕਹੀ, ਉਹ ਕਹਿੰਦੇ ਸਿੱਧੇ ਹੇਮਕੁੰਡ ਸਾਹਿਬ ਤੋਂ ਆਏ ਅਤੇ ਮੈਂ ਨਾ ਇੰਝ ਬੈਠੇ ਬੈਠੇ ਸਿਰ ਝੁਕਾਇਆ ਅਤੇ ਮੁੱਖ ਝੁੱਕਿਆ। ਮੈਂ ਕਿਹਾ ਜੀ ਸਾਡੇ ਵੱਡੇ ਭਾਗ ਤੁਸੀਂ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਆਇਓ, ਮੈਂ ਕਿਹਾ ਸਾਨੂੰ ਤੁਹਾਡੇ ਹੋ ਗਏ। ਆਖੋ ਸਤਨਾਮ, ਆਹ ਸਿੱਖੀ ਹੈ ਸੁਣਿਓ, ਅਸੀਂ ਉੱਥੋਂ ਸਿੱਖੀ ਹੈ ਨਾਨਕ ਸਰ। ਨਾਨਕ ਸਰ ਗੁਰੂ ਰਾਮਦਾਸ ਦੇ ਦਰ ਤੋਂ ਕੋਈ ਸਿੰਘ ਸਾਹਿਬ ਚੱਲ ਜੇ, ਕੋਈ ਸਿੰਘ ਸਾਹਿਬ, ਕੋਈ ਕੀਰਤਨੀਆਂ, ਬਾਬਾ ਜੀ ਸਟੇਜ 'ਤੇ ਸਭ ਤੋਂ ਪਹਿਲੇ ਸਮਾਂ ਦੇਣਾ, ਭਾਵੇਂ 20 ਰਾਗੀ ਪਿੱਛੇ ਪਾ ਦੇਣ, ਤਿੰਨ ਤਿੰਨ ਚਾਰ ਚਾਰ ਮਿੰਟ ਮਿਲਦੇ ਸੀ ਉਹਨਾਂ ਨੂੰ ਪਿੱਛੇ ਪਾ ਕੇ, ਪਹਿਲੇ ਗੁਰੂ ਰਾਮਦਾਸ ਦੇ ਸਿੰਘ ਸਾਹਿਬ, ਗੁਰੂ ਰਾਮਦਾਸ ਦੇ ਦਰ ਦਾ ਹਜ਼ੂਰੀ ਰਾਗੀ, ਉਹਨਾਂ ਨੂੰ ਪਹਿਲੇ ਸਟੇਜ 'ਤੇ ਸਮਾਂ। ਅਤੇ ਕਿਸੇ ਨੇ ਕਹਿਣਾ ਬਾਬਾ ਜੀ ਇਹ ਕਿਉਂ? ਬਾਬਾ ਜੀ ਕਹਿੰਦੇ ਭਾਈ ਗੁਰੂ ਰਾਮਦਾਸ ਦੇ ਦਰ ਤੋਂ ਕੋਈ ਆਵੇ, ਅਸੀਂ ਆਹ ਪੜ੍ਹਾਈ ਕੀਤੀ, ਗੁਰੂ ਰਾਮਦਾਸ ਨੇ ਆਪਣੀਆਂ ਖੁਸ਼ੀਆਂ ਦੇ ਕੇ ਭੇਜਿਆ ਹੈ। ਆਹ ਸਿੱਖੀ ਹੈ। ਜੇ ਕੋਈ ਆ ਜਾਣਾ ਜੀ ਪਟਨਾ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ, ਕੋਈ ਉੱਥੋਂ ਦਾ ਗੁਰਮੁਖ ਪਿਆਰਾ, ਕੋਈ ਸਿੰਘ ਸਾਹਿਬ, ਕੋਈ ਸੇਵਾਦਾਰ ਨਾਨਕ ਸਾਹਿਬ, ਬਾਬਾ ਜੀ ਕਹਿਣੇ ਅੱਜ ਸਾਡੇ 'ਤੇ ਗੁਰੂ ਗੋਬਿੰਦ ਸਿੰਘ ਟੁੱਟ ਪਏ ਨੇ, ਉਹਨਾਂ ਨੇ ਆਪਣੇ ਘਰ ਦਾ ਸੇਵਕ ਭੇਜਤਾ ਦਰਸ਼ਨ ਦੇਣ ਲਈ। ਸਿੱਖੀ ਆ ਹੈ। ਆਖੋ ਸਤਨਾਮ, ਆ ਸਿੱਖੀ ਕਮਾਓ ਜਿਹਦੀ ਅੱਜ ਲੋੜ ਹੈ ਕੌਮ 'ਚ। ਸੁਣਿਓ ਗੱਲ ਜੀ, ਅਸੀਂ ਆਹ ਪੜ੍ਹਾਈ ਕੀਤੀ, ਇਹ ਕੁਦਰਤੀ ਤੁਹਾਨੂੰ ਅਨੁਭਵ ਹੋਵੇ ਨਾ ਹੋਵੇ, ਬਾਜਾਂ ਵਾਲਾ ਪੱਤੇ ਪੱਤੇ 'ਚ ਜੇ, ਬਾਜਾਂ ਵਾਲਾ ਹਰ ਵੇਲੇ ਤੁਹਾਡੇ ਕੋਲ ਅੰਗ ਸੰਗ ਹੈ ਜੇ ਅੰਮ੍ਰਿਤ ਵੇਲੇ ਉੱਠਦੇ ਹੋ। ਆਖੋ ਸਾਧਨਾ, ਜੇ ਤੁਸੀਂ ਪੂਰਾ ਪਹਿਣਾ ਬਾਣੀ ਦਾ ਤੁਹਾਡੇ ਨਾਲ ਹੈ। ਮੈਂ ਇੱਕ ਗੋਲ ਨੋਟ ਕੀਤੀ ਹੈ ਜੀ, ਦਾਸ ਨੂੰ ਕਿਸੇ ਵੇਲੇ ਕੋਈ ਦੇਖੋ ਖਲੇਰਾ ਜ਼ਿਆਦਾ, ਕਿਸੇ ਵੇਲੇ ਟੈਨਸ਼ਨ ਵੀ ਹੁੰਦੀ ਹੈ ਮਾੜੀ, ਕੋਈ ਦਮ ਨਹੀਂ ਗਾ ਸਟੇਜ 'ਤੇ, ਕਿਸੇ ਵੇਲੇ ਕੋਈ ਸੋਚ ਲੱਗ ਵੀ ਜਾਂਦੀ ਹੈ ਕਿ ਇਹਦਾ ਕਿਵੇਂ ਇਤਨਾ ਐਂ ਨਾ ਹੋ ਜੇ, ਇੱਥੇ ਇਹ ਖਲੇਰਾ ਜ਼ਿਆਦਾ। ਯਕੀਨ ਜਾਣਿਓ ਜਦੋਂ ਕਿਤੇ ਸੋਚ ਬਣਦੀ ਨਾ ਕੋਈ ਮੈਨੂੰ ਸੰਗਤ 'ਚੋਂ ਮਿਲ ਪੈਂਦਾ, ਆਉਂ ਪਰਸ ਖੋਲ੍ਹੇਗਾ ਜਾਂ ਬੈਗ ਖੋਲ੍ਹੇਗਾ। ਮੈਂ ਵੀਰ ਜੀ ਪਟਨਾ ਸਾਹਿਬ ਗਿਆ ਸਾਂ, ਉੱਥੋਂ ਤੁਹਾਡੇ ਲਈ ਸਰੋਪਾ ਪ੍ਰਸ਼ਾਦ ਲਿਆਇਆ, ਲੈ ਲਓ। ਜਦੋਂ ਇਹ ਕਹਿੰਦੇ ਨਾ ਪਟਨਾ ਸਾਹਿਬ ਦਾ ਸਰੋਪਾ, ਤਾਂ ਮੈਨੂੰ ਵੇਖ ਕੇ ਅੱਖਾਂ 'ਚ ਅਥਰੂ ਆ ਜਾਂਦੇ। ਉਹ ਤੈਨੂੰ ਟੈਨਸ਼ਨ ਬਣੀ ਸੀ, ਇਹ ਕਲਗੀਆਂ ਵਾਲੇ ਨੇ ਭੇਜਿਆ, ਕੱਪੜੇ ਦਾ ਸਰੋਪਾ ਨਹੀਂ, ਇੰਝ ਲੱਗਦਾ ਕਲਗੀਆਂ ਵਾਲੇ ਨੇ ਸਰੋਪਾ ਨਹੀਂ ਭੇਜਿਆ, ਇਸ਼ਾਰਾ ਦਿੱਤਾ, ਘਬਰਾ ਨਾ ਆਂਗੀਆਂ ਤੇਰੇ ਅੰਗ ਸੰਗੀ ਆ। ਅਨੁਭਵ ਕਰਿਓ, ਉਹ ਵਰਤਦਾ ਇਤਨਾ ਹੀ ਵਰਤਦਾ ਕਿਸੇ ਨਾ ਕਿਸੇ ਰੂਪ 'ਚ, ਪ੍ਰਤੱਖ ਵਰਤਦਾ। ਅਤੇ ਆਹ ਪੜ੍ਹਾਈ ਕਰਨੀ, ਆਹ ਪੜ੍ਹਾਈ ਸੰਗਤ ਜੀ, ਉਹ ਅਸੀਂ ਆਹ ਪੜ੍ਹਾਈ ਕੀਤੀ। ਹੁਣ ਉਹ ਚਾਰ ਪੰਜ ਕਮਰੇ ਸੱਜਣ ਆਏ, ਉਹ ਇੱਕ ਨੇ ਕਿਹਾ ਵੀ ਆਹ ਹੇਮਕੁੰਡ ਸਾਹਿਬ ਤੋਂ ਆਏ ਆ ਸਿੱਧਾ, ਅਸੀਂ ਜੋ ਪੜ੍ਹਾਈ ਕੀਤੀ ਸਤਿਕਾਰ ਦਿੱਤਾ। ਮੈਂ ਕਿਹਾ ਜੀ ਮੇਰੇ ਵੱਡੇ ਭਾਗ ਵੀ ਤੁਸੀਂ ਹੇਮਕੁੰਡ ਸਾਹਿਬ ਦਰਸ਼ਨ ਕਰਕੇ ਆਏ ਹੋ ਅਤੇ ਸਿੱਧੇ ਆ ਰਹੇ ਹੋ, ਅਤੇ ਅਸੀਂ ਨਹੀਂ ਗਏ, ਸਾਨੂੰ ਤੁਹਾਡੇ ਦਰਸ਼ਨ ਹੋ ਗਏ। ਦੇਖੋ ਦਾਸ ਨੇ ਫਰਜ਼ ਨਿਭਾਇਆ ਆਪਣਾ, ਵਡਿਆਈ ਦਿੱਤੀ। ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ ਉਹਨੂੰ ਇਸ਼ਾਰਾ ਹੀ ਸਮਝੋ, ਮੈਂ ਇੰਨਾ ਵਡਿਆਈ ਦਿੱਤੀ। ਮੈਂ ਕਿਹਾ ਤੁਸੀਂ ਹੇਮਕੁੰਡ ਸਾਹਿਬ ਦਾ ਦਰਸ਼ਨ ਕਰਕੇ ਆਇਓ, ਮੈਨੂੰ ਤੁਹਾਡੇ ਉਹ ਬੰਦਾ ਨਾਲ ਹੀ ਇੰਝ ਬਾਹਾਂ ਖੁੱਲ੍ਹ ਗਈਆਂ, ਹੋਰ ਲੱਤਾਂ ਹੋਰ ਖੁੱਲ੍ਹ ਗਈਆਂ, ਦਾੜੇ 'ਤੇ ਹੱਥ ਮਾਰ ਕੇ ਮੈਨੂੰ ਕਹਿੰਦਾ ਤੁਹਾਨੂੰ ਪਤਾ? ਮੈਂ ਰਾਂਝਾ ਹੋ ਗਿਆ। ਮੈਂ ਕਿਹਾ ਕੀ? ਕਹਿੰਦਾ 29 ਸਾਲ ਹੋ ਗਏ, ਹਰ ਸਾਲ ਜਾਂਦਾ, ਮੇਰਾ ਇੱਕ ਨਾਗਾ ਨਹੀਂ ਪਿਆ, ਮੰਨਦੇ ਹੋ ਮੈਨੂੰ? ਮੈਂ ਕਿਹਾ ਤੇਰਾ ਭਲਾ ਹੋ ਜੇ। ਹੁਣ ਗੱਲ ਸਮਝ ਲੈਣਾ ਤੁਸੀਂ, ਹੇਮਕੁੰਡ ਸਾਹਿਬ ਹਰ ਸਾਲ ਜਾਣਾ ਧਾਨੇ, ਪਰ ਓਏ ਹੋਮੇ ਉਹ ਤੇਰਾ ਕੀ ਬਣੂਗਾ? ਹੋਮੇ ਉਹ ਨਾਲ ਚੜੀ ਪਈ ਹੈ, ਮੈਨੂੰ 29 ਸਾਲ ਹੋ ਗਏ, ਮੈਂ ਉਹ ਜਿਹੜੀ 29 ਸਾਲ ਦੀ ਹੋਮੇ ਹੈ ਨਾ, ਉਹਨੇ 29 ਸਾਲ ਦੇ ਜਾਣ ਨੂੰ ਵੀ ਗੈਰ ਹਾਜ਼ਰ ਕਰ ਦੇਣਾ, ਇੰਨੀ ਭੈੜੀ ਜੇ। ਆਖੋ ਸਤਨਾਮ, ਸਮਝਿਓ ਅੱਜ ਗੱਲ। ਕੋਈ ਚੰਗੇ ਕੰਮ ਵੀ ਉਹਦੀ ਨਜ਼ਰ ਵੇਖੋ, ਉਹਦੀ ਵੀ ਮੈਂ ਨਾ ਲਿਆਓ, ਨਹੀਂ ਤਾਂ ਡੁੱਲ ਜਾਂਦਾ। ਆਖੋ ਸਤਨਾਮ,
ਜਿਹਨੂੰ ਅਜੇ ਵੀ ਨਾ ਪਤਾ ਲੱਗਾ ਹੋਵੇ, ਅੰਬਾਲਾ ਸੁਣਿਆ ਤੁਸੀਂ? ਅੰਬਾਲਾ ਸੁਣਿਆ ਜੀ ਸਾਰਿਆਂ? ਅੰਬਾਲੇ ਦਾ ਇੱਕ ਸਰੀਰ ਹੈ ਜੀ, ਦੁਕਾਨਦਾਰ ਹੈ, ਦੁਕਾਨ ਕਰਦਾ। ਮਹੀਨੇ 'ਚ ਇੱਕ ਦਿਨ ਆਉਂਦਾ ਅੰਮ੍ਰਿਤਸਰ ਗੁਰੂ ਰਾਮਦਾਸ ਦੇ ਦਰ 'ਤੇ। ਮਹੀਨੇ 'ਚ ਇੱਕ ਦਿਨ ਅੰਮ੍ਰਿਤਸਰ ਆਉਣਾ ਉਹਨੇ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਦਰ 'ਤੇ। ਅਤੇ ਦੋ ਸਰਾਵਾਂ ਤੁਹਾਡੀਆਂ ਆਪਣੀਆਂ ਨੇ, ਅੱਜ ਜਿਹੜੀ ਕੋਈ ਮਾਇਆ ਰੱਖਦੇ ਪਏ ਹੋ ਨਾ, ਇਹ ਕੋਈ ਤੁਹਾਡੀ ਕਿਰਪਾ, ਇਹ ਸਾਰੀ ਸਰਾਵਾਂ ਹੋਸਪਿਟਲ ਜੋ ਵਿਧਵਾ ਬੀਬੀਆਂ, ਦੋ ਸਰਾਵਾਂ ਆਪਣੀਆਂ। ਕੋਈ ਯੂਪੀ 'ਚੋਂ ਤੁਹਾਡਾ ਆਉਣਾ ਚਾਹੇ, ਬਾਹਰ ਸਟਾਲ ਲੱਗਾ, ਉੱਥੋਂ ਨੰਬਰ ਲੈ ਸਕਦੇ ਦੋਵਾਂ ਸਰਾਵਾਂ ਦੇ। ਕੋਈ ਬਿਜ਼ਨਸ ਨਹੀਂ, ਕੇਵਲ ਇਹੋ ਹੀ ਹੈ ਬਸ, ਸੰਗਤ ਦੇ ਲਈ ਜੀਵਨ ਬਾਬਾ ਜੀ ਲਵਾ ਦੇਣ, ਏ ਸੀ ਕਮਰੇ ਵਗੈਰਾ। ਉਹ ਸਰਾਂ 'ਚ ਰੁਕਦਾ ਜੀ ਉਹ ਅੰਬਾਲੇ ਦਾ ਸਰੀਰ ਜਦੋਂ ਆਉਂਦਾ। ਅਤੇ ਮੈਂ ਇੱਕ ਗੱਲ ਤਾਂ ਖੋਲ੍ਹਣੀ ਚਾਹੁੰਦਾ ਵੀ ਅੱਜ ਇਹ ਸਤਸੰਗ ਹੋ ਰਿਹਾ, ਸਭ ਤੋਂ ਵੱਡਾ ਕਿਤੇ ਮੈਂ ਲਾਈ ਥੋੜ੍ਹਾ ਕੰਮ ਨੀਵਾਂ ਹੋ ਜਾਏ, ਆਖੋ ਸਤਨਾਮ। ਇਹ ਸਾਰੀ ਫਿਰ ਗੁਰਦੁਆਰਾ ਦੁੱਖ ਨਿਵਾਰਨ ਪਾਤਸ਼ਾਹੀ ਦਸਵੀਂ ਦੀ ਕਮੇਟੀ, ਮਹਾਂਪੁਰਸ਼ ਭਾਈ ਮਾਨ ਸਿੰਘ ਜੀ, ਬਲਵਿੰਦਰ ਸਿੰਘ ਜੀ, ਜੋ ਜੋ ਮੈਨੂੰ ਪੂਰੇ ਨਾਂ ਨਹੀਂ, ਜਾਂ ਜਿਹੜੀਆਂ ਰੂਹਾਂ ਇਹਨਾਂ ਦੇ ਨਾਲ ਅੱਜ ਇੱਥੇ ਪਹੁੰਚੀਆਂ, ਕਿੰਨੇ ਮਹਾਂਪੁਰਸ਼ ਪਹੁੰਚੇ ਨੇ, ਉਹ ਸਾਰੇ ਸੈਕਟਰੀ ਸਾਹਿਬ ਨਾਂ ਲੈਣਗੇ ਉਹਨਾਂ ਦੇ, ਇਹ ਸਾਰਾ ਸਫਲਾ ਹੋ ਜਾਏ। ਉਹ ਅੰਬਾਲੇ ਤੋਂ ਜੀ 8 ਵਜੇ ਦੁਕਾਨ ਬੰਦ ਕਰਦਾ ਆਮ, ਅਤੇ ਜਿਸ ਦਿਨ ਦਰਬਾਰ ਸਾਹਿਬ ਆਉਣਾ ਨਾ ਮਹੀਨੇ 'ਚ ਇੱਕ ਦਿਨ, ਜਿਹੜਾ ਸੁਣਿਓ ਸਮਾਪਤੀ ਕਰਨ ਲੱਗੇ, ਉਹ ਦਿਨ 4 ਵਜੇ ਦੁਕਾਨ ਬੰਦ ਕਰਨੀ ਸ਼ਾਮੀ, 4 ਵਜੇ ਅੰਬਾਲੇ ਤੋਂ ਦੁਕਾਨ ਬੰਦ ਕਰਨੀ, ਬੱਸ 'ਤੇ ਬਹਿਣਾ, ਅੰਮ੍ਰਿਤਸਰ ਆਉਣਾ, ਕਮਰਾ ਲੈਣਾ, ਕਮਰਾ ਫੋਨ 'ਤੇ ਬੁੱਕ ਕਰਾ ਦਿੰਦਾ ਪਹਿਲੇ, ਕਮਰੇ 'ਚ ਰੁਕਣਾ 11-12 ਵੱਜ ਗਏ, ਥੋੜ੍ਹਾ ਜਿਹਾ ਆਰਾਮ ਕਰਕੇ 3-3:15 ਉੱਠਦਾ, ਇਸ਼ਨਾਨ ਕਰਕੇ 4 ਵਜੇ ਦਰਬਾਰ ਸਾਹਿਬ ਪਹੁੰਚ ਜਾਂਦਾ, ਉਹ ਸਰੀਰ ਅੰਬਾਲੇ ਦਾ ਜੀ। ਪਹੁੰਚ ਕੇ 3-4 ਘੰਟੇ ਕੀਰਤਨ ਸੁਣਦਾ ਅੰਦਰ, ਰਾਗੀ ਸਿੰਘਾਂ ਦੇ ਮਗਰ ਬੈਠ ਕੇ ਕੀਰਤਨ ਸੁਣਨਾ। ਸੁਣਨ ਤੋਂ ਬਾਅਦ 8 ਵਜੇ ਉੱਠਦਾ, ਫਿਰ ਆਪਣੇ ਕਮਰੇ 'ਚ ਆਉਂਦਾ, ਆ ਕੇ ਜੋ ਜਲ ਪਾਣੀ ਛੱਕ ਕੇ ਫਿਰ ਉਹਨੇ ਅੰਬਾਲੇ ਵਾਪਸ ਜਾਣਾ। ਹੁਣ ਤੁਸੀਂ ਸਾਰੀਆਂ ਭੈਣਾਂ ਦੱਸੋ, ਸਾਰੇ ਵੀਰ ਦੱਸੋ, ਕੋਈ ਕੰਮ ਮਾੜਾ ਹੈਗਾ? ਕੋਈ ਕੰਮ ਗਲਤ ਹੈਗਾ? ਸਾਰਾ ਹੀ ਕੰਮ ਚੰਗਾ ਹੈ ਨਾ। 4 ਵਜੇ ਸ਼ਾਮੀ ਅੰਬਾਲੇ ਤੋਂ ਆਉਣਾ, ਬੱਸ ਦਾ ਸਫ਼ਰ ਕਰਨਾ, ਦੁਕਾਨ 4 ਘੰਟੇ ਪਹਿਲੇ ਬੰਦ ਕਰਨੀ, ਫਿਰ ਆ ਕੇ ਸਰਾਂ 'ਚ ਰੁਕਣਾ, ਫਿਰ 3 ਵਜੇ ਉੱਠਣਾ, ਇਸ਼ਨਾਨ ਕਰਕੇ ਅੰਦਰ ਜਾਣਾ, ਅੰਦਰ 4 ਘੰਟੇ ਬਹਿਣਾ। ਕੋਈ ਕੰਮ ਮਾੜਾ ਹੈਗਾ? ਸਾਰੇ ਚੰਗੇ ਹੈ ਨਾ। ਪਰ ਇੱਕ ਚੀਜ਼ ਜਿਹੜੀ ਤੁਹਾਡੇ ਤੱਕ ਦੱਸਣੀ ਚਾਹੁੰਦੇ ਹਾਂ ਕਿ ਜਦੋਂ ਇਸ਼ਨਾਨ ਕਰਕੇ ਜਾਂਦਾ ਦਰਬਾਰ ਸਾਹਿਬ, 4:15 ਅੰਦਰ ਬਹਿ ਗਏ, 8:15 ਉੱਠੇ, ਕਮਰੇ 'ਚ ਆਏ, 4 ਘੰਟੇ ਛੋਟਾ ਚੌਂਕੜਾ ਮਾਰਨਾ, ਦੁਕਾਨ ਬੰਦ ਕਰਕੇ ਆਉਣਾ ਸੌਖਾ, ਸਫ਼ਰ ਕਰਕੇ ਅੰਬਾਲੇ ਤੋਂ ਆਉਣਾ 5 ਘੰਟੇ ਦਾ, ਫਿਰ 5 ਘੰਟੇ ਜਾਣਾ ਵੀ ਸੌਖਾ। ਪਰ ਉਹਦਾ ਇੱਕ ਸੁਭਾਅ ਹੈ, ਜਦੋਂ 8:15 ਉੱਠ ਕੇ ਆਉਣਾ ਨਾ ਜੀ ਸਰਾਂ 'ਚ, ਕਮਰੇ 'ਚ 8:20 ਪਹੁੰਚ ਗਿਆ ਸਰਾਂ 'ਚ, ਅਤੇ ਜਦੋਂ ਸਰਾਂ 'ਚ ਕਮਰੇ 'ਚ ਪਹੁੰਚਦਾ ਨਾ ਜੀ, ਕੋਈ ਕੰਮ ਨਹੀਂ ਕਰਦਾ। ਪਹਿਲੇ ਸਭ ਤੋਂ ਪਹਿਲੇ ਉਹਨੇ 10-15 ਫੋਨ ਮਾਰਨੇ ਵੱਖਰੇ ਵੱਖਰੇ ਬੰਦਿਆਂ ਨੂੰ, ਫੋਨ ਮਾਰ ਕੇ ਕਹਿਣਾ ਕੀ ਹੈ, ਫੋਨ ਮਾਰ ਕੇ ਉਹ ਪੁੱਛਣਾ, ਮੇਰੀ ਫੋਟੋ ਵੇਖੀ ਸੀ ਰਾਗੀਆਂ ਦੇ ਮਗਰ? ਆਖੋ ਸਾਹਿਬ ਗੱਲ ਨੂੰ ਸਮਝ ਲਿਓ, ਮੈਂ ਕਹਿਣਾ ਕੀ ਚਾਹੁੰਦਾ, ਫੋਨ ਮਾਰ ਕੇ ਉਹ ਕਹਿਣਾ ਮੈਨੂੰ ਵੇਖਿਆ ਸੀ ਪੀਟੀ ਸੀ ਤੇ, ਆਖੋ ਸਾਤਨਾ ਮੈਨੂੰ ਵੇਖਿਆ ਸੀ ਰਾਗੀਆਂ ਮਗਰ, ਵੋਟੀ ਨੂੰ ਵੀ, ਸੱਸ ਨੂੰ ਵੀ, ਸਾਲੇ ਨੂੰ ਵੀ, ਹੋਰਨਾਂ ਨੂੰ ਵੀ, 10-15 ਫੋਨ ਮਾਰ। ਹੁਣ ਗੱਲ ਨੂੰ ਸਮਝਿਓ, ਇੱਕ ਦਿਨ ਉਹਨੇ ਮੈਨੂੰ ਵੀ ਫੋਨ ਮਾਰਦਾ, ਆਖੋ ਸਾਤਨਾ ਕਮਰਾ ਹੀ ਬੁੱਕ ਕਰਾਉਂਦਾ ਸੀ ਦਾ, ਅਤੇ ਮੈਨੂੰ ਫੋਨ ਮਾਰ ਕੇ ਕਹਿੰਦਾ ਮੇਰੀ ਫੋਟੋ ਵੇਖੀ ਸੀ ਰਾਗੀਆਂ ਮਗਰ? ਮੈਂ ਸਮਝ ਗਿਆ ਮਿੰਟ 'ਚ, ਮੈਂ ਕਿਹਾ ਵੇਖ ਲਓ ਵੀ ਮੈਂ ਨੇ ਕਿਵੇਂ ਵਲੇਟਿਆ ਦੁਨੀਆ ਨੂੰ, ਆਖੋ ਸਾਤਨਾ ਵੀ ਮੇਰੀ ਫੋਟੋ ਵੇਖੀ ਸੀ ਪੀਟੀ ਸੀ, ਮੇਰੀ ਫੋਟੋ ਵੇਖੀ ਡੈਲੀ। ਮੈਂ ਫਿਰ ਮਾੜਾ ਕਹਿਤਾ, ਮੈਂ ਕਿਹਾ ਹਾਂ ਮਹਾਰਾਜ, ਆਪ ਜੀ ਦੀ ਫੋਟੋ ਦੇਖੀ ਸੀ, ਔਰ ਇਹ ਪਿਓ ਬੈਠਾ ਜੇ, ਇਸ ਪਿਓ ਤੋਂ ਵੱਡਾ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਤੋਂ। ਮੈਂ ਉਹਨਾਂ ਕੋਲ ਡਰ ਕੇ ਕਹਿੰਦਾ, ਮੈਂ ਹੂ ਬਹੂ ਲਫਜ਼ ਬੋਲਣ ਲੱਗਾ ਜਿਹੜੇ ਉਹਨੇ ਮੈਨੂੰ ਫੋਨ 'ਤੇ ਕਹੇ। ਮੈਨੂੰ ਫੋਨ ਕੀਤੀ, ਫਤਿਹ ਬੁਲਾਈ, ਸਾਰੀ ਗੱਲ ਤੋਂ ਬਾਅਦ, ਫਤਿਹ ਤੋਂ ਬਾਅਦ, ਅਤੇ ਮੈਨੂੰ ਜਦੋਂ ਉਹਨੇ ਗੱਲ ਛੇੜੀ, ਮੈਨੂੰ ਕਹਿੰਦਾ ਪੀ ਟੀ ਸੀ 'ਤੇ, ਟੀ ਵੀ 'ਤੇ,
ਮੇਰੇ ਦਰਸ਼ਨ ਕੀਤੇ ਸੀ ਤੁਸੀਂ ਆਖੋ ਸਾਹਿਬ ਮੇਰੇ ਦਰਸ਼ਨ, ਇਹਨੂੰ ਕੀ ਕਹੋਗੇ? ਆ ਆ ਘਰ ਜਿੱਥੇ ਆ ਕੇ ਸਿੱਖੀ ਸਿੱਖਣੀ ਹੈ। ਕਹਿੰਦਾ ਮੈਨੂੰ ਮੇਰੇ ਦਰਸ਼ਨ ਕੀਤੇ ਸੀ ਤੁਸੀਂ ਟੀਵੀ 'ਤੇ? ਮੈਂ ਨਾ ਫੋਨ 'ਤੇ ਹਾਸਾ ਨਿਕਲਣ ਲੱਗਾ, ਮੈਂ ਕੰਟਰੋਲ ਕੀਤਾ, ਮੈਂ ਕਿਹਾ ਵੀ ਇਹਨੇ ਸਤਸੰਗ ਨਹੀਂ ਕੀਤਾ ਕਿ ਨਿਮਣ ਸੋ ਅੱਖਰ, ਅੱਖਰਾਂ 'ਚ ਵੀ ਨਿਮਰਤਾ ਹੈਗਾ ਜੀ ਕਿ ਆਖੋ ਸਾਹਿਬ। ਮੈਨੂੰ ਕਹਿੰਦਾ ਮੇਰੇ ਦਰਸ਼ਨ ਕੀਤੇ ਸੀ ਟੀਵੀ 'ਤੇ? ਮੈਂ ਸਮਝ ਗਿਆ ਵੀ ਇਹ ਅਜੇ, ਫਿਰ ਮੈਂ ਰਾਹ ਪਤਾ ਨਹੀਂ ਕੁਦਰਤੀ ਮਨ ਆ ਗਿਆ, ਮੈਂ ਕਿਹਾ ਮਾੜੀ ਵੇਖਾਂ ਸਹੀ ਹੁਣ ਮੈਂ ਕਿੰਨੇ ਕੁ ਮੀਟਰ ਦੀ ਹੈਗੀ ਆ, ਵੀ 10 ਦੇ ਲੈਵਲ 'ਤੇ ਹੈ ਕਿ 20 'ਤੇ ਹੈ, ਵੀ ਕਿੱਥੋਂ ਕਿੰਨੀ ਡਿਗਰੀ ਤੱਕ ਇਹਦੀ ਹੁਣ ਮੈਂ 40 ਤੱਕ ਕਿ 80 ਤੱਕ, ਮੈਂ ਕਿਹਾ ਮਾੜਾ ਵੇਖ ਲਈਏ। ਹੁਣ ਇਹਨੇ ਗੱਲ ਛੇੜਤੀ ਮੇਰੇ ਦਰਸ਼ਨ ਕੀਤੇ ਸੀ ਟੀਵੀ 'ਤੇ, ਯਕੀਨ ਜਾਣਿਓ ਪਿਤਾ ਜੀ ਦੇ ਚਰਨਾਂ 'ਚ ਬੈਠਿਆ। ਮੈਂ ਥੋੜ੍ਹੀ ਵਡਿਆਈ ਕਰਤੀ ਹੋਰ, ਮੈਂ ਕਿਹਾ ਵੇਖਾਂ ਹੈ ਕਿੰਨੀ ਕੁ, ਜ਼ਰਾ ਚੈੱਕ ਕਰੀਏ ਇਹਦੀ। ਮੈਂ ਨੂੰ ਅਸੀਂ ਚੈੱਕ ਨਹੀਂ ਕਰ ਸਕਦੇ, ਆਪਣਾ ਪਰਚਾ ਨਾ ਪੈ ਜੇ, ਪਰ ਕੁਦਰਤੀ ਉਸ ਵੇਲੇ ਵਿੱਧ ਬਣ ਗਈ। ਮੈਂ ਕਿਹਾ ਵੇਖਾਂ ਕਿੰਨੀ ਡਿਗਰੀ ਦੀ, ਅਤੇ ਮੈਂ ਜੀ ਫੋਨ 'ਤੇ ਕਹਿਤਾ, ਮੈਂ ਕਿਹਾ ਮਹਾਰਾਜ ਮੈਂ 3-4 ਵਾਰੀ ਟੀ ਵੀ ਲਾਇਆ ਪੀ ਟੀ ਸੀ, ਤੁਸੀਂ ਰਾਗੀਆਂ ਮਗਰ ਮੈਂ ਕਿਹਾ ਬੈਠੇ ਸੀ, 4 ਵਾਰੀ ਬੈਠੇ ਸੀ, ਅਤੇ ਮੈਂ ਫੋਨ 'ਤੇ ਚੜ੍ਹਾਤਾ ਉਹਨੂੰ ਥੋੜ੍ਹਾ ਜਿਹਾ ਤਾਂ ਉਹਨੂੰ। ਮੈਂ ਕਿਹਾ ਬੜਾ ਤਕੜਾ ਚੌਂਕੜਾ ਤੁਹਾਡਾ, ਆਖੋ ਸਾਧਨਾ, ਮੈਂ ਕਿਹਾ ਬੜਾ ਤਕੜਾ ਚੌਂਕੜਾ ਤੁਹਾਡਾ, ਵੀ ਬੜੀ ਤਕੜੀ ਬੈਠਕ ਹੈ, ਬੜਾ ਤਕੜਾ ਚੌਂਕੜਾ ਤੁਹਾਨੂੰ ਮੈਂ 4 ਵਾਰੀ ਟੀ ਵੀ ਲਾਇਆ, ਤੁਸੀਂ ਬੈਠੇ ਸੀ 4 ਘੰਟੇ ਦਾ ਚੌਂਕੜਾ, ਸੁਣਿਓ ਅੱਗੋਂ ਉਹਨੇ ਕੀ ਕਿਹਾ। ਮੈਂ ਕਿਹਾ ਬੜਾ ਤਕੜਾ ਚੌਂਕੜਾ, ਅਤੇ ਅੱਗੋਂ ਮੈਨੂੰ ਫੋਨ 'ਤੇ ਕਹਿੰਦਾ, ਕਹਿੰਦਾ ਫਿਰ ਮੇਰੇ ਦਰਸ਼ਨ ਖੁੱਲ੍ਹੇ ਹੁੰਦੇ ਆ ਨਾ ਟੀ ਵੀ 'ਤੇ, ਆਖੋ ਸਾਹਿਬ, ਕਹਿੰਦਾ ਫਿਰ ਮੇਰੇ ਦਰਸ਼ਨ ਖੁੱਲ੍ਹੇ ਹੋਏ ਟੀ ਵੀ 'ਤੇ। ਮੈਂ ਉਸ ਵੇਲੇ ਆਪਣੇ ਫੋਨ 'ਤੇ ਨਾ ਅੰਦਰ ਹੱਸ ਪਿਆ, ਮੈਂ ਕਿਹਾ ਮੈਂ ਵੇਖਣ ਡਿਆ ਸਾਂ ਕਿੰਨੀ ਡਿਗਰੀ ਤੱਕ, ਇਹ ਵੀ 20 ਤੱਕ ਇਹਦੀ ਹੋਮੇ ਜਾਂ 80, ਮੈਂ ਕਿਹਾ ਤਾਂ 100 ਤੋਂ ਟੱਪੀ ਪਈ, ਆਖੋ ਸਾਧਨਾ, ਮੈਂ ਕਿਹਾ ਤਾਂ 100 ਤੋਂ ਟੱਪੀ ਪਈ। ਅੱਜ ਜਿੰਨੀਆਂ ਸੰਗਤਾਂ ਬੈਠੀਆਂ ਜੇ, ਗੁਰੂ ਕੇ ਲਾਲ, ਗੁਰੂ ਕੇ ਢਾਡੀ, ਸਾਡੀਆਂ ਭੈਣਾਂ ਮਤਾਵਾਂ, ਅਗਲਾ ਜਥਾ ਤੁਹਾਡੇ ਦਰਸ਼ਨ ਕਰਨ ਲਈ ਪਹੁੰਚ ਗਿਆ, ਉਸੇ ਸਬਜੈਕਟ 'ਤੇ ਰਵਾਂ। ਇਹ ਜਿੰਨੇ ਮਾਈ ਭਾਈ ਬੈਠੇ ਹੋ, ਜੇ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹੋ, ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ, ਉਹਨਾਂ ਦੀਆਂ ਯਾਦਾਂ ਨੂੰ ਸਮਰਪਿਤ ਸਮਾਗਮ ਕਰਾ ਰਹੇ ਹੋ, ਅਤੇ ਉਹਨਾਂ ਬਖਸ਼ੀਆਂ ਹੋਈਆਂ ਦੋਵਾਂ ਰੂਹਾਂ ਦੇ ਜੀਵਨ 'ਚੋਂ ਅੱਜ ਇੱਕ ਗੁਣ 'ਤੇ ਵਿਚਾਰ ਹੋਈ, ਸਿਰਫ ਇੱਕ ਗੁਣ 'ਤੇ, ਅੱਜ ਸਾਰੇ ਯਤਨ ਕਰਿਓ ਇਹ ਗੁਣ ਘਰ ਲੈ ਕੇ ਜਾਣਾ, ਹਉਮੈ ਮਰ ਜੇ ਨਿਮਰਤਾ ਦੀ ਦਾਤ ਝੋਲੀ 'ਚ ਪੈ ਜੇ, ਮੈਂ ਕਹਿੰਦਾ ਜਿੰਨਾ ਕਰ ਲਓਗੇ ਸੰਭਾਲਿਆ ਜਾਊਗਾ, ਆਖੋ ਸਾਧਨਾ, ਇਹ ਜਮ੍ਹਾਂ ਹੋ ਜਾਊ। ਅਜੇ ਵੀ ਗੱਲ ਕਿਸੇ ਨੂੰ ਨਾ ਪਤਾ ਲੱਗੀ ਹੋਵੇ, ਇੱਕ ਰਾਗੀ ਹੀਰਾ ਸਿੰਘ ਹੋਏ ਆ, ਆ ਪੁਰਾਣੇ ਬਜ਼ੁਰਗ ਬੈਠੇ ਇਹਨਾਂ ਨੂੰ ਪਤਾ ਹੋਏਗਾ, ਉਹ ਸਮਾਂ ਸੀ ਭਾਈ ਵੀਰ ਸਿੰਘ ਜੀ ਦਾ, ਬਾਬਾ ਨੰਦ ਸਿੰਘ ਜੀ ਦਾ, ਰਾਗੀ ਹੀਰਾ ਸਿੰਘ, ਸੁਣਿਓ ਗੱਲ ਖੀਰਲੀ ਫਿਰ ਸਮਾਪਤੀ ਹੈ। ਇਹਨਾਂ ਨੂੰ 10 ਦਿਨ ਦੀਵਾਨ ਲਾਏ ਮਲੋਟ ਮਲੋਟ, ਅਤੇ ਸੰਗਤ ਨੇ ਬੜਾ ਮਾਣ ਦਿੱਤਾ। ਖੀਰਲੇ ਦਿਨ ਮਲੋਟ ਦੀ ਸੰਗਤ ਨੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ, ਸੋਨੇ ਦੇ ਮੈਡਲ ਨਾਲ ਰਾਗੀ ਹੀਰਾ ਸਿੰਘ। ਅੰਮ੍ਰਿਤਸਰ ਵਾਪਸ ਆਏ ਔਰ ਰਾਤ ਪਈ ਸੀ, 11 ਵਜੇ ਸੀ, ਆਹ ਗੱਲ ਸੁਣਨ ਵਾਲੀ ਜੇ ਤੁਹਾਡੇ, ਰਾਤ ਦੇ 11 ਵਜੇ ਹੋਏ ਸੀ, ਰਾਗੀ ਹੀਰਾ ਸਿੰਘ ਸਾਥੀ ਆਏ, ਅਤੇ ਸਾਥੀਆਂ ਨੂੰ ਕੀ ਕਹਿੰਦੇ ਆ ਰਾਗੀ ਹੀਰਾ ਸਿੰਘ, ਬਾਬਾ ਨੰਦ ਸਿੰਘ ਦੀ ਸੰਗਤ ਹੋਈ ਹੋਈ ਸੀ ਇਹਨਾਂ ਨੂੰ, ਸਾਥੀਆਂ ਨੂੰ ਕਹਿੰਦੇ ਤੁਸੀਂ ਘਰ ਜਾਓ, ਆ ਗੱਲ ਸੁਣਿਓ ਖੀਰਲੀ ਗੱਲ ਜੀ, ਸਾਥੀਆਂ ਨੂੰ ਕਹਿੰਦੇ ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ। ਉਹ ਕਹਿੰਦੇ ਜੀ 11 ਵਜੇ ਹੈ, 10 ਦਿਨ ਬਾਅਦ ਆਏ ਹੋ ਘਰ, ਘਰ ਕਿਉਂ ਨਹੀਂ ਜਾਣਾ, ਘਰ ਕਿਉਂ ਨਹੀਂ ਜਾਣਾ? ਕਹਿੰਦੇ ਤੁਸੀਂ ਘਰ ਜਾਓ, ਮੈਂ ਅੱਜ ਸਾਰੀ ਰਾਤ ਗੁਰੂ ਰਾਮਦਾਸ ਦੇ ਦਰ 'ਤੇ ਬਿਤਾਉਣੀ, ਤੁਸੀਂ ਸਵੇਰੇ ਆਉਣਾ ਦਰਸ਼ਨ ਕਰਨ ਗੁਰੂ ਰਾਮਦਾਸ ਦੇ, ਆ ਜਾਣਾ ਰੂਟੀਨ 'ਚ, ਮੈਂ ਸਵੇਰੇ ਆਪੇ ਚਲਾ ਜਾਵਾਂਗਾ। ਇਹ ਸੁਣਨ ਵਾਲੀ ਜੇ ਖੀਰਲੀ ਗੱਲ, ਗੁਰੂ ਰਾਮਦਾਸ ਦੇ ਦਰ 'ਤੇ ਸਾਰੀ ਰਾਤ ਲਿਖਿਆ 3 ਕੰਮ ਕੀਤੇ, ਝਾੜੂ ਦਿੱਤਾ, ਵਿੱਠਾਂ ਚੁੱਕੀਆਂ, ਲੰਗਰ ਦੇ ਬਰਤਨ ਮਾਂਜੇ, ਉੱਥੇ ਲੰਗਰ ਦੇ ਬਰਤਨ ਮਾਂਜੇ, ਝਾੜੂ ਦਿੱਤਾ, ਪਰਿਕਰਮਾ 'ਚ ਬਿੱਠਾਂ ਚੁੱਕੀਆਂ, ਬੜੇ ਵਾਹਿਗੁਰੂ ਨੂੰ ਜਪਦੇ ਕਰੀ ਜਾਣ ਸੇਵਾ, ਰਾਗੀ ਹੀਰਾ ਸਿੰਘ ਆ ਰਾਗੀਆਂ ਦੀ ਲੋੜ ਏ, ਸਵੇਰੇ 5-6 ਵਜੇ ਕਿਤੇ ਸਾਥੀ ਆਏ ਮੱਥਾ ਟੇਕਣ, ਘਰੋਂ ਆਪਣਾ ਆਰਾਮ ਕਰਕੇ ਜਦੋਂ ਰਾਗੀ ਹੀਰਾ ਸਿੰਘ ਨੂੰ ਵੇਖਿਆ ਬਰਤਨ ਮਾਂਜਦਿਆਂ, ਆਹ ਚੀਜ਼ ਕਰਦਿਆਂ, ਅਤੇ ਪੁੱਛਣ ਲੱਗੇ ਆਹ ਕੀ ਕਰ ਰਹੇ ਹੋ,
ਆ ਕੀ ਕਰ ਰਹੇ ਹੋ? ਹੀਰਾ ਸਿੰਘ ਰਾਗੀ ਜੀ ਨੂੰ ਪੁੱਛਦੇ ਤੇ ਅੱਗੋਂ ਕੀ ਕਹਿੰਦੇ, ਕਹਿੰਦੇ ਮਲੋੜ ਦੀ ਸੰਗਤ ਨੇ ਮਾਣ ਬੜਾ ਦਿੱਤਾ ਸੀ, ਮੈਡਲ ਪਾਤੇ ਸੀ ਸੋਨੇ ਦੇ ਤੇ ਮਨ 'ਤੇ ਭਾਰ ਪੈ ਗਿਆ ਸੀ ਹੋਮੇ ਦਾ, ਅਤੇ ਅੱਜ ਦੀ ਰਾਤ ਮੈਂ ਸੋਚਿਆ ਗੁਰੂ ਰਾਮਦਾਸ ਦੇ ਦਰ 'ਤੇ ਭਾਂਡੇ ਮਾਂਝ ਕੇ ਝਾੜੂ ਦੇ ਕੇ ਇਹ ਮਨ ਨੂੰ ਕਹਿ ਦਿਆ, ਮਨਾ ਕੋਈ ਜਿੰਨਾ ਮਰਜ਼ੀ ਮਾਣ ਦੇ ਦੇ ਪਰ ਤੂੰ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਵਾਲੀਆਂ ਜਕਾਰਾ ਦਿਓ ਪਿਆਰ ਦੇ। ਆਹ ਸਿੱਖੀ ਹੈ, ਆਹ ਸਿੱਖੀ ਕਮਾਇਓ। ਅੱਜ ਦਾ ਵਿਸ਼ਾ ਆ ਸਮਝਿਓ, ਬਾਬਾ ਦੀਪ ਸਿੰਘ ਦੀ ਕਿਉਂ ਜੈ ਜੈਕਾਰ, ਮੈਂ ਕੀ ਦੱਸਾਂ। ਵਿਸ਼ੇ ਹੋਰ ਵੀ ਸੀ, ਬਾਬਾ ਜੀ ਦਾ ਰੱਜ, ਜਿਹੜਾ ਬੰਦਾ ਰੱਜਿਆ ਹੁੰਦਾ ਤੇ ਇੱਕ ਭੁੱਖਾ ਹੁੰਦਾ, ਦਿਲ ਕਰਦਾ ਸੀ ਉਹ ਵੀ ਸਾਂਝਾ ਕਰਾਂ। ਹੁਣ ਫਿਰ ਅੱਗੋਂ ਜਦੋਂ ਦਰਸ਼ਨ ਮੇਲੇ ਹੋਏ, ਬਾਬਾ ਜੀ ਦਾ ਨਿਤਨੇਮ ਇਹ ਸਬਜੈਕਟ ਨੇ, ਅੱਜ ਸਿਰਫ ਇੱਕ ਵਿਸ਼ਾ ਸਾਂਝਾ ਹੋਇਆ, ਬਾਬਾ ਜੀ ਦੀ ਨਿਮਰਤਾ, ਬਾਬਾ ਜੀ ਦਾ ਰੱਜ। ਹਾਏ ਹਾਏ ਹਾਏ, ਕਿਹੜਾ ਇਲਾਕਾ ਜਿੱਤਿਆ, ਕਿੰਨੀ ਆਮਦਨ ਉੱਥੋਂ ਦੀ, ਬਾਬਾ ਜੀ ਨੂੰ ਵਧਾਈਆਂ ਮਿਲਣ। ਬਾਬਾ ਜੀ, ਬਾਬਾ ਜੀ ਕਹਿੰਦੇ ਵੀ ਵਧਾਈ ਬਹੁਤ ਦੇ ਰਹੇ ਹੋ, ਇਹ ਇਲਾਕੇ ਇਹ ਪੂਰੇ ਸਬਜੈਕਟ ਨੇ। ਉਹ ਕਹਿੰਦੇ ਜੀ ਇਹਦੀ ਆਮਦਨ ਬੜੀ ਹੈ ਤਾਂ ਵਧਾਈ ਜ਼ਿਆਦਾ। ਸਿਆਲਕੋਟ ਮਾੜਾ ਸੋਹਣੀ ਲਓ, ਬਾਬਾ ਜੀ ਦਾ ਰੱਜ ਇਹੋ ਜਿਹਾ। ਬਾਬਾ ਦੀਪ ਸਿੰਘ ਕਹਿੰਦੇ ਸਾਡੇ ਸਿੰਘ ਕਿਤੇ ਮਾਇਆ 'ਚ ਨਾ ਫਸ ਜਾਣ, ਵੀ ਇਹ ਇਲਾਕੇ ਦੀ ਆਮਦਨ ਬੜੀ ਹੈ ਤਾਂ ਵਧਾਈਆਂ ਜ਼ਿਆਦਾ ਦੇਣ ਡੇ। ਬਾਬਾ ਜੀ ਨੇ ਨਾਲ ਹੀ ਫੈਸਲਾ ਲੈ ਲਿਆ ਰੱਜ ਨੂੰ ਮਾਰਨ, ਇਹਨੂੰ ਭੁੱਖ ਨੂੰ ਮਾਰਨ ਦਾ। ਬਾਬਾ ਜੀ ਕਹਿੰਦੇ ਸਿਆਲਕੋਟ ਦੀ ਆਮਦਨ ਕੋਈ ਸਿੰਘ ਨਹੀਂ ਵਰਤੇਗਾ, ਸਿਆਲਕੋਟ ਦੀ ਆਮਦਨ ਨਾਲ ਗੁਰਦੁਆਰਾ ਬੇਰ ਸਾਹਿਬ ਦਾ 24 ਘੰਟੇ ਲੰਗਰ ਚੱਲੇਗਾ ਜਕਾਰਾ ਦਿਓ ਪਿਆਰ ਦੇ ਨਾਲ। ਬਾਬਾ ਜੀ ਆਹ ਸੀ ਸਾਡੇ ਬਾਬਾ ਜੀ, ਐਵੇਂ ਨਹੀਂ ਜਾਇਆ ਕਰਾ ਰੱਜ। ਅੱਜ ਅਰਦਾਸਾਂ ਕਰੋ ਕਿ ਜੇ ਬਾਬਾ ਜੀ ਦਾ ਦਿਹਾੜਾ ਮਨਾ ਰਹੇ ਹੋ, ਬਾਬਾ ਦੀਪ ਸਿੰਘ, ਬਾਬਾ ਸਾਨੂੰ ਵੀ ਬਾਬਾ ਜੀ ਰੱਜ ਬਖਸ਼ ਦਿਓ, ਆਖੋ ਸਤਨਾਮ, ਕਰੋੜਾਂ ਹੋ ਜਾਣ ਰੱਜ, ਨਹੀਂ ਤੇ ਨਹੀਂ ਜੇ ਗੱਲ ਮੁੱਕਣੀ। ਰੱਜ ਵੱਡਾ, ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਇਹ ਬਾਬਾ ਜੀ ਦੀਆਂ ਤਾਂ ਜੈ ਜੈਕਾਰ ਹੈ। ਬਾਬਾ ਦੀਪ ਸਿੰਘ ਜੀ ਮੈਂ ਉਹਨੂੰ ਮਾਰਿਆ, ਬਾਬਾ ਜੀ ਨੇ ਰੱਜ ਵਿਖਾਈ ਹੈ। ਇਹ ਰੱਜ ਦੇ ਉੱਤੇ 1.25 ਘੰਟੇ ਦਾ ਸਬਜੈਕਟ ਹੈ ਅਗਾਂਹ ਦਲੀਲਾਂ ਦੇਣ ਲਈ। ਬਾਬਾ ਜੀ ਦਾ ਨਿਤਨੇਮ ਕਿੰਨਾ ਸੀ, ਸਾਡਾ ਕਿੰਨਾ ਚਾਹੀਦਾ। ਇਹ ਫਿਰ ਜਦੋਂ ਆਪ ਜੀ ਦੇ ਦਰਸ਼ਨ ਮੇਲੇ, ਉਦੋਂ ਫਿਰ ਇਹ ਸੱਚੇ ਪਾਤਸ਼ਾਹ ਗਲੀਆਂ ਵਿਚਾਰਾਂ ਦੀ ਸੇਵਾ ਲੈਣ, ਇਹ ਹਾਜ਼ਰੀਆਂ ਆਪ ਜੀ ਪ੍ਰਵਾਨ ਕਰਿਓ। ਅਤੇ ਖੀਰਲੀ ਗੱਲ ਕਹਿ ਦਿਆਂ, ਹੁਣ ਅੱਜ ਸਾਰੀ ਕਥਾ ਹੋਈ ਹੈ ਨਿਮਰਤਾ 'ਤੇ, ਬਾਬਾ ਜੀ ਨੇ ਮੈਂ ਨੂੰ ਮਾਰਿਆ, ਹੁਣ ਸਾਡੇ ਵੱਧੋਂ ਢਾਡੀਆਂ ਦਾ ਜਥਾ ਲੱਗਣਾ, ਭੈਣਾਂ ਦਾ, ਹੁਣ ਉਹਦੇ ਵੱਧੋਂ ਪਤਾ ਨਹੀਂ ਹੋਰ ਜਥਾ ਲੱਗਣਾ, ਫਿਰ ਹੋਰ ਲੱਗਣਾ, ਜੋ ਸਟੇਜ ਦਾ ਪ੍ਰੋਗਰਾਮ ਸੈਕਟਰੀ ਸਾਹਿਬ ਨੂੰ ਪਤਾ ਉਹ ਦੱਸਣਗੇ। ਅਤੇ ਤੁਸੀਂ ਮੰਨ ਲਓ ਭੋਗ ਪੈਂਦਾ 6 ਵਜੇ, ਭੋਗ ਪੈਂਦਾ 7 ਵਜੇ, ਭੋਗ ਪੈਂਦਾ 5 ਵਜੇ, ਜਿੰਨੇ ਵਜੇ ਵੀ ਪੈਣਾ ਹੋਇਆ, ਤੁਸੀਂ ਹੁਣ ਮੰਨ ਲਓ 6 ਵਜੇ ਘਰ ਜਾ ਰਹੀ ਹਾਂ ਜੇ ਬੀਬੀ ਹੋ, ਅਤੇ ਨਾਲ ਦੀ ਬੀਬੀ ਨੂੰ ਪੁੱਛ ਲਿਆ ਤੈਂ ਕਿੰਨੇ ਵਜੇ ਆਈ ਸੀ, ਆਖੋ ਸਤਨਾਮ, ਤੈਂ ਕਿੰਨੇ ਵਜੇ ਆਈ ਸੀ, ਉਹ ਬੀਬੀ ਨੇ ਕਿਤੇ ਕਹਿ ਤਾ, ਭੈਣਾ ਮੈਂ ਤਾਂ 1:15 ਪਹੁੰਚੀ ਹਾਂ, ਘਰ ਕੋਈ ਆ ਗਿਆ ਸੀ, ਅਤੇ ਤੁਸੀਂ ਇੰਜ ਨਾਲ ਹੀ ਹੱਥ ਮਾਰ ਕੇ ਕਿਹਾ, ਲੈ ਤੂੰ 1:15 ਆਈ ਹੈ, ਮੈਂ 9 ਵਜੇ ਦੀ ਬੈਠੀ ਸਾਂ, ਆਖੋ ਸਤਨਾਮ, ਆਹ ਧਿਆਨ ਰੱਖਿਓ ਜਾਣ ਲੱਗਿਆ, ਮੈਂ 9 ਬਸ ਮੈਂ ਆਉਣ ਦੀ ਦੇਰ। ਬਾਬਾ ਆਨੰਦ ਸਿੰਘ ਦੇ ਬਚਨ ਨੇ ਇਹ, ਮੈਂ ਆਉਣ ਦੀ ਦੇਰ, ਸਾਡਾ ਬੈਠਿਆ ਘਰ ਵੀ ਨਹੀਂ ਪਹੁੰਚਦਾ, ਰਾਹ 'ਚ ਹੀ ਡੁੱਲ ਜਾਂਦਾ, ਐਡੀ ਮਾੜੀ ਜੇ, ਆਖੋ ਸਤਨਾਮ। ਅੱਜ ਕੀ ਕਰਨਾ ਬੀਬੀਓ, ਅੱਜ ਵੀਰੋ ਤੁਸੀਂ ਕੀ ਕਰਨਾ, ਅੱਜ ਸੁਣ ਲਓ ਅਖੀਰਲੀ ਗੱਲ, ਕਹਿ ਕੇ ਸਮਾਪਤੀ, ਇੱਥੋਂ ਹੁਣ ਜਿੰਨੇ ਵਜੇ ਸਮਾਪਤੀ ਹੋਊਗੀ, 5-6 ਵਜੇ, ਜਿੰਨੇ ਵਜੇ ਵੀ ਘਰ ਜਾਓਗੇ, ਕੋਈ ਕੰਮ ਨਹੀਂ ਕਰਨਾ ਬੀਬੀਓ, ਨਾ ਚੁੰਨੀ ਲੈਣੀ ਸਿਰ ਤੋਂ, ਨਾ ਬਸਤਰ ਬਦਲਾਉਣੇ ਪਹਿਲੇ, ਨਾ ਤੁਸੀਂ ਵੀਰੋ, ਨਾ ਕੋਈ ਚਾਹ ਪੀੜੀ, ਨਾ ਪਾਣੀ ਦਾ ਘੁੱਟ ਪੀਣਾ, ਅੱਜ ਕਰਿਓ ਜ਼ਰੂਰ, ਤਾਂ ਕਿ ਇਹ ਸਤਸੰਗ ਉੱਥੇ ਜਾਵੇ ਪਹੁੰਚੇ। ਅੱਜ ਘਰ ਜਾ ਕੇ ਜਦੋਂ ਘਰ ਪਹੁੰਚੋਗੇ ਜਿੰਨੇ ਵਜੇ ਵੀ, ਕੋਈ ਕੰਮ ਨਹੀਂ ਪਹਿਲੇ ਕਰਨਾ ਸਿੱਖ ਨੇ, 5 ਪੌੜੀਆਂ ਜਪਜੀ ਸਾਹਿਬ ਕਰਕੇ ਨਾ ਪੂਰੀ ਨਿਮਰਤਾ ਨਾਲ 5 ਪੌੜੀਆਂ, ਇੰਝ ਹੱਥ ਜੋੜ ਕੇ ਇੰਨਾ ਹੀ ਕਹਿ ਦੇਣਾ, ਅੱਜ ਬਾਜਾਂ ਵਾਲਿਆ ਤੇਰਾ ਲੱਖ ਲੱਖ ਸ਼ੁਕਰ ਹੈ, ਅੱਜ ਤੂੰ ਮੈਨੂੰ 4 ਘੰਟੇ ਸਤ ਸੰਗਤ ਬਖਸ਼ ਦਿੱਤੀ ਹੈ, ਅੱਜ ਇਹ ਪੜ੍ਹਾਈ ਕਰਿਓ, 5 ਪੌੜੀਆਂ ਪੜ੍ਹ ਕੇ ਸ਼ੁਕਰਾਨਾ ਕਰਨਾ, ਮੈਂ ਨਹੀਂ ਲੈਣੀ, ਮੈਂ ਜ਼ਿਆਦਾ ਬੈਠਾ, ਤੂੰ ਥੋੜ੍ਹਾ ਬੈਠੀ।
ਅੱਜ ਬਾਜਾਂ ਲਿਆ ਤੇਰਾ ਸ਼ੁਕਰ ਹੈ, ਤੂੰ ਮੈਨੂੰ 6 ਘੰਟੇ 5 ਘੰਟੇ ਸੰਗਤ ਵਿੱਚ ਚੌਂਕੜਾ ਮਰਵਾਇਆ, ਤੇਰਾ ਸ਼ੁਕਰ ਹੈ। 5 ਪੌੜੀਆਂ ਪੜ੍ਹ ਕੇ ਸ਼ੁਕਰਾਨਾ ਕਰਿਓ ਜਾ ਕੇ, ਅਗਰ ਅੰਦਰੋਂ ਕਰੋਗੇ ਮਨ ਨੀਵਾਂ ਕਰਕੇ। ਤੇ ਮਹਾਂਪੁਰਸ਼ ਬਚਨ ਕਰਦੇ ਸੀ, ਤੇਰਾ ਬੈਠਿਆ ਹੋਇਆ ਫਿਰ ਡੁੱਲੇਗਾ ਨਹੀਂ, ਜੇ ਨਿਮਰਤਾ 'ਚ ਜਾ ਕੇ ਕਹੇਗਾ ਨਾ ਤੁਸੀਂ ਭਾਇਆ ਤੁਹਾਡਾ ਸ਼ੁਕਰ ਹੈ, ਇਹ ਬੈਠਿਆ ਹੋਇਆ ਡੁੱਲੇਗਾ ਨਹੀਂ, ਦਰਗਾਹ 'ਚ ਜਮ੍ਹਾਂ ਹੋ ਜਾਏਗਾ। ਜਮ੍ਹਾਂ ਇਹੋ ਜਿਹਾ ਦਰਗਾਹ 'ਚ ਜਮ੍ਹਾਂ ਹੋਏਗਾ ਮਰਨ ਤੋਂ ਬਾਅਦ, ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ, ਮਰਨ ਤੋਂ ਬਾਅਦ ਤੁਸੀਂ ਬਾਅਦ 'ਚ ਪਹੁੰਚੋਗੇ, ਇਹ ਸਤਸੰਗ ਦੀਆਂ ਘੜੀਆਂ ਉੱਥੇ ਪਹਿਲੇ ਪਹੁੰਚੀਆਂ ਹੋਣਗੀਆਂ। ਨਿਹਾਲ ਇਹ ਪਹੁੰਚਦੀਆਂ ਜੇ, ਯਕੀਨ ਜਾਣਿਓ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ। ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਪਹੁੰਚਦੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਧਰਮ ਰਾਏ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਨਾਲ ਬੋਲੋ ਜਰਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏ। ਅੱਜ ਜੋ ਕੀਤਾ ਜੇ ਇਹਦਾ ਜਵਾਬ ਅਗਲੀ ਪੰਕਤੀ, ਕਹਿ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ, ਆ ਸੰਗਤ ਕਰ ਤੇ ਇਹਨੂੰ ਹਮੇ ਜਾ ਕੇ ਡੁੱਲਣ ਨਾ ਦੇ, ਐ ਖਾਤੇ 'ਚ ਜਮ੍ਹਾਂ ਕਰਾ ਦੇ ਨਿਮਰਤਾ ਦੇ ਵਿੱਚ, ਆ ਘੜੀਆਂ ਤੈਨੂੰ ਬਚਾਉਣਗੀਆਂ। ਲੇਖੇ ਤੋਂ ਗੱਜ ਕੇ ਕਹਿ ਦਿਓ ਸਤਨਾਮ। ਬਾਬਾ ਜੀ ਕਿਰਪਾ ਕਰਨ, ਬਾਬਾ ਦੀਪ ਸਿੰਘ, ਬਾਬਾ ਬੁੱਢਾ ਸਾਹਿਬ ਦੇ ਗੁਣਾਂ 'ਚੋਂ ਇੱਕ ਗੁਣ ਸਾਂਝਾ ਹੋਇਆ ਲੱਗਾ। ਐ ਕੁਝ ਅੱਧਾ ਘੰਟਾ ਸਟਾਲ ਲੱਗਾ ਰਹੇਗਾ ਆਰਾਮ ਨਾਲ। ਇਹ 250-300 ਨੰਬਰ ਨੇ, MP3 VCDs DVDs। ਸਿੱਖ ਦੂਜੇ ਸਿੱਖ ਨਾਲ ਕਿਵੇਂ ਵਰਤੇ, ਮੈਂ ਇੱਕ ਅੱਧਾ ਹੀ ਬੋਲਦਾ ਪਿਆ। ਕਿਹੜਾ ਕੰਮ ਕਰੀਏ ਹੰਕਾਰ ਦੀ ਮੌਤ ਹੋ ਜੇ, ਕਿਹੜਾ ਕੰਮ ਕਰੋ ਪ੍ਰੇਮ ਦਾ ਜੀਵਨ ਮਿਲ ਜੇ। ਇਸ ਤਰ੍ਹਾਂ ਬਾਹਰ ਭਾਈ ਭਾਨਾ ਜੀ ਨੂੰ 6ਵੇਂ ਪਾਤਸ਼ਾਹ ਨੇ 3 ਦਰਗਾਹੀ ਸਵਾਲਾਂ ਦਾ ਕੀ ਜਵਾਬ, ਇਹ 250-300 ਨੰਬਰ ਨੇ ਅਲੱਗ ਅਲੱਗ, ਕੋਈ ਬਿਜ਼ਨਸ ਨਾਲ ਸਟਾਲ ਨਹੀਂ, ਕੇਵਲ ਇਹ ਸਭ 100 ਰੁਪਏ ਦੀਆਂ 5 ਨੇ। ਇਹ ਪੈਨ ਡਰਾਈਵ ਹੈ ਜੀ, ਇਹਦੇ 7 ਨੰਬਰ ਨੇ। 1 ਨੰਬਰ 'ਚ 60 ਘੰਟੇ 64 ਘੰਟੇ 58 ਘੰਟੇ ਦਾ ਕੀਰਤਨ ਹੈ, ਮਗਰ ਵੇਰਵਾ ਕਿਹੜਾ ਕੀਰਤਨ ਹੈ। ਅਤੇ ਕੋਈ ਚੀਜ਼ ਬਿਜ਼ਨਸ ਨਾਲ ਨਹੀਂ, ਅਤੇ 7 ਨੰਬਰ ਨੇ। ਕੋਈ ਪੈਨ ਡਰਾਈਵ ਇੰਜ ਬਾਹਰੋਂ ਪ੍ਰਾਪਤ ਕਰਨਾ ਚਾਹੇ, ਇਹ 7ਵੀਂ ਕਿਤਾਬ ਬਾਬਾ ਜੀ ਨੇ ਲਿਖਾਈ ਹੈ, ਸਿਮਰਨ ਦੀਆਂ 9 ਅਵਸਥਾ। ਪਹਿਲੀਆਂ 6 ਕਿਤਾਬਾਂ ਵੀ, ਅਤੇ ਇਹ 7ਵੀਂ ਸਿਮਰਨ ਦੀ ਅਵਸਥਾ ਹੁੰਦੀ, ਬੈਖਰੀ ਜਾਪ, ਮਧਮਾ ਜਾਪ, ਪਸੰਤੀ, ਪਰੇ ਸਵਾਸ ਸਵਾਸ ਦਾ, ਸੁਰਤੀ ਦਾ, ਹਿਰਦੇ ਦਾ, ਰੋਮ ਰੋਮ ਦਾ। ਹਰ ਅਵਸਥਾ ਤੋਂ ਪਹਿਲੇ 4 ਪੇਜ ਵਡਿਆਈ ਸਿਮਰਨ ਦੀ, ਚਾਹ ਚੜ੍ਹੇ ਜਿਹਨੂੰ ਪੜ੍ਹ ਕੇ। ਅਤੇ ਇਹ ਵੀ ਜਿੰਨੇ ਕੁ ਪੀਸ ਬਾਹਰ ਆ ਸਕੇ ਸੰਗਤ ਲਾਭ ਲਵੇ। ਇਹ ਰਸਾਲਾ ਕੋਈ ਲਵਾਉਣਾ ਚਾਹੇ ਘਰ ਲਈ, ਇਹ ਹਰ ਸਾਲ 'ਚ 6 ਰਸਾਲੇ ਪਹੁੰਚਦੇ ਨੇ, 2 ਮਹੀਨੇ ਬਾਅਦ ਇੱਕ ਪਹੁੰਚਦਾ, ਨੋਰਮਲ ਜਾਂ ਸਿਰਫ ਡਾਕ ਦਾ ਹੀ ਹੈ ਖਰਚਾ। ਇਹ ਬਾਹਰੋਂ ਆਪ ਜੀ ਲਾਭ ਲੈ ਸਕਦੇ ਹੋ। ਬਾਕੀ ਦਾਸ ਇੱਕ ਵਾਰੀ ਫਿਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ 10ਵੀਂ ਬੋਠਾਂ, ਹਾਂ, ਅਤੇ ਇੱਥੋਂ ਦੇ ਸਾਰੀ ਕਮੇਟੀ ਅਤੇ ਨਾਲ ਪ੍ਰਧਾਨ ਜੀ ਬਲਵਿੰਦਰ ਸਿੰਘ ਜੀ, ਬਾਬਾ ਮਾਨ ਸਿੰਘ ਜੀ, ਹੋਰ ਬੜੇ ਮਹਾਂਪੁਰਸ਼ ਪਹੁੰਚੇ ਨੇ ਅੱਜ ਦੇ ਸਮਾਗਮ 'ਚ। ਇਸ ਤਰ੍ਹਾਂ ਹੀ ਇਲਾਕੇ 'ਚ ਪਿਆਰ ਚਾਹੀਦਾ। ਇਹ ਸਾਰੀ ਕਮੇਟੀ ਦਾ ਧੰਨਵਾਦ, ਜਿਵੇਂ ਇਸ ਬੱਚੇ ਨੇ ਲਹਿਰਾਂ ਅਨਾਊਂਸ ਕੀਤੀਆਂ ਅਗਲੀਆਂ। ਇਹ 12 ਨਵੰਬਰ ਆ ਰਹੀ ਜੀ, ਸਾਰੇ ਤਿਆਰੀਆਂ ਕਰ ਲਓ। ਗੁਰੂ ਨਾਨਕ ਸਾਹਿਬ ਦਾ 550 ਸਾਲਾ 2019 'ਚ ਆ ਰਿਹਾ 12 ਨਵੰਬਰ ਨੂੰ, ਉਹਦੀਆਂ ਤਿਆਰੀਆਂ ਸਾਰੇ ਆਰੰਭ ਕਰ ਦਿਓ। ਇੱਕ ਬਹਾਨਾ ਹੀ ਹੈ, ਆਖੋ ਸਤਨਾਮ, ਕਿਸੇ ਬਹਾਨੇ ਜੁੜਨ ਦਾ। ਅਤੇ ਬਾਕੀ TV 'ਤੇ ਸਾਰਾ ਪ੍ਰੋਗਰਾਮ ਨਾਲ ਨਾਲ ਪ੍ਰੋਮੋ 'ਚ ਆਈ ਜਾਂਦਾ ਹੁੰਦਾ ਕੀ ਅਗਲੇ ਉਪਰਾਲੇ। ਇਹ ਜਿਹੜੀ ਮਾਇਆ ਦੇ ਗਏ ਉਹ ਸੰਗਤਾਂ, ਇਹ ਆਪ ਜੀ ਦੀ ਮਾਇਆ, ਇਹ ਆਪ ਜੀ ਦਾ ਪੈਸਾ, ਇਹ ਵਿਧਵਾ ਬੀਬੀਆਂ ਦੇ ਮੁੱਖ 'ਚ ਕਦੀ ਆਓ। ਜਿਹੜਾ ਸ਼ਹੀਦਾਂ ਦਾ ਸਥਾਨ ਹੈ ਨਾ ਬਾਬਾ ਦੀਪ ਸਿੰਘ ਦਾ ਚਾਟੀ ਪਿੰਡ, ਉੱਥੋਂ ਸਿਰਫ 2 ਮਿੰਟ ਦਾ ਰਾਹ ਹੈ ਇਹ ਭਲਾਈ ਕੇਂਦਰ, ਸਿਰਫ 2 ਮਿੰਟ ਦਾ, ਸਕੂਟਰ 'ਤੇ, ਕਾਰ 'ਤੇ। ਅਤੇ ਇਹ 2200 ਪਰਿਵਾਰ ਨੇ, ਅਤੇ 19 ਸ਼ਹਿਰਾਂ ਵਿੱਚ ਟੋਟਲ 6000 ਪਰਿਵਾਰ ਨੇ। ਅਹਿਮਦਾਬਾਦ ਵੀ ਹੈ, ਸੂਰਤ ਵੀ ਹੈ, ਲੁਧਿਆਣੇ ਵੀ ਹੈ, ਜੰਡਿਆਲਾ ਗੁਰੂ ਵੀ, ਵਿਧਵਾ ਬੀਬੀਆਂ ਦੇ ਕੇਂਦਰ, ਜਿਹਦੇ ਬੱਚੇ ਛੋਟੇ ਹੋਣ ਉਹ ਕੇਸ ਲੱਗਦਾ। ਅਤੇ 2 ਹਸਪਤਾਲ, 2 ਸਰਾਵਾਂ, ਅਤੇ ਆ ਕੁਦਰਤੀ ਤੁਸੀਂ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਗੁਰਦੁਆਰੇ ਵਾਲੇ ਹੋ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਨਾਂ ਲਓ ਉਹਨਾਂ ਦਾ, ਧੰਨ ਬਾਬਾ ਦੀਪ ਸਿੰਘ ਦਾ, ਧੰਨ ਬਾਬਾ, ਫਿਰ ਕਹੋ ਧੰਨ ਬਾਬਾ। ਉਹਨਾਂ ਦਾ ਜਨਮ ਹੋਇਆ ਕਿੱਥੇ ਹੈ? ਪਹੁਵਿੰਡ ਸਾਹਿਬ। ਅਤੇ ਬਾਬਾ ਜੀ ਦਾ ਜਿਹੜਾ ਜਨਮ ਪਹੁਵਿੰਡ ਸਾਹਿਬ, ਉਹਨਾਂ ਦਾ ਤਰਸ ਹੈ ਬਣਾਈ ਰੱਖਣ।
ਉੱਥੋਂ ਦੀ ਸਾਰੀ ਕਾਰ ਸੇਵਾ, ਬਾਬਾ ਦੀਪ ਸਿੰਘ ਦਾ ਜਿਹੜਾ ਮੇਨ ਜਨਮ ਅਸਥਾਨ ਪਹੁਵਿੰਡ ਸਾਹਿਬ, ਉਹ ਸਾਰੀ ਕਾਰ ਸੇਵਾ ਬਾਬਾ ਜੀ ਨੇ ਝੋਲੀ 'ਚ ਪਾਈ ਹੈ। ਅਤੇ ਜੇ ਕਿਤੇ ਬਾਬਾ ਜੀ ਦੇ ਜਨਮ ਅਸਥਾਨ 'ਤੇ ਵੀ ਆਉਣਾ ਹੋਵੇ, ਉੱਥੇ ਵੀ ਸਰਾਂ ਬਣੀ ਹੈ 2.5 ਕਰੋੜ ਦੀ, ਔਰ ਸਰੋਵਰ ਸਾਰਾ ਬਾਬਾ ਜੀ ਮੇਰੇ ਨਾਲ, 3-4 ਹਜ਼ਾਰ ਬੰਦੇ ਦਾ ਲੰਗਰ ਘਰ। ਇਹ ਇੱਕ ਹੋਰ ਨਾਂ ਲਓ ਭਾਈ ਤਾਰੂ ਸਿੰਘ ਦਾ, ਧੰਨ ਸ਼ਹੀਦ ਭਾਈ, ਉਹਨਾਂ ਦਾ ਵੀ ਜਨਮ ਅਸਥਾਨ ਪੂਲਾ ਸਾਹਿਬ। ਇਹ ਦੋ ਮਹਾਨ ਸ਼ਹੀਦਾਂ ਦੇ ਜਨਮ ਅਸਥਾਨਾਂ ਦੀ ਕਾਰ ਸੇਵਾ, ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਆਓ ਸੈਕਟਰੀ ਸਾਹਿਬ ਅਗਲਾ ਪ੍ਰੋਗਰਾਮ ਆਪ ਜੀ ਨੂੰ ਦੱਸਣ। ਸਾਡੀਆਂ ਭੈਣਾਂ ਦਾ ਜਥਾ, ਮਾਤਾਵਾਂ ਦਾ ਜਿਹੜਾ ਢਾਡੀ ਜਥਾ, ਬੜੇ ਚਾਅ ਨਾਲ ਤੁਹਾਡੇ ਦਰਸ਼ਨ ਕਰਨ, ਸਾਰੇ ਉਹਨਾਂ ਨੂੰ ਵੀ ਪਿਆਰ ਦੇ ਨਾਲ ਇਸੇ ਤਰ੍ਹਾਂ ਟਿਕਾਓ ਬਣਾ ਕੇ ਹਾਜ਼ਰੀਆਂ ਭਰ ਕੇ ਸੁਣਿਓ। ਅਤੇ ਬਾਣੀ.net ਨੇ ਅੱਜ ਸਾਰਾ ਪ੍ਰੋਗਰਾਮ ਲਾਈਵ ਦਿੱਤਾ ਹੈ, ਅੱਗੋਂ ਦੇ ਰਹੇ ਹੈ ਅਗਲਾ ਵੀ ਪ੍ਰੋਗਰਾਮ ਲਾਈਵ, ਅਤੇ ਇਹਨਾਂ ਦਾ ਵੀ ਧੰਨਵਾਦ। ਇਹਨਾਂ ਦੇ ਰਾਹੀਂ ਸਾਰੇ ਵਰਲਡ ਵਿੱਚ ਇਹ ਪ੍ਰੋਗਰਾਮ ਲਾਈਵ ਗਿਆ, ਇਹਨਾਂ ਦਾ ਵੀ ਧੰਨਵਾਦ। ਮੇਰੇ ਮਗਰ ਵਿਚੋਲਾ ਬੈਠਾ ਜਿਹੜਾ ਅਸੀਂ ਕੋਮਲ ਹੀ ਕਹਿੰਦੇ ਹਾਂ ਇਹਨੂੰ, ਜਿਹਨੇ ਦਾਸ ਤੋਂ ਪਹਿਲੇ ਵਾਜੇ 'ਤੇ ਹਾਜ਼ਰੀ ਭਰੀ ਹੈ, ਇਹਦਾ ਵੀ ਧੰਨਵਾਦ। ਮਹਾਂਪੁਰਸ਼ਾਂ ਦਾ ਵੀ, ਕਮੇਟੀ ਦਾ ਵੀ, ਵਾਹਿਗੁਰੂ ਇਸੇ ਤਰ੍ਹਾਂ ਪੰਥ 'ਚ ਪਿਆਰ ਬਣਾਈ ਰੱਖੇ। ਸਿਰਫ ਪੰਕਤੀ ਬੋਲ ਕੇ ਜਥੇ ਨੂੰ ਆਗਿਆ ਦੇਣੀ, ਅਗਲੇ ਸਫਰਾਂ ਦੇ ਵਿੱਚ ਸਹਾਈ ਹੋਣ। ਪਿਤਾ ਜੀ ਆਗਰੇ ਪਹੁੰਚਣਾ, ਸਾਡੇ ਇਕੱਠ ਬਹਿਣਾ ਆਗਰੇ, ਆਪ ਜੀ ਨਜ਼ਰ ਰੱਖਿਓ। ਅਗਲੇ ਸਫ਼ਰ ਵਿੱਚ ਵੀ ਸਤਿਗੁਰਾਂ ਦੀ, ਆਪ ਜੀ ਦੀ ਨਜ਼ਰ ਨਾਲ ਰਹੇ, ਕੋਈ ਵਾਂਝਾ ਨਾ ਰਹੇ ਜੀ। ਸਾਰੇ ਕਿਰਪਾ ਕਰਿਓ, ਬਹੁਤ ਪਿਆਰ ਨਾਲ ਬੋਲਿਓ, ਕਿੱਥੇ ਸੀ ਆਪਾਂ ਭੁੱਲ ਨਾ ਜਾਇਓ ਸਾਰੇ। ਬ੍ਰਹਮ ਗਿਆਨੀ ਕੋ ਬੋਲੋ ਜੀ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਆ ਤੀਜਾ ਬਲ ਬਲ ਜਾਣਾ, ਜੋ ਬ੍ਰਹਮ ਗਿਆਨੀ ਨੇ ਕੀਤਾ ਅਸੀਂ ਰੀਸ ਨਹੀਂ ਕਰ ਸਕਦੇ, 10 ਪੈਸੇ ਚੱਲੀਏ। ਆਓ ਸਾਰੇ ਪੜਿਓ ਜੀ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਗਿਆਨੀ ਕਾ ਦਰਸ, ਬ੍ਰਹਮ ਗਿਆਨੀ ਬੜਭਾਗੀ ਪਾਈਏ, ਬ੍ਰਹਮ ਗਿਆਨੀ ਸਿਰਫ ਇੱਕ ਮਿੰਟ ਦੀ ਹਾਜ਼ਰੀ ਲਾ ਦਿਓ, ਜਿਵੇਂ ਪਹਿਲੇ ਲਾਈ ਸੀ ਜੀ। 4 ਵਾਰੀ ਭਾਈ ਵਾਹਿਗੁਰੂ, ਭੈਣਾਂ 2 ਵਾਰੀ ਬਾਬਾ ਜੀ ਦਾ ਨਾਂ। ਵਾਹਿਗੁਰੂ 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 ਵਾਹਿਗੁਰੂ, ਧੰਨ ਧੰਨ ਬਾਬਾ ਦੀਪ ਸਿੰਘ। ਵਾਹਿਗੁਰੂ 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 ਵਾਹਿਗੁਰੂ, ਧੰਨ ਧੰਨ। ਹਾਂ ਹਾਂ, ਵਾਹਿਗੁਰੂ 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 ਵਾਹਿਗੁਰੂ, ਧੰਨ ਧੰਨ ਬਾਬਾ। ਹਾਂ ਹਾਂ, ਵਾਹਿਗੁਰੂ 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 ਵਾਹਿਗੁਰੂ, ਧੰਨ ਧੰਨ। ਬ੍ਰਹਮ ਗਿਆਨੀ ਕਾ ਬਲ ਬਲ ਜਾਈਏ, ਬ੍ਰਹਮ ਗਿਆਨੀ ਕਾ ਬਲ ਬਲ ਜਾਈਏ, ਬਲ ਬਲ ਜਾਈਏ, ਬਲ ਬਲ ਜਾਈਏ, ਬਲ ਬਲ ਜਾਈਏ। ਭਾਈ ਲਾਣਗੇ, ਭੈਣਾਂ ਜਵਾਬ ਦੇਣਗੀਆਂ, ਸਾਰੇ ਭਾਈ ਜੀ ਸ਼ਾਬਾਸ਼। ਸੋ ਨਿਹਾ, 5ਵਾਂ ਭੈਣਾਂ ਲਾਣਗੀਆਂ, ਭਾਈ ਜਵਾਬ ਦੇਣਗੇ, ਸਾਰੀਆਂ ਭੈਣਾਂ ਜੀ ਸ਼ਾਬਾਸ਼। ਸੋ ਨਿਹਾ, ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਬਹੁਤ ਪਿਆਰ ਨਾਲ ਆਪ ਜੀ ਅਗਲਾ ਪ੍ਰੋਗਰਾਮ ਗੁਰਮੁਖ ਪਿਆਰੇ ਸੈਕਟਰੀ ਸਾਹਿਬ ਜੀ ਪਾਸੋਂ ਸਰਵਨ ਕਰਿਓ ਜੀ। ਫਤਿਹ 'ਚ ਸੀਸ ਦੇਣੀ, ਜਿੱਥੋਂ ਦਾਸ ਸ਼ੁਰੂ ਹੋਇਆ ਸੀ,
ਸੰਗਤ ਵੱਡੀ, ਸੰਗਤ ਮਹਾਨ, ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੀ ਫਤਿਹ ਬੁਲਾਉਣੀ, ਮਾਂ ਬਾਪ ਬਣ ਕੇ ਰੱਬ ਰੂਪ ਅਸੀਸ ਦੇਣੀ ਜਥੇ ਨੂੰ, ਜਿੱਥੇ ਜਿੱਥੇ ਕਾਰਜ ਚੱਲ ਰਹੇ ਨੇ ਮਹਾਰਾਜ ਵਾੜ ਲਾਈ ਰੱਖਣ, ਆਪ ਪੜਦੇ ਕੱਜਣ, ਆਪ ਸਹਾਈ ਹੋਣ, ਜੋ ਜੋ ਪਰਿਵਾਰਕ ਸਮਾਜਿਕ ਹੋਰ ਪਿਤਾ ਜੀ ਦੀ ਵਾੜ ਬਖਸ਼ਿਸ਼ ਦੀ ਲੱਗੀ ਰਹੇ ਅਰਦਾਸ ਕਰਿਓ। ਸਾਰੀ ਸੰਗਤ ਦਿਓ ਸੀਸ ਫਤਿਹ ਵਿੱਚ ਗੱਜ ਕੇ ਜੀ, ਵਾਹਿਗੁਰੂ ਜੀ ਕਾ